टपई जमधाणी दला मुकामला धूलई कृपाणी दुर्गा म्यानते सट पई जमधाणी दला मुकाबला दला मुकाबला। फिर चर्चा शुरू हुई दूए दिन अगले दिन हूँ जड़ी ऐलान होया जमधाणी सट पई चर्चा ज्ञान नू मारन वाली जड़ी ज्ञान मन नू मारन वाला जड़ा ज्ञान है ਉਹਦਾ ਐਲਾਨ ਹੋਇਆ ਵੀ ਉਹਦੇ ਤੇ ਹੁਣ ਚਰਚਾ ਹੋਊਗੀ। ਜਿਹੜਾ ਉਪਦੇਸ਼ ਮਨ ਨੂੰ ਮਾਰਦਾ ਜਮਧਾਣੀ ਦਾ ਮਤਲਬ ਹੈ ਜਿਹੜਾ ਜਮ ਰੂਪ ਹੈ ਮਨ ਨੂੰ ਮਾਰਨ ਵਾਲਾ ਗਿਆਨ ਹੈ ਮਨ ਨੂੰ ਮਾਰਨ ਵਾਲਾ ਜਿਹੜਾ ਸ਼ਬਦ ਹੈ ਆਪਾਂ ਕਹਿੰਦੇ ਨੇ ਸ਼ਬਦ ਮਰੈ ਮਰੈ ਪੁਨਜੀਵ ਹੈ ਉਹ ਕਿਹੜਾ ਸ਼ਬਦ ਹੈ ਜਿਹਦੇ ਨਾਲ ਮਨ ਮਰ ਜਾਂਦਾ ਉਹ ਕਿਹੜੀ ਗੱਲ ਹੈ ਉਪਦੇਸ਼ ਹੈ ਜਿਹਦੇ ਨਾਲ ਮਨ ਮਰ ਜਾਂਦਾ ਇਹ ਤੇ ਚਰਚਾ ਹੋਊਗੀ। ਸੱਟ ਪਈ ਜਮਧਾਣੀ ਦਲਾ ਮੁਕਾਬਲਾ ਮੁਕਾਬਲੇ 'ਤੇ ਟੀਮਾਂ ਆ ਗਈਆਂ ਉਹ ਤਾਂ ਸਰੀਰ ਦੇ ਮਰਨੇ ਨੂੰ ਮਰਨਾ ਮੰਨਦੇ ਨੇ ਅਸਲ ਦੇ ਵਿੱਚ ਇਹ ਆ ਮਰ ਕੇ ਸੁਰਜੀਤ ਹੋਣ ਨੂੰ ਜਿਵੇਂ ਲਵ ਕੁਸ਼ ਦੀ ਲੜਾਈ ਦੇ ਵਿੱਚ ਉਹ ਸੈਨਾ ਮਰ ਗਈ ਫਿਰ ਜੀ ਘੜਾ ਲਿਆਂਦਾ ਮਰਦਾ ਇਸ ਗੱਲ ਦੇ ਉੱਤੇ ਉਹ ਅੜਦੇ ਨੇ ਰਾਕਸ਼ ਇਹ ਨਹੀਂ ਹੋ ਸਕਦਾ ਮਰਿਆ ਹੋਇਆ ਹੁਣ ਜਿਉਂਦਾ ਕਰਕੇ ਹੋ ਤੁਸੀਂ ਹੁਣ ਤੁਹਾਡਾ ਅੰਮ੍ਰਿਤ ਕਿੱਥੇ ਗਿਆ ਹੁਣ ਲਿਆਓ ਅੰਮ੍ਰਿਤ ਜਿਹਦੇ ਨਾਲ ਤੁਸੀਂ ਜਿਉਂਦਾ ਕਰ ਲਓਗੇ ਇਹੜੀਆਂ ਝੂਠੀਆਂ ਕਹਾਣੀਆਂ ਨੇ ਉਹਨਾਂ ਨੂੰ ਉਹ ਪ੍ਰਚਾਰੀਆਂ ਹੋਈਆਂ ਉਹਨਾਂ 'ਤੇ ਅੜਦੇ ਨੇ ਅਸਲ 'ਚ ਉਹਨਾਂ ਨੂੰ ਨਹੀਂ ਮੰਨਦੇ ਉਹ ਆਤਮਾ ਦੇ ਤਲ 'ਤੇ ਮਨ ਦੇ ਤਲ 'ਤੇ ਮਰਨ ਦੀ ਗੱਲ ਤਾਂ ਕਰਦੇ ਹੀ ਨਹੀਂ ਕੋਈ ਸਰੀਰ ਦੇ ਤਲ 'ਤੇ ਮਰਨ ਦੀ ਗੱਲ ਕਰਦੇ ਨੇ ਜਿੰਨੇ ਵੀ ਸਿਮਰਤ ਸ਼ਾਸਤਰ ਦੇ ਵਿੱਚ ਹੈ ਮਨ ਦੇ ਤਲ 'ਤੇ ਮਰਨ ਦੀ ਤਾਂ ਕਿਸੇ ਗੱਲ ਹੈ ਹੀ ਨਹੀਂ ਉਹ ਤਾਂ ਸਰੀਰ ਦੇ ਮਰਨ ਜੀਵਨ ਨੂੰ ਮਰਨ ਜੀਵਨ ਮੰਨਦੇ ਨੇ ਇਸ ਕਰਕੇ ਗੁਰਬਾਣੀ ਕਹਿੰਦੀ ਹੈ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਉੱਥੇ ਨਾਮ ਨਹੀਂ ਨਾਮ ਨਾ ਮਰਨੇ ਮਰਨਾ ਉਹ ਹੈ ਨਹੀਂ ਉੱਥੇ ਉੱਥੇ ਸਰੀਰ ਹੀ ਮਰੂਗਾ ਮਰਨ ਵਾਲੇ ਹਥਿਆਰ ਵੀ ਉਹਨਾਂ ਦੇ ਇਹੋ ਜਿਹੇ ਹੀ ਨੇ ਉਹ ਯੰਤਰ ਮੰਤਰ ਝੂਠ ਕੂੜ ਕੁਛ ਨਹੀਂ ਹੈ ਉਹਦੇ 'ਚ ਉਹਨੂੰ ਉਹ ਮੰਨਦੇ ਨਹੀਂ ਉਹਦੇ 'ਤੇ ਚਰਚਾ ਕਰਨ ਦੀ ਗੱਲ ਕਰਦੇ ਨੇ ਉਹਨੂੰ ਤਾਂ ਫਿਰ ਗੁਰਬਾਣੀ ਵੀ ਨਹੀਂ ਬਣਦੀ ਕਰਾਮਾਤਾਂ ਦੇ ਚਰਚਾ ਦੀ ਗੱਲ ਇਹ ਕਰਾਮਾਤਾਂ ਹੀ ਨੇ ਨਾ ਹਾਂ ਸੱਟ ਪਈ ਜਮਧਾਣੀ ਦਲਾ ਮੁਕਾਬਲਾ ਧੂਲਈ ਕਿਰਪਾਣੀ ਦੁਰਗਾ ਮਿਆਨ ਤੇ ਦੁਰਗਾ ਨੇ ਮਿਆਨ ਤੋਂ ਕਿਰਪਾਣੀ ਧੂਲੀ ਕਿਰਪਾ ਦ੍ਰਿਸ਼ਟੀ ਵਾਲੀ ਗੱਲ ਲੜਾਈ ਨਹੀਂ ਹੈ ਸਮਝਾਉਣ ਵਾਲੀ ਗੱਲ ਵੀ ਭਾਈ ਉਹ ਗੱਲ ਨਹੀਂ ਹੈ ਜਿਹੜੀ ਤੁਸੀਂ ਕਹਿੰਦੇ ਹੋ ਉਹ ਗੱਲ ਤੁਹਾਡੀ ਠੀਕ ਹੈ ਇਹ ਮੂਰਖ ਨੇ ਜਿਹੜੇ ਕਹਿੰਦੇ ਨੇ ਤਾਂ ਹੀ ਤਾਂ ਭੱਜੇ ਫਿਰਦੇ ਤੁਹਾਡੇ ਮੂਹਰੇ ਮੂਹਰੇ ਖੜੇ ਕਿਉਂ ਨਹੀਂ ਇਹ ਦੇਵਤੇ ਖੜੇ ਕਿਉਂ ਨਹੀਂ ਇਹਨਾਂ ਕੋਲ ਝੂਠ ਹੈ ਤੁਸੀਂ ਇਹਨਾਂ ਦਾ ਝੂਠ ਮੰਨਿਆ ਨਹੀਂ ਇਹ ਮੂਰਖ ਨੇ ਹੁਣ ਜੇ ਦੇਵਤਿਆਂ ਨੂੰ ਕੁੱਟ ਪੈਂਦੀ ਹੈ ਮੂਰਖ ਨੇ ਤਾਂ ਰਾਕਸ਼ਾਂ ਦੀ ਤਾਂ ਕਿਰਪਾ ਹੀ ਹੈ ਨਾ ਰਾਕਸ਼ਾਂ ਦੀ ਗੱਲ ਨੂੰ ਠੀਕ ਮੰਨਿਆ ਜਾ ਰਿਹਾ ਦੇਵਤਿਆਂ ਦੀ ਗੱਲ ਨੂੰ ਖੰਡਨ ਕੀਤਾ ਜਾ ਰਿਹਾ ਉਹ ਹੁਣ ਤਾਂ ਕਹਿੰਦੇ ਨੇ ਵੀ ਚੜ੍ਹਾ ਕੇ ਦੇਵਤੇ ਲਏ ਨੇ ਸ਼ਾਇਦ ਦੇਵਤਿਆਂ ਦੀ ਤਰਫਦਾਰੀ ਕਰੂ ਦੇਵਤੇ ਜੇ ਚੜ੍ਹਾ ਕੇ ਲਏ ਨੇ ਆਪਣੀ ਮਦਦ ਨੂੰ ਵੀ ਦੇਵਤਿਆਂ ਦੀ ਗੱਲ ਨੂੰ ਸਰਟੀਫਾਈ ਕਰੂ ਉਹ ਦੇਵਤਿਆਂ ਦੀ ਗੱਲ ਨੂੰ ਸਰਟੀਫਾਈ ਕੀ ਕਰਨਾ ਉਹਨੇ ਤਾਂ ਸੱਚ ਨੂੰ ਸਰਟੀਫਾਈ ਕਰਨਾ ਜੋ ਸੱਚ ਹੈ ਉਹ ਦੱਸ ਦੇਣਾ ਦੇਵਤੇ ਤਾਂ ਆਪ ਵਿਰੋਧੀ ਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨੇ ਵਿਰੋਧੀ ਨੇ ਇਹ ਮਤ ਦੇ ਇਹਨਾਂ ਦੇ ਸਾਖੀਆਂ ਨੇ ਜਿਹੜਾ ਨਾਰਦ ਹੈ ਨਾ ਉਹ ਸ਼੍ਰਿਸ਼ਟੀ ਨੂੰ ਮੁਕਤੀ ਦਾਤਾ ਮੰਨਿਆ ਹੋਇਆ ਇੱਕ ਵਾਰ ਨਾਰਦ ਦੀ ਸ਼ਿਕਾਇਤ ਕੀਤੀ ਪਰਮੇਸ਼ਰ ਕੋਲ ਜਾ ਕੇ ਇਹਨਾਂ ਤਿੰਨਾਂ ਨੇ ਵੀ ਜੀ ਅਸੀਂ ਸ੍ਰਿਸ਼ਟੀ ਬਣਾਉਂਦੇ ਹਾਂ ਨਾਰਦ ਸਾਰਾ ਖੇਲ ਵਿਗਾੜ ਦਿੰਦਾ ਸਾਰਿਆਂ ਨੂੰ ਮੁਕਤ ਕਰ ਦਿੰਦਾ ਕਹਿੰਦਾ ਮੂੰਹ ਨਾ ਕਰਿਓ ਇਹ ਸਾਰੇ ਬਦਮਾਸ਼ ਨੇ ਫਸਿਓ ਨਾ ਇਹ ਬ੍ਰਹਮਾ ਵੀ ਬ੍ਰਹਮਾ ਇੱਕ ਮਤਲਬ ਨਾਰਦ ਕਹਿੰਦੇ ਬ੍ਰਹਮਾ ਨਹੀਂ ਉਹ ਕਹਿੰਦੇ ਨਾਰਦ ਉਹਨਾਂ ਨੇ ਵੱਖਰਾ ਬਣਾਇਆ ਹੋਇਆ ਉਹਨਾਂ ਦਾ ਬ੍ਰਹਮਾ ਹੋਰ ਟਾਈਪ ਦਾ ਅਸਲ 'ਚ ਇਹ ਬ੍ਰਹਮਾ ਹੀ ਹੈ ਤੀਜਾ ਕਿ ਉਹ ਨਾਰਦ ਨੂੰ ਮੰਨਦੇ ਨੇ ਉਹਨੂੰ ਨਾਰਦ ਦੀ ਨਿੰਦਿਆ ਵੀ ਤਾਂ ਹੀ ਕਰਦੇ ਨੇ ਕਿ ਨਾਰਦ ਉਹਨਾਂ ਦੀ ਮਾਤਾ ਵਿਰੋਧੀ ਹੈ ਵਿਸ਼ਨੂੰ ਦਾ ਵੀ ਵਿਰੋਧੀ ਹੈ ਦੇਵਤਿਆਂ ਦਾ ਵਿਰੋਧੀ ਹੈ ਨਾਰਦ
ਨਾਰਦ ਨੂੰ ਚੁਗਲ ਦਿਖਾਇਆ ਉਹਨਾਂ ਨੇ। ਬੁਰਾਈ ਨਾਰਦ ਦੀ ਤਾਂ ਕਰਦੇ, ਨਾਰਦ ਦੇ ਖਿਲਾਫ ਹੈ ਵੀ ਅਸੀਂ ਇਹ ਵਿਗਾੜ ਦਿੰਦੇ ਨੇ, ਸਾਰੇ ਸਾਰਿਆਂ ਨੂੰ ਮੁਕਤ ਕਰ ਦਿੰਦਾ, ਅਸੀਂ ਉਹਨੂੰ ਦੱਸੋ ਕੀ ਕਰੀਏ। ਤੁਸੀਂ ਕਹਿੰਦੇ ਸ੍ਰਿਸ਼ਟੀ ਚਾਹੀਦੀ ਹੈ, ਅਸੀਂ ਪੈਦਾ ਕਰਦੇ ਹਾਂ, ਸਾਰੀ ਢਾ ਦਿੰਦਾ। ਲੋਕ ਸਾਰੇ ਇਹਦੀ ਗੱਲ ਮੰਨ ਲੈਂਦੇ ਨੇ, ਸਾਰੇ ਮੁਕਤ ਹੋ ਜਾਂਦੇ ਨੇ, ਗਾਹਾਂ ਦਾ ਜਾਣੂ ਦੇ ਨਹੀਂ ਸਕਦੇ ਅਸੀਂ। ਇਹ ਕਹਾਣੀ ਹੈ ਨਾ, ਇਹ ਤਾਂ ਮਤਲਬ ਇਹ ਤਾਂ ਤਿੰਨੇ ਵਿਰੋਧੀ ਹੋਏ ਨਾ ਵੀ ਸ੍ਰਿਸ਼ਟੀ ਸ੍ਰਿਸ਼ਟੀ ਚੱਲਦੀ ਰਹੇ, ਲੋਕ ਫਸੇ ਰਹਿਣ। ਸ਼ਿਵ ਜੀ ਨੇ ਗੰਗਾ ਜਟਾਂ 'ਚ ਇਸੇ ਕਰਕੇ ਰੱਖੀ ਸੀ ਕੋਈ ਮੁਕਤ ਨਾ ਹੋਵੇ। ਵਿਸ਼ਨੂੰ ਹੀ ਖਿਲਾਫ ਹੈ, ਇਹ ਵਿਰੋਧੀ ਨੇ ਸਾਰੇ ਗੁਰਮਤ ਤੋਂ। ਇਹ ਗੱਲ ਐਲਾਨੀਆ ਤੌਰ 'ਤੇ ਨਹੀਂ ਕਹਿੰਦੇ, ਐਲਾਨੀਆ ਤੌਰ 'ਤੇ ਕਹਿਣ ਤਾਂ ਲੰਘੇ ਹੋਏ ਹੁਣ ਪਬਲਿਕ ਦੇ ਵਿੱਚ। ਕਹਾਣੀਆਂ ਸਭ ਪਈਆਂ ਨੇ, ਸਾਖੀਆਂ ਪਈਆਂ ਨੇ, ਉਹ ਜਿਹੀਆਂ ਸਾਖੀਆਂ ਹੁਣ ਕਹਿੰਦੇ ਵੀ ਨਹੀਂ, ਬਚ ਕੇ ਕਹਿੰਦੇ ਨੇ ਵੀ ਸਭ ਪੜ੍ਹੇ ਲਿਖੇ ਲੋਕ ਨੇ। ਇਹ ਕਹਿ ਦੇਣਗੇ ਇਹਦਾ ਮਤਲਬ ਤਾਂ ਫਿਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਾਂ ਤਿੰਨੇ ਫਸਾਉਣ ਵਾਲੇ ਨੇ। ਸਭ ਕੁਛ ਇਹਨਾਂ ਦੇ ਐਸਾ ਪਿਆ ਜਿਹੜਾ ਇਹਨਾਂ ਦੀ ਮਤ ਨੂੰ ਹੀ ਖਤਮ ਕਰ ਦੂ ਆਪੇ। ਤਾਂ ਉਹਦੀ ਨਾਰਦ ਦੀ ਪੇਸ਼ੀ ਹੋ ਗਈ, ਹਾਂ ਬਈ ਦੱਸ ਬਈ ਨਾਰਦ ਇਹ ਕੀ ਗੱਲ ਤੂੰ ਐਂ ਕਰਦਾ। ਕਹਿੰਦੇ ਜੀ ਮੈਨੂੰ ਮੇਰਾ ਕੰਮ ਮੈਂ ਆਪਣਾ ਕਰਦਾ, ਆਪਣਾ ਕਰੀ ਜਾਣ, ਤੁਸੀਂ ਮੈਨੂੰ ਮੁਕਤੀ ਦਾ ਕੰਮ ਦੱਸਿਆ ਵੀ ਤਾਂ ਮੁਕਤ ਕਰਾਉਣਾ, ਇਹਨਾਂ ਦਾ ਕੰਮ ਇਹਨਾਂ ਨੂੰ ਦੱਸਿਆ, ਮੈਂ ਇਹਨਾਂ ਦੇ ਕੰਮ ਦਾ ਦਖਲ ਨਹੀਂ ਦਿੰਦਾ। ਜਿੰਨੇ ਮਰਜ਼ੀ ਪੈਦਾ ਕਰੀ ਜਾਣ, ਪਾਲਣਾ ਜਿੰਨੀ ਦਖਲ ਦਿੰਦਾ, ਜਿੰਨੇ ਮਰਜ਼ੀ ਪਾਲਣਾ ਕਰੀ ਜਾਣ, ਮੇਰਾ ਮੈਂ ਆਪਣਾ ਕੰਮ ਕਰਦਾ ਮੁਕਤੀ ਕਰ। ਕਹਿੰਦੇ ਪਰਮੇਸ਼ਰ ਨੇ ਕਿਹਾ ਵੀ ਗੱਲ ਤਾਂ ਠੀਕ ਹੈ, ਇਹਦੀ ਵੀ ਠੀਕ ਹੈ। ਕਹਿੰਦੇ ਵੀ ਇਹਦੀ ਤਾਂ ਗੱਲ ਠੀਕ ਹੈ ਨਾਰਦ ਦੀ, ਤੁਹਾਨੂੰ ਪ੍ਰੋਬਲਮ ਆਈ ਹੈ ਇਹਦਾ ਮਤਲਬ। ਕਹਿੰਦੇ ਜੀ ਫਿਰ ਸਾਡਾ ਕੋਈ ਉਪਾਅ ਕਰੋ ਨਹੀਂ, ਆਹ ਚੱਕੋ ਆਪਣੇ ਹਥਿਆਰ ਸਾਥ 'ਤੇ ਨਹੀਂ ਕੰਮ ਹੁੰਦਾ, ਕਿਸੇ ਹੋਰ 'ਤੇ ਕਰਾ ਲਓ। ਕਹਿੰਦੇ ਚੰਗਾ ਨਾਰਦ ਨੂੰ ਵੀ ਤਿੰਨਾਂ ਲੋਕ, ਦੇਖੋ ਤਿੰਨਾਂ ਲੋਕ 'ਚ ਨਾਰਦ ਜਾ ਸਕਦਾ, ਬ੍ਰਹਮਾ ਵਿਸ਼ਨੂੰ ਦੇ ਲੋਕ ਹੀ ਨਹੀਂ ਜਾ ਸਕਦਾ, ਵਿਸ਼ਨੂੰ ਬ੍ਰਹਮਾ ਦੇ ਲੋਕ ਹੀ ਨਹੀਂ ਜਾ ਸਕਦਾ, ਸ਼ਿਵਜੀ ਦੋਹਾਂ ਦੇ ਲੋਕਾਂ 'ਚ ਨਹੀਂ ਜਾ ਸਕਦਾ, ਦੋਵੇਂ ਸ਼ਿਵਜੀ ਦੇ ਲੋਕ 'ਚ ਨਹੀਂ ਜਾ ਸਕਦੇ। ਇਹਨਾਂ ਦੇ ਵੱਖਰੇ ਵੱਖਰੇ ਦੇਸ਼ ਨੇ, ਵੱਖਰੇ ਵੱਖਰੇ ਐਂਟਰੀ ਨਹੀਂ ਕਦੂ ਇਹਦੀ ਇਹਨਾਂ ਦੀ। ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ, ਅਸੀਂ ਤਾਂ ਉਹਨੂੰ ਮੰਨਦੇ ਹੀ ਨਹੀਂ, ਸਭ ਝੂਠ ਹੈ। ਪਰ ਲਿਖਿਆ ਹੋਇਆ ਦੇਖੋ ਕੀ ਹੈ, ਜਿਹੜੇ ਜਿਹਦੇ ਆਸਰੇ ਖੜ੍ਹਾ ਧਰਮ ਉਹ ਹੈ ਕੀ, ਜਿਹਦੇ ਡਰੀ ਜਾਂਦੇ ਨੇ ਸਪੋਕਸਮੈਨ ਉਹ ਨਹੀਂ ਮਰ ਕੇ ਖਾ ਲਏ, ਆਹ ਕੁਛ ਹੈ ਉਹਨਾਂ ਕੋਲ, ਉਹਨਾਂ ਕੋਲ ਹੈ ਕੀ, ਉਹਨਾਂ ਨੂੰ ਪੜ੍ਹੇ ਲਓ, ਪੜ੍ਹ ਕੇ ਉਹਨਾਂ ਨੂੰ ਉੱਥੇ ਕਰ ਦਿਉ, ਫੂਕ ਕੱਢ ਦਿਉ ਸਾਰੀ, ਨਾ ਇਹਨਾਂ ਨੇ ਉਹ ਪੜ੍ਹਨਾ ਨਾ ਇਹ ਪੜ੍ਹਨਾ, ਟੈਂ ਟੈਂ ਕਰੀ ਜਾਣਾ, ਇਹਨਾਂ ਕੋਲ ਟੈਂ ਟੈਂ ਦੱਸਵਾ ਕੁਛ ਨਹੀਂ ਹੈ। ਤੁਸੀਂ ਪੜ੍ਹ ਕੇ ਸਭ ਕੁਝ ਲੋਕਾਂ ਨੂੰ ਸਮਝ ਕੇ ਦੱਸੋ ਕੁਛ, ਦੱਸ ਕੀ ਰਹੇ ਹੋ, ਦੱਸ ਕੁਛ ਵੀ ਨਹੀਂ ਰਹੇ, ਸ਼ੰਕਾ ਪੈਦਾ ਕਰ ਰਹੇ ਨੇ, ਸ਼ੰਕਾ ਦਾ ਸਮਾਧਾਨ ਕਿਸੇ ਦੇ ਸ਼ੰਕਾ ਦਾ ਨਹੀਂ, ਉਹ ਵੀ ਪੁਰਾਣੀਆਂ ਸ਼ੰਕਾਵਾਂ ਪੈਦਾ ਹੋਈਆਂ ਹੋਈਆਂ ਉਹਨਾਂ ਨੂੰ ਹਾਈਲਾਈਟ ਕਰ ਰਹੇ ਨੇ। ਉਹਨੂੰ ਕਹਾਂ ਵੀ ਚੰਗਾ ਤੂੰ ਤਿੰਨ ਲੋਕ ਤਾਂ ਜਾਏਗਾ ਹੀ ਜਾਏਗਾ, ਪਰ ਤੂੰ ਇੰਨੇ ਕੁ ਟਾਈਮ ਹੀ ਇੱਕ ਲੋਕ 'ਚ ਰੁਕ ਸਕੇਗਾ, ਜ਼ਿਆਦਾ ਆਪਣੀ ਮਰਜ਼ੀ ਨਾਲ ਨਹੀਂ ਰੁਕ ਸਕਦਾ, ਵੀ ਇੰਨਾ ਚਿਰ ਮੈਂ ਰੁਕਿਆ ਹੀ ਰਹੂੰਗਾ। ਰੁਕਣ ਦਾ ਟਾਈਮ ਉਹਨਾਂ ਨੇ ਸੀਮਿਤ ਕਰਤਾ, ਉਹਦਾ ਵੀ ਸੀਮਿਤ ਟਾਈਮ ਦੇ ਵਿੱਚ ਗਿਆਨ ਨਹੀਂ ਹੋ ਸਕਦਾ, ਇਹੋ ਜਿਹੀ ਸਾਖੀ ਹੈ। ਕਹਿਣ ਦਾ ਮਤਲਬ ਤਿੰਨੇ ਹੀ ਇਹ ਵਿਰੁੱਧ ਨੇ, ਹਿੰਦੂ ਮਤ ਸਾਰਾ ਹੀ ਵਿਰੁੱਧ ਹੈ, ਇਹ ਚਾਹੇ ਹਿੰਦੂ ਮਤ ਦੀਆਂ ਹਜ਼ਾਰ ਸ਼ਾਖਾਵਾਂ ਨੇ, ਸਾਰੇ ਬ੍ਰਹਮ ਗਿਆਨ ਦੇ ਵਿਰੁੱਧ ਨੇ। ਇਸ ਕਰਕੇ ਕਹਿੰਦੇ ਸੀ ਜਿਹੜਾ ਮਗਰੇ ਜਾ ਕੇ ਮਰੂ ਗਧੇ ਦੀ ਜੂਨ ਪੈ ਜੂਗਾ, ਜਦਕਿ ਖੋਤੇ ਆਪ ਨੇ ਕਲਾਇਰ ਪਾਏ ਮਹਿਖਲ ਭਾਰੇ ਦੇਵਾਂ ਦਾਨ ਵੀ ਮਹਿਖਲ ਕਹਿੰਦੇ ਨੇ ਝੋਟੇ ਦੀ ਔਰ ਖੋਤੇ ਦੀ ਲੜਾਈ, ਮੈਂ ਹਾਂ ਝੋਟਾ ਹੁੰਦਾ, ਖਰ ਖੋਤਾ ਖਲ ਖੋਤਾ ਹੁੰਦਾ, ਖਾਲੀ ਅਕਲ ਤੋਂ ਖਲਦਾ ਹੁੰਦਾ ਖਾਲੀ, ਮੈਂ ਖਲ ਇੱਕ ਪਾਸੇ ਖਲ ਨੇ, ਦੇਵਤੇ ਕਹਿੰਦੇ ਨੇ ਸ਼ਾਸਤਰ ਪੜ੍ਹਨ ਵਾਲੇ ਅਕਲ ਤੋਂ ਖਾਲੀ ਨੇ, ਅਸਲੀ ਅਕਲ ਤੋਂ ਖਾਲੀ ਨੇ, ਇੱਕ ਪਾਸੇ ਉਹ ਧੂਸ ਨੇ, ਖੋਜਿਆ ਕੁਛ ਵੀ ਨਹੀਂ ਕਹਿੰਦੇ ਰੱਬ ਹੀ ਨਹੀਂ, ਸਮਝਿਆ ਕੁਛ ਨਹੀਂ, ਬੇਸਮਝੀ ਨਾਲ ਕਹਿੰਦੇ ਨੇ ਰੱਬ ਹੀ, ਉਹ ਤਾਂ ਉਹਨਾਂ ਨੂੰ ਝੋਟੇ ਕਹਿਤਾ। ਇਹਨਾਂ ਦਾ ਭੇੜ ਹੈ ਮਹਿਖਲ ਭਾਰੇ, ਹਿੰਦੂਆਂ ਦਾ ਜਿਹੜਾ ਕਾਲੇ ਫਗਾਨੇ ਦਾ ਭੇੜ ਮਹਿਖਲ ਭਾਰੇ ਦਾ, ਉਹਦਾ ਝੋਟੇ ਦਾ ਦਿਮਾਗ ਹੈ ਉੱਖਲ, ਉੱਖਲ ਦਾ ਵੀ ਇਹੀ ਲਫ਼ਜ਼ ਹੈ, ਉੱਲੂ ਜਮਾ ਖਲ, ਖਲ ਖੋਤਾ, ਉੱਲੂ ਜਿਹੜਾ ਗਿਆਨ ਤੋਂ ਭੱਜਦਾ ਹੋਵੇ, ਦੋ ਲਫ਼ਜ਼ਾਂ ਦਾ ਬਣਾਇਆ ਉੱਖਲ ਵੀ ਲਫ਼ਜ਼।
ਉੱਥੇ ਵੀ ਖਾ ਲੈ ਉਹਦਾ ਮਤਲਬ ਉੱਲੂ ਖਾਲ ਵਾਲੇ ਖੋਤਾ ਖਾਲੀ ਉਹ ਉੱਲੂ ਹੈ ਅਗਿਆਨੀ ਹੈ ਕੌਣ ਕਾਲਾ ਫਗਾਨਾ ਆਇਆ ਜਿਹੜੀ ਪਾਰਟੀ ਹੈ ਨਾ ਇਹ ਉੱਲੂ ਨੇ ਸਾਰੇ ਜਦ ਰੋਸ਼ਨੀ ਹੋਣੀ ਹੈ ਇਹਨਾਂ ਨੇ ਖੱਡਾਂ ਜਾ ਵੜਨ ਉੱਖਲ ਉਹਨੂੰ ਕਹਿੰਦੇ ਉੱਲੂ ਕਹਿੰਦੇ ਜਾਂ ਸੂਰਜ ਚੜ੍ਹਦਾ ਉੱਲੂ ਜਾਂਦੇ ਖੱਡੇ ਜਾ ਵੜਦਾ ਗਿਆਨ ਨਹੀਂ ਪਾਉਂਦਾ ਉਹਨੂੰ ਪਰ ਰਾਤ ਨੂੰ ਉੱਡਦੇ ਨੇ ਉੱਲੂ ਹੁਣ ਅਗਿਆਨਤਾ ਨਾ ਹੁਣ ਇਹਨਾਂ ਦੇ ਬਿਆਨ ਆਉਂਦੇ ਨੇ ਜਦੋਂ ਗਿਆਨ ਪ੍ਰਗਟ ਹੋਇਆ ਚੁੱਪ ਕਰਕੇ ਖੱਡਾਂ 'ਚ ਵੜ ਜਾਣਗੇ ਉਹ ਦੂਏ ਖਲ ਹੈਗੇ ਨੇ ਖੋਤੇ ਉਹ ਚੁੱਪ ਕਰ ਜਾਣਗੇ ਇਸੇ ਕਰਕੇ ਕਹਿੰਦਾ ਖਰ ਕਾ ਪੈਖੜ ਤਾਂ ਛੁੱਟੇ ਜਾਂ ਉੱਪਰ ਲਾਦਾ ਖਰ ਸਾਰੇ ਹੀ ਨੇ ਅਕਲ ਤੋਂ ਖਾਲੀ ਨੇ ਜਿਹੜੇ ਸਾਰੇ ਨਾਨਕ ਤੇ ਨਾਲ ਅਸਲ ਖਰ ਜੋ ਬਿਰੂੜ ਗਰਭ ਕਰੰਤ ਅਸੀਂ ਸਿੱਖ ਕਹਿੰਦੇ ਹਾਂ ਅਸੀਂ ਹੈਗੇ ਸਿੱਖ ਹੈ ਨਹੀਂ ਇਸ ਕਰਕੇ ਖੋਤੇ ਹਾਂ ਅਸੀਂ ਕਹਿੰਦੇ ਹਾਂ ਧਾਰਮਿਕ ਹੈ ਅਸੀਂ ਧਾਰਮਿਕ ਹਾਂ ਅਸਲ ਵਿੱਚ ਧਾਰਮਿਕ ਅਸੀਂ ਹੈ ਨਹੀਂ ਇਸ ਕਰਕੇ ਖੋਤੇ ਹਾਂ ਸਾਡੇ ਸਿੱਖੀ ਵਾਲਾ ਕੋਣ ਹੈ ਨਹੀਂ ਕਹਿੰਦੇ ਸਿੱਖ ਇਸ ਕਰਕੇ ਖੋਤੇ ਹਾਂ ਜੋ ਬਿਨ ਗੁਣ ਗਰਭ ਕਰੰਤ ਸਿੱਖੀ ਹੋਣ ਦਾ ਅਸੀਂ ਗਰਭ ਕਰਦੇ ਹਾਂ ਸਿੱਖ ਹੈਗੇ ਨਹੀਂ ਇਸ ਕਰਕੇ ਖੋਤੇ ਕਿ ਹੈ ਧਾਰਮਿਕ ਬੰਦੇ ਖੋਤੇ ਹੁੰਦੇ ਨੇ ਜਿਹਨਾਂ ਜੋ ਗੁਣ ਨਾ ਹੋਣ ਜਿਹੜੇ ਉਹ ਧਰਮਦੇ ਨੇ ਜਿਹੜੇ ਧਾਰਮਿਕ ਹੈ ਹੀ ਨਹੀਂ ਧਾਰਮਿਕ ਨਹੀਂ ਹੈ ਉਹ ਸ਼ੰਕਾਵੇਂ ਖੜੀਆਂ ਕਰਦੇ ਨੇ ਉਹ ਬਾਲੇ ਬਗਾਨੇ ਵਰਗੇ ਅੰਮ੍ਰਿਤ ਪਤਾਸੇ ਪਾਏ ਨਹੀਂ ਇਹ ਹੋਇਆ ਹੀ ਨਹੀਂ ਜੀ ਉਹ ਨਾਮ ਬਾਣੀ ਕਿਹੜੀ ਪੜੀ ਹੈ ਫਲਨੀ ਤੂੰ ਇਹ ਤਾਂ ਕੀ ਲੈਣਾ ਬਾਣੀ ਕਿਹੜੀ ਪੜੀ ਹੈ ਨਹੀਂ ਪੜੀ ਹੈ ਤੂੰ ਆਪਣੀ ਬਾਣੀ ਪੜੀ ਜਾ ਬਾਣੀ ਤਾਂ ਤੈਨੂੰ ਜਿਹੜਾ ਮਿਲੂ ਉਹ ਦੱਸੀ ਲੋਕਾਂ ਨੂੰ ਤੈਂ ਕੀ ਲੈਣਾ ਕੀ ਪੜਿਆ ਕੀ ਨਾ ਪੜਿਆ ਤੈਂ ਬਰਾਬਰੀ ਕਰਨੀ ਹੈ ਗੁਰ ਕੀ ਕਰਨੀ ਕਾਹੇ ਤਾਂ ਉਹ ਲਿਖਿਆ ਹੋਇਆ ਤੈਨੂੰ ਕੀ ਲੈਣਾ ਇਹਨਾਂ ਗੱਲਾਂ 'ਤੇ ਜਾਣ ਬੁੱਝ ਕੇ ਸਟੰਟ ਖੜੇ ਕਰਨੇ ਕਰਨਾ ਆਪ ਕੁਛ ਵੀ ਨਹੀਂ ਹੈ ਯਾਨੀ ਲੋਕਾਂ ਨੂੰ ਭੱਬੜ ਭੂਸੇ 'ਚ ਪਾ ਕੇ ਇੱਧਰੋਂ ਹਟਾਇਆ ਜਾਣਾ ਵੀ ਤੁਹਾਨੂੰ ਛੱਡ ਦਿਓ ਪੁਲਸੀਆ ਜੋ ਸੀਗਾ ਪੁਲਿਸ ਦੀ ਨੌਕਰੀ ਅੱਬਲ ਤਾਂ ਕਰਦਾ ਹੀ ਨਹੀਂ ਬੰਦਾ ਜੇ ਬੰਦਾ ਪੁਲਿਸ ਦੀ ਨੌਕਰੀ ਕਰ ਲਵੇ ਨਾ ਧਾਰਮਿਕ ਨਹੀਂ ਬਣ ਸਕਦਾ ਜੇ ਧਾਰਮਿਕ ਬਣੂ ਬਹੁਤ ਸ਼ਾਤਰ ਹੋਊਗਾ ਹੋਵੇ ਨੌਕਰੀ ਨਹੀਂ ਕਰਦਾ ਪੁਲਿਸ ਦੀ ਧਾਰਮਿਕ ਬੰਦਾ ਕਦੇ ਵੀ ਨਹੀਂ ਕਰਦਾ ਉਹਨੂੰ ਪਤਾ ਮੈਂ ਇੱਥੇ ਫਿੱਟੇ ਨਹੀਂ ਹੁਣ ਫਿੱਟਾ ਹੀ ਨਹੀਂ ਸਕਦਾ ਇੱਥੇ ਅੱਬਲਾਂ ਦਾ ਕੋਈ ਵੀ ਨੌਕਰੀ ਨਹੀਂ ਕਰ ਸਕਦਾ ਜਿਹੜਾ ਧਾਰਮਿਕ ਬੰਦਾ ਉਹਨੂੰ ਪਤਾ ਮੈਂ ਕਿਉਂਕਿ ਉਹਦਾ ਬੌਸ ਚਾਹੇ ਕਿੰਨਾ ਅਗਿਆ ਨਹੀਂ ਹੋਵੇ ਕਿਹਾ ਜਿਹਾ ਉਹਦੀ ਗੱਲ ਮੰਨਣੀ ਪਊ ਉਹਦੀ ਆਤਮਾ ਤਾਂ ਖਤਮ ਹੋ ਗਈ ਦੂਏ ਦੀ ਗੱਲ ਮੰਨ ਕੇ ਧਾਰਮਿਕ ਬੰਦਾ ਨੌਕਰੀ ਨਹੀਂ ਕਰ ਸਕਦਾ ਬਸ ਕਿਉਂਕਿ ਨੌਕਰੀ ਚੱਕਰ ਕਹੀ ਹੈ ਖਸਮ ਕਾ ਇੱਕ ਦੀ ਨੌਕਰੀ ਹੁੰਦੀ ਹੈ ਦੋ ਦੀ ਨਹੀਂ ਹੁੰਦੀ ਮਨੁੱਖ ਦੀ ਨੌਕਰੀ ਕਿਵੇਂ ਹੋ ਜੂਗੀ ਉਹ ਤਾਂ ਉਹ ਨਹੀਂ ਕਰ ਸਕਦਾ ਆਪਣਾ ਹੱਥ ਰੋਟੀ ਰਵਿਦਾਸ ਜੁੱਤੀਆਂ ਬਣਾ ਕੇ ਕਰ ਲਿਆ ਗੁਜ਼ਾਰਾ ਕਬੀਰ ਨੇ ਖੱਡੀ ਇੰਡੀਪੈਂਡੈਂਟ ਹੈ ਨਾ ਜਦ ਮਰਜ਼ੀ ਕਰੇ ਜਦ ਮਰਜ਼ੀ ਨਾ ਕਰੇ ਚੰਡੀ ਰਾਗ ਸਿਖਾਣੀ ਵਾਹੀ ਦੈਂਤ ਨੂੰ ਚੰਡੀ ਰਾਗ ਸਿਖਾਣੀ ਵਾਹੀ ਵਾਹੀ ਦੈਂਤ ਨੂੰ ਦੈਂਤ ਨੂੰ ਪਹਿਲਾਂ ਤੂੰ ਲਈ ਕਿਰਪਾਣੀ ਦੁਰਗਾ ਮਿਆਨਤੇ ਕਿਰਪਾ ਦ੍ਰਿਸ਼ਟੀ ਵਾਲੀ ਗੱਲ ਜਾਣੀ ਉਪਦੇਸ਼ਮਈ ਬਾਣੀ ਉਪਦੇਸ਼ ਦੇਣਾ ਸ਼ੁਰੂ ਕੀਤਾ ਕਿਰਪਾਣੀ ਹੁੰਦੀ ਹੈ ਕਿਰਪਾ ਕਿਰਪਾ ਨਾਲ ਲੜਾਈ ਨਹੀਂ ਹੁੰਦੀ ਉਪਦੇਸ਼ ਹੁੰਦਾ ਜਾਂ ਕਿਰਪਾ ਕਰੀਦੀ ਫਿਰ ਉਪਦੇਸ਼ ਕਰੀਦਾ ਲੜਾਈ ਨਹੀਂ ਹੁੰਦੀ ਬਈ ਤੁਹਾਡਾ ਵੀ ਭਾਈ ਕਸੂਰ ਨਹੀਂ ਕਸੂਰ ਤੁਹਾਡਾ ਵੀ ਕੋਈ ਨਹੀਂ ਹੈ ਕੋਈ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਜਦ ਕਿਆ ਹੱਥ ਇਹਨਾਂ ਵਿਚਾਰੇ ਹੈ ਫਿਰ ਕਿਰਪਾ ਦ੍ਰਿਸ਼ਟੀ ਇੱਥੇ ਆ ਕੇ ਤੁਹਾਡਾ ਵੀ ਕਸੂਰ ਨਹੀਂ ਤੁਸੀਂ ਕੀ ਕਰੋ ਇਹ ਝੂਠੇ ਨੇ ਸ਼ਾਬਾਸ਼ ਹੈ ਤੁਹਾਡੇ ਅਸੀਂ ਤਾਂ ਕਹਿੰਦੇ ਤੁਸੀਂ ਇਹ ਝੂਠ ਨੂੰ ਮੰਨਿਆ ਨਹੀਂ ਸਾਨੂੰ ਔਖਾ ਹੋ ਜਾਂਦਾ ਇਹਨਾਂ ਦਾ ਧੜਾ ਭਾਰੀ ਹੋ ਜਾਂਦਾ ਅਸਲ 'ਚ ਤੁਹਾਡਾ ਜਨਮ ਜਿਹੜਾ ਹੋਇਆ ਵੀ ਪਰਮੇਸ਼ਰ ਦੀ ਮਰਜ਼ੀ ਨਾਲੇ ਹੋਇਆ ਜੇ ਤੁਸੀਂ ਨਾ ਹੁੰਦੇ ਇਹਨਾਂ ਨੂੰ ਅਕਲ ਕਿਵੇਂ ਆਉਂਦੀ ਇਹਨਾਂ ਨੂੰ ਅਕਲ ਦੇਣ ਵਾਸਤੇ ਤੁਹਾਨੂੰ ਬੇਅਕਲ ਬਣਾਇਆ ਝੂਠੇ ਧਰਮ ਨੂੰ ਖਤਮ ਕਰਨ ਵਾਸਤੇ ਨਾਸਤਿਕ ਬਣਦੇ ਪਹਿਲਾਂ ਹੁੰਦੇ ਹੁੰਦੇ ਨੇ ਉਹਨੇ ਲਿਖਿਆ ਨਾ ਪਹਿਲਾਂ ਹੀ ਅਭਿਮਾਨ ਉਤਾਰਨ ਦੇਵਤਿਆਂ ਮੈਂ ਕਾ ਸੁਰ ਸੁਣ ਪਾਇਆ ਇਹੀ ਗੱਲ ਸਮਝਾਈ ਹੈ ਉਹ ਪਹਿਲਾਂ ਕਹਿ ਚੁੱਕੇ ਜਿਹੜੀ ਗੱਲ ਮੈਂ ਕਿਹਾ ਸੁਰ ਵਾਲੀ ਉਹ ਗੱਲ ਉਹ ਭਾਈ ਤੁਹਾਡਾ ਤਾਂ ਜਨਮ ਤਾਂ ਹੋਇਆ ਇਹ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ
ਇਹਨਾਂ ਦਾ ਹੰਕਾਰ ਧਾਰਨਾ ਸੀ। ਉਹਨਾਂ ਨੇ ਕਿਹਾ ਵੀ ਸਾਡਾ ਤਾਂ ਫਿਰ ਇਹਦਾ ਮਤਲਬ ਅਸੀਂ ਤਾਂ ਪਰਮੇਸ਼ਰ ਨੇ ਪੈਦਾ ਕੀਤੇ ਆਪ ਇਹਨਾਂ ਵਾਸਤੇ ਕੀਤੇ ਹਾਂ ਪੈਦਾ, ਅਸੀਂ ਤਾਂ ਇਹਨਾਂ ਦੇ ਹਥਿਆਰ ਦੇ ਤੌਰ ਤੇ ਇਸਤੇਮਾਲ ਕੀਤਾ ਪਰਮੇਸ਼ਰ ਨੇ ਤੁਹਾਨੂੰ ਇਹਨਾਂ ਦੇਵਤਿਆਂ ਤੇ ਪਖੰਡੀ ਧਰਮ ਵਾਲਿਆਂ ਤੇ। ਇਹ ਜਿਹੜੇ ਲੋਕ ਹੁੰਦੇ ਨੇ ਜਿਹਨਾਂ ਨੂੰ ਇਹ ਰਾਕਸ਼ਸ ਕਹਿੰਦੇ ਨੇ, ਇਹ ਤਾਂ ਪਰਮੇਸ਼ਰ ਨੇ ਪੈਦਾ ਕੀਤੇ ਨੇ ਇਹਨਾਂ ਦਾ ਹੰਕਾਰ ਕਰਨ ਵਾਸਤੇ। ਇਹਨਾਂ ਦਾ ਹੰਕਾਰ ਕਿਵੇਂ ਉਤਰੇ? ਜਿਹੜੇ ਰੋਜ਼ ਹੰਕਾਰ ਦੀ ਦਵਾਈ ਪੜ੍ਹਦੇ ਨੇ, ਜਿਹੜੇ ਪਾਠ ਰੋਜ਼ ਹੰਕਾਰ ਨੂੰ ਕਹਿੰਦੇ ਨੇ ਮਾੜਾ ਮਾੜਾ ਮਾੜਾ, ਉਹੀ ਹੰਕਾਰ ਨੂੰ ਪਾਲੀ ਬੈਠੇ ਨੇ। ਇਹਨਾਂ ਦਾ ਇਲਾਜ ਕਿਵੇਂ ਕੀਤਾ ਜਾਵੇ? ਡਾਕਟਰ ਦੀ ਬਿਮਾਰੀ ਦਾ ਇਲਾਜ ਕੌਣ ਕਰੇ? ਡਾਕਟਰ ਤਾਂ ਲੋਕਾਂ ਦਾ ਕਰੇ, ਡਾਕਟਰ ਬਿਮਾਰ ਹੋਵੇ ਜਾਣ ਕੇ ਬਿਮਾਰ ਹੋਵੇ, ਬਿਮਾਰ ਹੈ ਦਵਾਈ ਵੀ ਹੈ ਇਲਾਜ ਨਾ ਕਰੇ, ਉਹਦਾ ਕੌਣ ਇਲਾਜ ਕਰੇ? ਡਾਕਟਰ ਟੀਕੇ ਐਸੇ ਤਿਆਰ ਕਰਕੇ ਰੱਖ ਦੇਵੇ ਜਿਹਦੇ ਨਾਲ ਲੋਕ ਬਿਮਾਰ ਹੋ ਜਾਣ, ਦਵਾਈਆਂ ਐਸੀਆਂ ਵੀ ਜਿਹਦੇ ਨਾਲ ਬਿਮਾਰੀ ਵਧੇ ਘੱਟੇ ਹੀ ਨਾ। ਐਸੀਆਂ ਦਵਾਈਆਂ ਤਿਆਰ ਕੀਤੀਆਂ ਹੋਈਆਂ ਸਾਖੀਆਂ ਸਾਰੀਆਂ, ਜਿਹੜੀਆਂ ਸਾਖੀਆਂ ਨੇ ਇਹੀ ਦਵਾਈਆਂ ਨੇ ਬਣਾ ਕੇ ਰੱਖੀਆਂ। ਇਹਦਾ ਕੋਈ ਇਲਾਜ ਨਹੀਂ ਹੈ ਪਰਮੇਸ਼ੁਰ ਕੋਲ, ਆਹੀ ਇਲਾਜ ਹੈ। ਫਿਰ ਇਹੋ ਜਿਹੇ ਬੰਦੇ ਪੈਦਾ ਕਰਤੇ ਜਿਹੜੇ ਧਰਮ ਨੂੰ ਨਾ ਮੰਨਣ, ਕਹਿਣ ਰੱਬੇ ਹੈ ਨਹੀਂ, ਪੈਦਾ ਉਹਨੇ ਕੀਤੇ ਨੇ ਵੀ ਤੁਸੀਂ ਮੁੱਕਰੇ ਜਾਓ ਰੱਬ ਤੇ, ਵੀ ਸਾਬਤ ਕਰੋ ਰੱਬ ਹੈਗਾ। ਹੁਣ ਉਹ ਤਾਂ ਸਾਬਤ ਨਹੀਂ ਕਰ ਸਕਦੇ, ਉਹਨਾਂ ਦੇ ਗਲ ਪੈਂਦੇ ਨੇ, ਫਿਰ ਸਾਬਤ ਕਰਨ ਵਾਲਾ ਪੈਦਾ ਕੀਤਾ ਵਿਚਾਲੇ ਇੱਕ ਹੋਰ, ਉਹ ਸਾਬਤ ਪੈਦਾ ਕਰਨ ਵਾਲਾ ਵਿਚਾਲੇ ਖੜਾ ਚੰਡੀ ਉਹ ਖੜੀ ਹੈ। ਇਹ ਸਮੇਂ ਸਮੇਂ ਸਿਰ ਹੁੰਦਾ ਰਹਿੰਦਾ, ਹਰ ਯੁੱਗ ਯੁੱਗ ਭਗਤ ਉਪਾਇਆ ਉਪਾਇਆ, ਇਹ ਸਮੇਂ ਸਮੇਂ ਸਿਰ ਇਹੋ ਜਿਹੇ ਭੇੜ ਹੁੰਦੇ ਹੀ ਰਹਿੰਦੇ ਨੇ। ਪੈਜ ਰੱਖਦਾ ਆ ਰਾਮ ਰਾਜ, ਪੈਜ ਭਗਤ ਦੀ ਪੈਜ ਤਾਂ ਉਹਨੇ ਪਿੱਛੇ ਉਹ ਖੜਾ, ਭਗਤ ਦੇ ਦਸਮ ਪਾਤਸ਼ਾਹ ਕਹਿੰਦੇ ਨੇ ਮੇਰੇ ਪਿੱਛੇ ਤਾਂ ਉਹ ਖੜਾ ਸੀ, ਤੇਰੀਆਂ ਫੌਜਾਂ ਮੈਨੂੰ ਕੀ ਕਰ ਲੈਂਦੀਆਂ? ਭਗਤ ਦੇ ਪਿੱਛੇ ਤਾਂ ਉਹ ਆਪ ਖੜਾ, ਸੱਚ ਆਪ ਖੜਾ, ਭਗਤ ਦਾ ਕੀ ਵਿਗਾੜੂ ਕੋਈ? ਇਹ ਗੱਲ ਸਾਰੀ ਕਹਾਣੀ ਦਾ ਸਾਰਾਂਸ ਹੈ ਇਹਦਾ। ਚੰਡੀ ਰਾਕਸ਼ ਖਾਣੀ ਵਾਹੀ ਦੈਂਤ ਨੂੰ, ਚੰਡੀ ਰਾਕਸ਼ ਖਾਣੀ ਵਾਹੀ ਦੈਂਤ ਨੂੰ, ਰਾਕਸ਼ਾਂ ਨੂੰ ਖਾ ਜਾਣ ਵਾਲੀ। ਜੇ ਕਿਸੇ ਨੂੰ ਸ਼ਬਦ ਗੁਰੂ ਖਾ ਜਾਵੇ, ਆਪਣੇ ਜਲੀਨ ਕਰ ਲਵੇ, ਵਿੱਚ ਮਿਲਾ ਲਵੇ, ਜੇ ਕਿਸੇ ਦਰਿਆ ਨੂੰ ਸਮੁੰਦਰ ਖਾ ਜਾਂਦਾ ਕੀ ਹੁੰਦਾ? ਸਮੁੰਦਰੇ ਬਣ ਜਾਂਦਾ ਉਹ, ਸਮੁੰਦਰ ਖਾ ਨਹੀਂ ਜਾਂਦਾ ਦਰਿਆ ਨੂੰ, ਖਾ ਗਿਆ ਵਿੱਚ ਲੀਨ ਕਰ ਲਿਆ, ਗੱਲ ਇੱਕੋ ਹੀ ਹੈ। ਚੰਡੀ ਨੇ ਆਪਣੇ ਵਿੱਚ ਮਿਲਾ ਲਏ, ਆਪਣਾ ਹੀ ਰੂਪ ਕਰ ਲਿਆ, ਰੱਗ ਦਿਖਾਣੀ ਵਾਹੀ ਦੈਂਤ ਨੂੰ, ਉਹ ਅਖੀਰੀ ਗਿਆਨ ਦੇ ਦਿੱਤਾ, ਬਸ ਉਹਨੂੰ ਰੂਪ ਦਿਖਾਤਾ ਉਹਦਾ। ਕੋਪਰ ਚੂਰ ਚਵਾਣੀ ਲੱਥੀ ਕਰਗਲਾ, ਬਸ ਕੋਪਰ ਜਿਹੜਾ ਖੋਪੜੀ ਚ ਫਸਿਆ ਤਾ ਨਾ ਗਰੂਰ ਸੁੱਕੜ ਤੋਂ, ਕੱਲ ਧੋਤਾ ਗਿਆ ਜਾਂ ਉਹਨੂੰ ਦੱਸਦਾ ਤੇਰੇ ਜਨਮ ਕਿਉਂ ਹੋਇਆ? ਉਹਨੂੰ ਸਾਰੀ ਰਾਜਾ ਰਾਮ ਕੀ ਕਹਾਣੀ ਉਹ ਸਮਝਾ ਦਿੱਤੀ ਬੈਠ ਕੇ, ਬਈ ਲੜੋ ਨਾ, ਤੁਹਾਡਾ ਕੰਮ ਪੂਰਾ ਹੋ ਗਿਆ, ਤੁਹਾਨੂੰ ਇਸ ਜਿਹੜਾ ਤੁਸੀਂ ਵਿਰੋਧ ਕੀਤਾ ਨਾ ਪਰਮੇਸ਼ਰ ਦਾ ਕੰਮ ਕੀਤਾ, ਉਹਦਾ ਤੁਹਾਨੂੰ ਹੁਣ ਇਨਾਮ ਮਿਲੂਗਾ, ਇਨਾਮ ਮਿਲੂਗਾ ਜੇ ਤਾਂ ਤੁਸੀਂ ਮੰਨ ਗਏ ਗੁਰਮਤ ਨੂੰ, ਫਿਰ ਤਾਂ ਤੁਹਾਨੂੰ ਮੁਕਤੀ ਮਿਲਜੂ, ਜਿਹੜੀ ਇਹਨਾਂ ਨੂੰ ਕਦੇ ਵੀ ਨਹੀਂ ਨਾ ਮਿਲੀ, 88,000 ਵਰਸ ਤਪ ਕਰਕੇ ਤੁਹਾਨੂੰ ਇਹਨਾਂ ਚ ਮਿਲ ਜੂਗੀ, ਮੰਨ ਲਓ ਗੱਲ, ਤੁਹਾਨੂੰ ਦਰਸ਼ਨ ਹੋਣਗੇ, ਹਠ ਧਰਮੀ ਦੇ ਵੀ ਦਰਸ਼ਨ ਕਰਾਓ ਕਰਾਓ, ਜਿੱਦ ਕੀਤੀ ਹੈ ਨਾ, ਐਂ ਪੱਥਰ ਚੋਂ ਪਾਇਆ ਧੰਨੇ ਨੇ, ਧੰਨੇ ਨੇ ਤਾਂ ਨਹੀਂ ਪਾਇਆ, ਧੰਨੇ ਨੇ ਤਾਂ ਗਿਆਨ ਨਾਲ ਪਾਇਆ, ਜਿਹੜੇ ਪੱਥਰ 'ਚ ਪਾਉਂਦੇ ਰਾਕਸ਼ਸ ਪਾਉਂਦੇ ਹੁੰਦੇ ਨੇ, ਉਹ ਮੰਨਦੇ ਹੀ ਨਹੀਂ ਹਨ ਵੀ ਪੱਥਰ 'ਚ ਭਗਵਾਨ ਹੁੰਦਾ, ਉਹਨਾਂ ਦਾ ਮਨ ਇਹੋ ਜਿਹਾ ਪੱਥਰ ਹੁੰਦਾ, ਇਹ ਝੂਠੇ ਧਰਮ ਨੂੰ ਨਹੀਂ ਮੰਨਦਾ, ਉਹਨੂੰ ਸੱਚ ਨੂੰ ਆਪ ਆ ਕੇ ਮਨਾਉਣਾ ਪੈਂਦਾ। ਉਹ ਕਹਿੰਦੇ ਪਰਮਾਤਮਾ ਪਰਮੇਸ਼ਰ ਨੂੰ ਮੈਂ ਮੰਨਦਾ, ਨਿਰਾਕਾਰ ਹੈ, ਪਰ ਤੁਸੀਂ ਮਨਾਓ, ਕੋਈ ਮਨਾਵੇ ਮੈਨੂੰ ਮੈਂ ਮੰਨ ਲੂੰਗਾ, ਜਾਂ ਮਨਾਉਣ ਵਾਲਾ ਆ ਗਿਆ ਮੰਨ ਗਿਆ, ਅਤੇ ਉਹਦਾ ਕੰਮ ਬਣ ਗਿਆ ਨਾ, ਬਿਨਾਂ ਮੌਜ ਬਿਨਾਂ ਭਗਤੀ ਕਰੇ ਬਣ ਗਿਆ ਨਾ ਕੰਮ, ਇਹ ਹੜ ਧਰਮੀ ਵੀ ਤਪ ਸੀ ਉਹਦਾ। ਦੂਜੇ ਝੂਠੇ ਧਰਮਾਂ ਨੂੰ ਨਾ ਮੰਨਣਾ ਬਹੁਤ ਬੜਾ ਤਪ ਹੈ, ਝੂਠੇ ਧਰਮਾਂ ਨੂੰ ਨਾ ਮੰਨਣਾ ਬਹੁਤ ਬੜੀ ਭਗਤੀ ਹੈ। ਲੋਭ ਦੇ ਆਉਂਦੇ ਨੇ ਨਾ ਵੀ ਆਹ ਮਿਲੂ ਉਹ ਮਿਲੂ, ਉਹਨਾਂ ਦਾ ਲੋਭ ਤਿਆਗਿਆ ਹੋਇਆ, ਕਹਿੰਦੇ ਇਹਨਾਂ ਤੋਂ ਨਹੀਂ ਲੈਣਾ, ਦੱਸਣ ਉਹਨਾਂ ਦੀ ਕਿਰਤ ਕਰਕੇ ਖਾ ਲਵਾਂਗੇ, ਲੋਭ ਤਿਆਗਿਆ ਹੋਇਆ, ਫਸੇ ਨਹੀਂ ਹਨ,
ਜਿਹੜੇ ਦੇਵੀ ਦੇਵਤਿਆਂ ਨੂੰ ਕੋਈ ਮਿਲਦਾ ਨਾ, ਉਹ ਨਹੀਂ ਕਹਿੰਦਾ ਅਸੀਂ ਲੈਣੇ ਨਹੀਂ ਉਹਨਾਂ ਦੇ ਕੁਛ। ਦੇਖਦੇ ਸੌਖੀ ਗੱਲ ਹੈ, ਜਿਹੜੀ ਦਲਦਲ ਸਾਰਾ ਸੰਸਾਰ ਫਸਿਆ ਉਹ ਦਲਦਲ ਤੋਂ ਬਾਹਰ ਬੈਠੇ ਨੇ, ਉਹ ਜਿਹੜੇ ਉਹ ਨਾਸਤਕ ਕਹਿੰਦੇ ਨੇ। ਇਹ ਨਕਸ਼ਾ ਦਿਖਾ ਰਿਹਾ ਦਸਮ ਗ੍ਰੰਥ ਕੁਛ ਹੋਰ। ਦਸਮ ਪਾਤਸ਼ਾਹ ਕਹਿੰਦਾ ਕਿ ਦੇਵ ਅਦੇਵ ਦੋਹਾਂ ਪ੍ਰਮਾਨਿਓ, ਪ੍ਰਭ ਨੂੰ ਦੋਵੇਂ ਮੰਨਦੇ ਨੇ, ਚਾਹੇ ਦੇਵਤੇ ਨੇ ਚਾਹੇ ਰਾਕਸ਼ਿਸ ਨੇ, ਉਹ ਤਾਂ ਕੋਈ ਇਨਕਾਰੀ ਨਹੀਂ ਹੈ। ਪਰ ਝੂਠੇ ਨੂੰ ਨਹੀਂ ਮੰਨਦੇ ਰਾਕਸ਼ਿਸ, ਇਹ ਦੇਵਤੇ ਝੂਠੇ ਨੂੰ ਮੰਨ ਲੈਂਦੇ ਨੇ। ਇਸ ਕਰਕੇ ਉਹ ਯੋਧੇ ਨੇ, ਝੋਟਾ ਮਰ ਜੂਗਾ ਪਿੱਛੇ ਨਹੀਂ ਅੜਦਾ ਹੁੰਦਾ ਜੰਗ ਤੋਂ, ਝੋਟਿਆਂ ਦੀ ਇੱਕ ਮਰਦਾ ਹੁੰਦਾ ਦੋਹਾਂ ਚੋਂ, ਮੌਤ ਦੀ ਲੜਾਈ ਹੁੰਦੀ ਹੈ, ਖੋਤੇ ਭੱਜ ਜਾਂਦੇ ਨੇ। ਖੋਤੇ ਕਦੇ ਲੜ ਕੇ ਮਰਦੇ ਨਹੀਂ ਦੇਖੇ ਹੋਣੇ ਤੁਸੀਂ, ਉਹ ਲੜਾਈ ਵੀ ਪੁੱਠੀ ਹੁੰਦੀ ਹੈ ਉਹਨਾਂ ਦੀ, ਸਿੱਧੀ ਲੜਾਈ ਨਹੀਂ ਹੁੰਦੀ। ਖੋਤਿਆਂ ਦੀ ਲੜਾਈ ਪੁੱਠੀ ਹੁੰਦੀ ਹੈ, ਉਹਨਾਂ ਨੇ ਪਿਛਲੀਆਂ ਲੱਤਾਂ ਨਾਲ ਲੜਨਾ, ਅੱਗੇ ਤਾਂ ਉਹਨਾਂ ਲੜਦੇ ਹੀ ਨਹੀਂ। ਇਹ ਪੁੱਠੀ ਲੜਾਈ ਲੜਦੇ ਹੁੰਦੇ ਨੇ ਦੇਵਤੇ, ਸਿੱਧੀ ਨਹੀਂ ਲੜ ਸਕਦੇ, ਸਿੱਧੀ ਨੂੰ ਤਾਂ ਝੂਠੇ ਨੇ ਹੀ ਹੁੰਦਾ ਨਹੀਂ ਕੁਛ। ਹਾਂਜੀ, ਕੋਪਰ ਚੂਰ ਚਵਾਣੀ ਲੱਥੀ ਕਰਗਲ ਹੈ, ਇਹ ਲੜਾਈ ਕੀ ਲੜਦੇ ਨੇ, ਸੱਚ ਧਰਮ ਨੂੰ ਵਿਗਾੜਨ ਦੀ ਲੜਾਈ ਲੜਦੇ ਨੇ। ਇਹ ਪੁੱਠੀ ਲੜਾਈ ਹੈ, ਬੰਦੇ ਪਾਲ ਲੈਣੇ, ਪੈਸੇ ਦੇ ਦੇਣੇ ਵੀ ਤੁਸੀਂ ਮੂਰਤੀਆਂ ਬਣਾਓ ਦਸਮ ਪਾਤਸ਼ਾਹ ਦੀਆਂ, ਇਹ ਕਰੋ ਵੋ ਕਰੋ ਵੀ ਤਾਂ ਕਿ ਮੂਰਤੀ ਪੂਜਾ ਸਿੱਖਾਂ 'ਚ ਵੀ ਆਵੜੇ, ਆਲੇ ਦੁਆਲੇ ਮੂਰਤੀਆਂ ਲਿਆ ਕੇ ਹਰਿਮੰਦਰ ਸਾਹਿਬ 'ਤੇ ਰੱਖਣੀਆਂ। ਇਹ ਪੁੱਠੀ ਲੜਾਈ ਹੈ, ਸੱਚ ਤੋਂ ਖਿਲਾਫ ਲੜਾਈ ਹੈ, ਇਹ ਨਰਕਾਂ ਨੂੰ ਲੈ ਜਾਂਦੀ ਹੈ, ਇਹ ਗਧਿਆਂ ਵਾਲੀ ਲੜਾਈ ਹੈ ਪੁੱਠੀ। ਇਹ ਖੋਤੇ ਲੜਾਈ ਲੜਦੇ ਨੇ, ਝੋਟੇ ਨਹੀਂ ਲੜਦੇ ਲੜਾਈ, ਝੋਟੇ ਮਰਦਾਂ ਵਾਲੀ ਲੜਾਈ ਲੜਦੇ ਨੇ। ਖਾਲਸਾ ਦੇਵਤਾ ਨਹੀਂ ਹੈ, ਨਿਰਾ ਦੇਵਤਾ ਨਹੀਂ ਹੈ, ਦੇਵਤਾ ਸੀ ਜਦੋਂ ਜਿੰਨਾ ਚਿਰ ਭਗਤ ਸੀ ਸਿਰਫ, ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤਨਾ ਲਾਗੀ ਵਾਰ, ਦੇਵਤਾ ਦਾ ਸ਼ੁਰੂ ਜੇ ਬਣ ਗਿਆ ਸੀ ਜਾਂ ਤੁਰਿਆ ਸੀ ਜਾਂ ਸਿਰੇ ਪਹੁੰਚਿਆ, ਫਿਰ ਕੀ ਬਣ ਗਿਆ, ਫਿਰ ਅੱਧਾ ਰਾਕਸ਼ਿਸ ਬਣ ਗਿਆ। ਜੀ ਤੋਂ ਪੈਦਾ ਹੋਇਆ ਸੀ ਉਹ ਜਿਹਾ ਹੀ ਬਣ ਗਿਆ ਨਾ, ਜਿਸ ਦੇ ਉਪਜੀ ਤਹਿ ਮਿਲੀ, ਜਾਂ ਉਹਦੇ ਵਰਗਾ ਬਣ ਗਿਆ। ਉਹ ਤਾਂ ਫਿਰ ਪੈਦਾ ਵੀ ਕਰਦਾ, ਪਾਲਣਾ ਵੀ ਕਰਦਾ, ਮਰਦਾ ਵੀ ਹੈ, ਤਿੰਨੇ ਕੰਮ ਕਰਦਾ, ਫਿਰ ਤਾਂ ਰਾਕਸ਼ਿਸ ਵੀ ਹੋਈ ਹੈ। ਇਹ ਨਹੀਂ ਹੈਗਾ ਸਿੰਘ ਖਾਲਸਾ ਨਹੀਂ ਹੈਗਾ ਦੇਵਤਾ, ਇਹਦਾ ਅੱਧਾ ਰਾਕਸ਼ਿਸ ਅੱਧਾ ਦੇਵਤਾ। ਛੇਵੇਂ ਪਾਤਸ਼ਾਹ ਨੇ ਤਲਵਾਰ ਕਾਹਦੇ ਲਈ ਸੀ, ਦੱਸਣ ਵਾਸਤੇ ਅਸੀਂ ਇਕੱਲੇ ਦੇਵਤੇ ਨੂੰ, ਲੜਾਈ ਵੀ ਸਿੱਧੀ ਲੜਦੇ ਤੇ ਲੜਦੇ ਵੀ ਤਲਵਾਰ ਨਾਲ, ਤਲਵਾਰ ਨਾਲ ਵੀ ਲੜਨ ਨੂੰ ਤਿਆਰ ਹਾਂ। ਜਿਹੜੀ ਲੜਾਈ ਦੇਵਤਿਆਂ ਦੇ ਲੜਨੀ ਹੋਈ ਉਹ ਖਾਲਸਾ ਨੇ ਲੜੀ ਹੈ, ਪਰ ਦੇਵਤਿਆਂ ਦੀ ਤਾਂ ਲੜਾਈ ਪੁੱਠੀ ਹੈ, ਉਹ ਤਾਂ ਸੱਚ ਦੇ ਖਿਲਾਫ ਲੜਾਈ ਹੈ ਇਹਨਾਂ ਦੀ, ਇਹਨਾਂ ਦੀ ਤਾਂ ਸੱਚ ਦੇ ਖਿਲਾਫ ਹੈ। ਰਾਕਸ਼ਾਂ ਦੀ ਸੱਚ ਦੇ ਖਿਲਾਫ ਲੜਾਈ ਨਹੀਂ, ਝੂਠ ਦੇ ਖਿਲਾਫ ਹੈ। ਬਹੁਤ ਬੜਾ ਪੁਆਇੰਟ ਇਹ, ਰਾਕਸ਼ ਦੇਵੀ ਨਾਲ ਨਹੀਂ ਲੜੇ, ਬਿਲਕੁਲ ਨਹੀਂ ਲੜੇ, ਉੱਥੋਂ ਮਾਰ ਖਾ ਕੇ ਮੰਨ ਗਏ ਸਾਰੇ, ਭੱਜੇ ਨਹੀਂ, ਮੰਨ ਮਰ ਗਏ, ਮਰ ਗਏ ਉਹਨਾਂ ਮੰਨ ਗਏ, ਭੱਜੇ ਨਹੀਂ। ਰਾਕਸ ਵੱਡੇ ਅਲਾਮੀ ਭੱਜ ਨਾ ਜਾਣਦੇ, ਭੱਜਣ ਤਾਂ ਜਾਣਦੇ ਹੀ ਨਹੀਂ ਇਹ, ਕਹਿੰਦੇ ਮੰਨਾਂਗੇ ਜੇ ਸੱਚ ਹੋਊ, ਸਿਰ ਦਵਾਂਗੇ ਜੇ ਸੱਚ ਹੋਊ, ਜੇ ਮਰੇ ਤੇ ਸੁਰਗ ਮਿਲਦਾ ਹੈ ਤਾਂ ਅਸੀਂ ਮਰਨ ਨੂੰ ਤਿਆਰ ਹਾਂ। ਦੱਸੋ ਸੁਰਗ ਕਿਵੇਂ ਮਿਲਦਾ, ਜਾਂ ਦੱਸ ਦਿੱਤਾ ਮਰ ਗਏ। ਜੋ ਚੀਜ਼ ਤੁਸੀਂ ਕਹਿ ਲਓ ਆ ਮਿਲਦੀ ਹੈ ਆ ਹੋਏ ਤੇ ਸਾਨੂੰ ਦੇ ਦਿਓ, ਅਸੀਂ ਮਰਨ ਨੂੰ ਤਿਆਰ ਹਾਂ। ਕਹਿੰਦੇ ਮਰੇ ਬਿਨਾਂ ਸੁਰਗ ਨਹੀਂ ਜਾ ਹੁੰਦਾ, ਕਹਿੰਦੇ ਸੁਰਗ ਦਿਓ, ਦਿਖਾਓ ਵੀ ਸੁਰਗ ਮਿਲਦਾ, ਇੱਧਰ ਸੁਰਗ ਦੀਂਦਾ ਹੋਵੇ ਇੱਧਰ ਛੱਡ ਦਿੰਦੇ ਹਾਂ। ਉਹ ਮੰਨ ਗਏ, ਅੰਤ ਹੋਏ ਸੁਰਗਾਮੀ ਮਾਰੇ ਦੇਵਤਾ, ਸੁਰਗਗਾਮੀ ਹੋ ਗਏ ਅੰਤ, ਸੁਰਗ ਸੁਰਗ ਇਹ ਦੇਵਤਿਆਂ ਵਾਲਾ ਸੁਰਗ ਨਹੀਂ ਹੈ, ਉਹ ਨਿੱਜ ਘਰ ਵਾਲਾ ਸੁਰਗ ਹੈ, ਹੋਰ ਹੈ। ਜੇ ਦੇਵਤਿਆਂ ਵਾਲਾ ਸੁਰਗ ਹੁੰਦਾ, ਦੇਵਤੇ ਤਾਂ ਲੜਾਈ ਕਰੇ ਰਹੇ ਨੇ, ਦੇਵਤੇ ਤਾਂ ਇੱਕ ਪਾਸੇ ਦੇਵਤੇ ਨੇ ਇੱਕ ਪਾਸੇ ਰਾਕਸ਼ਿਸ ਨੇ, ਉਹ ਸੁਰਗ ਜੇ ਦੇਵਤੇ ਆ ਸੁਰਗ ਆ, ਫਿਰ ਸੁਰਗ ਤਾਂ ਪਹਿਲੇ ਰਾਕਸ਼ਿਸ ਖੜੇ ਨੇ, ਰਾਕਸ਼ਿਸ ਸੁਰਗ ਚ ਕਿਵੇਂ ਚਲੇ ਗਏ? ਜਿਹੜਾ ਇੰਦਰ ਦਾ ਰਾਜ ਖੋਲਿਆ ਜਿਹਨੇ ਸੁਰਗ ਤਾਂ ਪਹੁੰਚ ਗਿਆ, ਫਿਰ ਉਹ
ਫਿਰ ਰਾਕਸ਼ ਸੁਰਗ ਜਾ ਸਕਦੇ ਨੇ, ਕਿਹਾ ਜਾ ਸੁਰਗ ਥੋੜ੍ਹਾ ਜਿੱਥੇ ਰਾਕਸ਼ ਪਹੁੰਚ ਜਾਂਦੇ ਨੇ। ਬਹੁਤ ਖਤਰਨਾਕ ਗੱਲ ਹੈ, ਇਹਨਾਂ ਦਾ ਸੁਰਗ ਨਰਕ ਆ, ਉਹ ਨਰਕ ਨੂੰ ਸੁਰਗ ਕਹੀ ਜਾਂਦੇ ਨੇ। ਜਿੱਥੇ ਰਾਕਸ਼ ਆਪਣੀ ਤਾਕਤ ਨਾਲ ਜਾ ਸਕਦੇ ਨੇ, ਭਗਤੀ ਤੋਂ ਵਿਰੋਧੀ ਰੱਬ ਨੂੰ ਨਾ ਮੰਨਣ ਵਾਲੇ, ਉਹ ਸੁਰਗ ਹੈ ਤੁਹਾਡਾ, ਉੱਥੋਂ ਤੁਹਾਨੂੰ ਭਜਾ ਵੀ ਦਿੰਦੇ ਨੇ, ਉੱਥੇ ਕਬਜ਼ਾ ਵੀ ਕਰ ਲੈਂਦੇ ਨੇ। ਇਹਨਾਂ ਦੇ ਗ੍ਰੰਥਾਂ ਦਾ ਨਕਲ ਹੈ, ਆਪਣੇ ਕੋਲੋਂ ਨਹੀਂ ਲਿਖੀ ਹੋਈ। ਦੁਰਗਾ ਸਪਤਸਤੀ ਦੇ ਜਿਹੜੇ ਦੋਏ ਚੰਡੀ ਚਰਿੱਤਰ ਨੇ, ਉਹਦੇ ਵਿੱਚ ਕਥਾ ਉਹਨਾਂ ਨੇ ਆਪ ਲਿਖੀ ਹੋਈ ਹੈ। ਸੁਰਗ ਕੈਸਾ ਉਹ ਜਿੱਥੇ ਦੇਵਤੇ ਪਹੁੰਚ, ਦੇਵਤਿਆਂ ਨੂੰ ਭਜਾ ਦਿੱਤਾ ਜਾਂਦਾ, ਜਿੱਥੇ ਰਾਕਸ਼ ਕਬਜ਼ਾ ਕਰ ਲੈਂਦੇ ਨੇ। ਰਾਕਸ਼ ਵੀ ਜਿਹੜੇ ਸੁਰਗ ਜਾ ਸਕਦੇ ਨੇ, ਉਹ ਸੁਰਗ ਨਹੀਂ ਹੋ ਸਕਦਾ। ਇਸ ਕਰਕੇ ਸੁਰਗ ਨਰਕ ਨੂੰ ਬਾਣੀ ਨਹੀਂ ਮੰਨਦੀ। ਸੁਰਗ ਕੀ ਹੈ? ਸੁਰਗ ਸੱਚਖੰਡ ਹੈ, ਸਵੈਮ ਦਾ ਘਰ, ਸਵੈ ਘਰ, ਸਵੈਮ ਦਾ ਘਰ, ਨਿੱਜ ਘਰ, ਉਹ ਸੁਰਗ ਹੈ। ਇਸ ਵਕਤ ਤਾਂ ਹਿਰਦਾ ਹੈ, ਇਹ ਸੰਸਾਰ ਰਹਿੰਦੇ ਤਾਂ ਹਿਰਦਾ ਸੁਰਗ ਹੈ, ਜਿਹਨੂੰ ਮਹਿਲ ਕਹਿੰਦੇ ਨੇ, ਮਹੱਲਾ। ਤੇ ਬਾਅਦ ਚ ਸੱਚਖੰਡ ਬਣ ਜਾਣਾ ਉਹਨੇ, ਸੱਚਖੰਡ ਹੁਣ ਵੀ ਸੱਚਖੰਡ ਦਾ ਹਿੱਸਾ ਹੈ ਉਹ। ਜਿੱਥੇ ਜਾ ਕੇ ਦਰਿਆ ਲੱਗ ਗਿਆ ਸਮੁੰਦਰ ਦੇ ਨਾਲ, ਉੱਥੋਂ ਉਹਦਾ ਦਰਿਆ ਦਾ ਨਾਂ ਵੀ ਵੱਜਦਾ, ਸਮੁੰਦਰ ਵੀ ਵੱਜਦਾ। ਉਹ ਕੰਢੇ ਦਾ ਨਾਂ ਜਿੱਥੇ ਗੰਗਾ ਜਾ ਕੇ ਮਿਲਦੀ ਹੈ, ਉਹ ਗੰਗਾ ਵੀ ਵੱਜਦਾ ਤੇ ਸਮੁੰਦਰ ਵੀ ਵੱਜਦਾ, ਦੋਵੇਂ ਨਾਂ ਨੇ ਉੱਥੇ ਉਹਦੇ, ਉਸ ਕੰਢੇ ਦੇ, ਉਸ ਕਿਨਾਰੇ ਦੇ। ਗੰਗਾ ਮਿਲਦੀ ਆ ਕੇ ਦਿੰਦੀ ਹੈ, ਪੈਂਦੀ ਹੈ, ਉਹ ਹਿਰਦਾ, ਉਹ ਸਮੁੰਦਰ ਦਾ ਹਿੱਸਾ ਵੀ ਹੈ, ਜਾ ਕੇ ਉੱਥੇ ਮਨ ਸਮਾ ਵੀ ਗਿਆ। ਜਿੱਥੇ ਆਤਮਾ ਨੇ ਸਮਾਉਣਾ, ਜਾ ਕੇ ਸੁਰਤ ਨੇ ਸਮਾਉਣਾ, ਜਾ ਕੇ ਹਿਰਦੇ ਸਮਾਉਣਾ, ਉਹ ਕਿਨਾਰਾ, ਬਾਕੀ ਸਾਰਾ ਸਮੁੰਦਰ ਹੈ ਪਿੱਛੇ ਗਾਹ ਜਾ ਕੇ। ਕੋਪਰ ਚੂਰ ਚਵਾਣੀ ਲੱਥੀ ਕਰਗਲਾ, ਸਾਰਾ ਦਿਮਾਗ ਚੋਂ ਜਿਹੜਾ ਫਤੂਲ ਤੇ ਕੱਢ ਦਿੱਤਾ ਗਿਆਨ ਕਰਾ ਕੇ, ਜਿਹੜਾ ਗਿਆਨ ਕਰਾ ਕੇ ਫਤੂਰ ਕੱਢਿਆ ਜਾ ਸਕਦਾ, ਕਿਸੇ ਨਾਲ ਦੁਸ਼ਮਣੀ ਕਰਕੇ ਨਹੀਂ ਕੱਢਿਆ ਜਾ ਸਕਦਾ। ਗਿਆਨ ਹੈ ਫਤੂਰ, ਮਨ ਸਮਝਾਵਣ ਕਾਰਨੇ ਕਛੂਕ ਪੜੀਏ, ਮਨ ਨੂੰ ਸਮਝਾਇਆ ਜਾ ਸਕਦਾ, ਸਮਝਾ ਕੇ ਜਿੱਤਿਆ ਜਾ ਸਕਦਾ। ਇਹਨੂੰ ਮਾਰ ਕੇ ਲੋਕ ਮਾਰਦੇ ਨੇ ਇੱਕ ਦੂਜੇ ਨੂੰ, ਦੁਬਾਰਾ ਫਿਰ ਜਨਮ ਉਸੇ ਤਰ੍ਹਾਂ ਲੈ ਲੈਂਦੇ ਨੇ, ਜਿੱਤ ਖਤਮ ਨਹੀਂ ਕੀਤਾ ਜਾ ਸਕਦਾ ਇਸ ਤਰੀਕੇ ਨਾਲ, ਖਤਮ ਨੂੰ ਸਮਝਾ ਕੇ ਕੀਤਾ ਜਾ ਸਕਦਾ। ਫਤੂਰ ਕੱਢ ਦਿੱਤਾ ਦਿਮਾਗ ਚੋਂ, ਭੁਲੇਖਾ ਕੱਢ ਦਿੱਤਾ ਦਿਮਾਗ ਚੋਂ। ਕੋਪਰ ਹੈ ਖੋਪੜੀ, ਕੋਪਰ ਦਾ ਮਤਲਬ ਖੋਪੜੀ, ਚੂਰ ਕਰਤੀ ਹੰਕਾਰ ਸਾਰਾ ਚੂਰ ਕਰਤਾ, ਉਹਨਾਂ ਦਾ ਭੁਲੇਖਾ ਸਾਰਾ ਚੂਰ ਕਰਤਾ। ਚਵਾਣੀ ਲੱਥੀ ਕਰਗਲ ਹੈ, ਆਹ ਜਿਹੜਾ ਕਰਗ ਸੀ ਨਾ, ਸਾਰਾ ਕਰਗ ਆ ਸਰੀਰ, ਇਹ ਅੱਡ ਕਰਤਾ ਆਤਮਾ ਨੂੰ, ਅੱਡ ਕਰਕੇ ਦਿਖਾ ਦਿੱਤਾ ਵੀ ਤੂੰ ਵੱਖਰਾ, ਦਵਾ ਹੁਣ ਸਰੀਰ ਵੱਖਰਾ, ਜਾਂ ਕਹਿੰਦਾ ਮੇਰਾ ਸਰੀਰ ਨਹੀਂ ਅੱਜ ਕੰਮ ਕਰਦਾ, ਤੂੰ ਕੌਣ? ਤੂੰ ਆਪਣੇ ਆਪ ਨੂੰ ਪਛਾਣੋ, ਤੁਸੀਂ ਸਰੀਰ ਨੂੰ ਪਰੇ ਛੱਡੋ, ਸਰੀਰ ਤਾਂ ਕੱਪੜਾ ਉੱਤੇ। ਸਾਰੀ ਗੱਲ ਜਾਂ ਸਮਝਾਈ ਉਹਨਾਂ ਦੀ, ਸਮਝ ਵੀ ਆ ਗਈ ਫਟਾਫਟ, ਗੱਲ ਤਾਂ ਠੀਕ ਹੈ, ਇਹ ਤਾਂ ਠੀਕ ਹੈ। ਉਹ ਤੂੰ ਬ੍ਰਹਮ ਆਪ ਹੀ ਹੈ, ਪੂਰਨ ਬ੍ਰਹਮ ਵੀ ਤੈਂ ਬਣਨਾ, ਪਾਰ ਬ੍ਰਹਮ ਵੀ ਤੈਂ ਬਣ ਜਾਣਾ, ਲੀਨ ਹੋ ਜਾਣਾ, ਤੈਂ ਜਦ ਸਮੁੰਦਰ ਜਾ ਕੇ ਕਿਨਾਰੇ ਦੇ ਲੱਗਣਾ, ਸਮੁੰਦਰ ਦਾ ਰੂਪ ਹੋ ਜਾਣਾ, ਸਮੁੰਦਰ ਸਮੁੰਦਰ ਰਹੂਗਾ, ਪਰ ਤੇਰਾ ਹੀ ਨਾਂ ਖਤਮ ਹੋਣਾ, ਨਾਂ ਤੇਰਾ ਖਤਮ ਹੋ ਜਾਣਾ। ਸਮੁੰਦਰ ਤਾਂ ਸਮੁੰਦਰ ਪਹਿਲਾਂ ਵੀ ਹੈ, ਹੁਣ ਵੀ ਹੈ, ਤੇਰੇ ਗਏ 'ਤੇ ਵੀ ਸਮੁੰਦਰ। ਉਹ ਕਹਿੰਦੇ ਤਸੱਲੀ ਹੋ ਗਈ, ਲੱਥੀ ਕਰਗਲਾ, ਪਾਖਰ ਤੁਰਾ ਪਲਾਣੀ ਰੜਕੀ ਧੌਲ ਜਾਏ, ਤਰਤ ਜਾਏ, ਧੌਲ ਜਾਏ, ਪਾਖਰ ਤੁਰਾ ਪਲਾਣੀ ਰੜਕੀ ਧੌਲ ਜਾਏ, ਧੌਲ ਨਹੀਂ ਤਰਤ ਹੈ, ਧੌਲ ਧੌਲ ਇੱਥੇ ਕਿੱਥੋਂ ਆ ਗਿਆ? ਉਹ ਤੁਰਾ ਖੜਾ ਧਰਤੀ 'ਤੇ, ਤਾਂ ਇਹ ਮਿਸਪ੍ਰਿੰਟ ਹੋਇਆ, ਮੈਨੂੰ ਪਤਾ ਇਹਦਾ, ਧੌਲ ਹੋਰ ਜਗ੍ਹਾ ਹੈ, ਅੱਗੇ ਅੱਗੇ ਹੈ ਧੌਲ, ਰੜਕੀ ਧਰਤ ਜਾਏ, ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਏ, ਪਾਖੜਾ ਵੀ ਕੱਟਦਾ, ਜਿਹਦੇ ਚੜਿਆ ਹੋਇਆ ਉਹ ਵੀ ਕੱਟਦਾ, ਤੁਰਾ ਪਲਾਣ ਵੀ ਕੱਟਦਾ। ਪਲਾਣ ਹੰਕਾਰ ਸੀ ਨਾ, ਘੋੜੇ 'ਤੇ ਚੜਿਆ ਰਾਜਾ ਸੀ ਨਾ, ਰੜਕੀ ਧਰਤੀ, ਧਰਤੀ 'ਤੇ ਲੱਗੀ, ਕਿਉਂ ਲੱਗੀ? ਉਹ ਫਿਲੋਸਫੀ ਕੱਟੀ ਹੈ ਸਾਰੀ, ਸਾਰਾ ਕੁਝ ਦਿਖਾ ਦਿੱਤਾ, ਧਰਤੀ ਜਾ ਰੁਕੀ ਨਹੀਂ ਹੈ ਤਲਵਾਰ ਕਿਤੇ ਵੀ, ਦਿਖਾਈ ਕਿਵੇਂ ਹੈ? ਇਹ ਜੀ ਤਲਵਾਰ ਨਹੀਂ ਹੋ ਸਕਦੀ ਜਿਹੜੀ ਰੁਕੀ ਨਾ, ਦੇਖੋ ਕਿੱਥੇ ਤੱਕ ਜਾਂਦੀ ਹੈ। ਲੈਂਦੀ ਅਗਾ ਸਿਧਾਣੀ ਸਿੰਘਾਂ ਧੌਲਦਿਆਂ, ਇੱਥੇ ਹੈ ਧੌਲ ਖੜਾ,
ਇੱਥੇ ਨਹੀਂ ਰੁਕੀ ਦਰਬਾਰ ਧਰਤੀ ਤੇ, ਇੱਥੇ ਨਹੀਂ ਗਿਆਨ ਰੁਕਿਆ, ਬੜੋ ਦੇ ਸਿੰਘਾਂ ਨਹੀਂ ਲੈ ਗਏ ਚੱਕ ਕੇ, ਉਹ ਵੀ ਕੱਟਦੇ, ਉਹ ਸਭ ਝੂਠ ਹੈ ਇਹਨਾਂ ਦਾ। ਜਦੋਂ ਕਹਿੰਦੇ ਤਾਂ ਕਹਿੰਦੇ ਨਹੀਂ ਬੜੋ ਦੇ ਸਿੰਘਾਂ ਦੀ ਧਰਤੀ, ਉਹ ਕਹਿੰਦੇ ਕਾਹਨੂੰ ਖੜੀ ਹੈ ਤਾਂ ਪਾਗਲ ਨੇ, ਤੌਲ ਧਰਮ ਦੇ ਆ ਕਾਬੂਤ ਹੈ ਤਾਂ ਪਾਗਲ ਨੇ। ਕਹਿੰਦੇ ਜੇ ਪਾਗਲ ਨੇ ਇਹੀ ਅਸੀਂ ਕਹਿੰਦੇ ਹੈ ਨਹੀਂ, ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਕਾਹਦੇ ਆਸਰੇ ਖੜੀ ਹੈ। ਮੇਰੇ ਥੰਮਾ ਗਗਨ ਰਹਾਇਆ ਪਹਿਲਾਂ ਕਹਿ ਕੇ ਚੱਲੇ ਨੇ, ਸਿੰਧ ਪਰਬਤ ਮੇਦਨੀ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਉਹ ਪਾਈਏ ਤਾਂ ਆਕਾਸ਼ ਚ ਬਿਨਾਂ ਹੀ ਥੰਮਾ ਦੇ ਖੜੇ ਨੇ, ਤਾਰੇ ਨਹੀਂ ਖੜੇ, ਸੂਰਜ ਨਹੀਂ ਖੜਿਆ ਤਾਂ ਸੋਹ ਦੇ ਥੱਲੇ ਕੀ ਹੈ, ਕਿਹਦੇ ਸਿੰਘ ਨੇ, ਸੂਰਜ ਤਾਂ ਇਦੋਂ ਬੜਾ, ਉਹਦੇ ਵਿਸ਼ਨੂੰ ਦੀ ਉਂਗਲੀ ਦੇ ਖੜਾ, ਉਹ ਕਹਿੰਦੇ ਖੜਾ ਖੜੇ ਵੀ ਤੁਰਦੇ ਫਿਰਦੇ ਨੇ, ਇਹ ਤਾਂ ਐਵੇਂ ਸਦਾ ਹੀ ਨੇ। ਇਹਨਾਂ ਦੀਆਂ ਗੱਲਾਂ 'ਚ ਕੋਈ ਦਮ ਨਹੀਂ ਹੈਗਾ, ਕੁਛ ਨਹੀਂ ਹੈਗਾ, ਇਹ ਤਾਂ ਉਹਦੀ ਕਿਰਪਾ ਨਾਲ ਖੜੀ ਹੈ। ਪਾਖੜ ਤੁਰਾ ਪਲਾਣੀ ਰੜਕੀ ਧਰਤ ਜਾਏ, ਹਾਂ ਲੈਂਦੀ ਹੈਗਾ ਸਿਧਾਣੀ ਸਿੰਘਾਂ ਤੋਂ ਅੱਗੇ ਤੱਕ ਲੈ ਗਏ, ਤੌਲਦੇ ਸਿੰਘਾਂ ਤੱਕ ਲੈ ਗਏ, ਸਭ ਝੂਠ ਹੈ ਇਹਨਾਂ ਦਾ, ਉਹ ਵੀ ਕੱਟ ਦਿੱਤੇ ਸਭ, ਐਸੀ ਤਲਵਾਰ ਮਾਰੀ, ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰਕਾ, ਕੱਛੂ ਦੀ ਖੋਪਰੀ ਦੇ ਜਾ ਚਮਕੀ, ਉੱਥੇ ਤੱਕ ਦਾ ਗਿਆਨ ਕਰਾਤਾ, ਉਹਨੂੰ ਪੁੱਛੋ ਵੀ ਇਹਨਾਂ ਨੂੰ ਪੁੱਛੋ ਕੱਛੂ ਕਾਹਦੇ ਤੇ ਖੜਾ, ਤੂੰ ਘੋੜੇ ਤੇ ਖੜਾ, ਘੋੜਾ ਧਰਤੀ ਤੇ ਖੜਾ, ਤੂੰ ਚਲੋ ਕਾਠੀ ਤੇ ਬੈਠਾ, ਕਾਠੀ ਘੋੜੇ ਦੇ ਉੱਤੇ ਹੈ, ਘੋੜਾ ਧਰਤੀ ਤੇ ਖੜਾ, ਧਰਤੀ ਬਹੁਤ ਦੇ ਸਿੰਘਾਂ ਤੇ ਖੜੀ ਹੈ, ਬਹੁਤ ਖੋਪਰੀ ਕੱਛੂ ਤੇ ਖੜਾ, ਕੱਛੂ ਕਾਹਦੇ ਤੇ ਖੜਾ ਇਹ ਦੱਸੋ, ਕੂਰਮ ਸਿਰ ਲਹਿਲਾਣੀ ਦੁਸ਼ਮਣ ਮਾਰਕਾ, ਕੱਛੂ ਦੀ ਖੋਪਰੀ ਤੇ ਜਾ ਚਮਕੀ, ਦੱਸੋ ਕਾਹਦੇ ਖੜਾ, ਉਹਦੇ ਤੇ ਵੀ ਕੋਈ ਦੱਸੋ ਥੱਲੇ ਕੀ ਹੈ, ਉੱਥੇ ਜਾ ਕੇ ਚੁੱਪ ਕਰ ਜਾਂਦੇ ਨੇ, ਕਿਉਂ ਬਈ ਉੱਥੇ ਕਾਹਦੇ ਚੁੱਪ ਕਰ ਜਾਂਦੇ ਨੇ ਜਾ ਕੇ, ਉਹ ਵੀ ਤਾਂ ਕਿਸੇ ਆਸਰੇ ਖੜੂ, ਇਹ ਕੱਛੂ ਨੂੰ ਹਵਾ 'ਚ ਖੜਾ ਕਰਕੇ ਦਿਖਾਉਣ, ਜੇ ਕੱਛੂ ਹਵਾ 'ਚ ਖੜਾ ਇੱਥੇ ਖੜਾ ਕਰਕੇ ਦਿਖਾ ਦਿਓ ਕੱਛੂ ਨੂੰ, ਨਾਲ ਦੇ ਕੱਛੂ ਵੀ ਤਾਂ ਹੈਗੇ ਨੇ, ਉਹ ਬੜਾ ਹੋਊ, ਹਵਾ 'ਚ ਖੜਾ ਕਰਕੇ ਦਿਓ ਕੱਛੂ ਨੂੰ। ਇਹ ਸਾਰੀ ਫਿਲਾਸਫੀ ਕੱਟੀ ਹੋਈ ਹੈ, ਉਹ ਤਲਵਾਰ ਨਹੀਂ ਐਡੀ ਦੂਰ ਜਾਂਦੀ ਹੁੰਦੀ, ਕੂਰਮ ਕਿੱਥੇ ਹੈ, ਬਲਦ ਕਿੱਥੇ ਹੈ, ਗੁਰਬਾਣੀ ਤਾਂ ਬਲਦ ਨੂੰ ਮੰਨਦੀ ਉਹ ਨਹੀਂ ਮੰਨਦੀ, ਤਲਵਾਰ ਨੇ ਕੱਟਿਆ ਇਹਨਾਂ ਨੂੰ, ਸਭ ਕੁਛ ਝੂਠ ਹੈ, ਇਹਦਾ ਗਿਆਨ ਕਰਾਇਆ ਵੀ ਇਹ ਕੁਛ ਨਹੀਂ ਹੈਗਾ, ਕੂਰਮ ਦੇ ਜਾ ਸਕ ਚਮਕੀ ਕੱਛੂ ਦੇ, ਵੀ ਕੱਛੂ ਕਾਹਦੇ ਤੇ ਖੜਾ ਹੈ, ਉਹ ਦਿਖਾਓ। ਹਾਂਜੀ, ਵੱਡੇ ਗੰਨ ਤੇ ਖਾਣੀ ਮੂਹੇ ਖੇਤ ਵਿੱਚ, ਐਂ ਵਰਗੇ ਖੇਤ ਵਿੱਚ ਜਿਵੇਂ ਤਖਾਣਾ ਨੇ ਨਾ ਮੁੱਛੇ ਲਾ ਕੇ ਰੱਖੇ ਹੁੰਦੇ ਨੇ, ਦਰਖਤ ਵੱਢ ਕੇ ਮੁੱਛ ਨਹੀਂ ਕਰ ਦਿੰਦੇ, ਐਂ ਪੈਰ ਬਸ ਜੇ ਕੋਈ ਚੱਕੂ ਚੱਕ ਲੂ ਨਹੀਂ ਨਾ ਸੀ, ਐਂ ਸੁੰਨ ਹੋ ਗਏ ਸਾਰੇ, ਸੁਣ ਕੇ ਸੁੰਨ ਹੋ ਗਏ, ਦਰਖਤ ਦੇ ਰੂਪ 'ਚ ਆਏ ਸੀ ਚੜ੍ਹ ਕੇ ਨਾ, ਇਕੱਠੇ ਪੇੜ ਦੇ ਰੂਪ ਸੀ ਨਾ, ਇੱਕ ਦੂਜੇ ਨਾਲ ਜੁੜੇ ਹੋਏ ਤੇ, ਸਾਰੇ ਐਂ ਹੋ ਗਏ ਵੀ ਇੱਕ ਦੂਜੇ ਨਾਲ ਜੁੜਿਆ ਹੋਇਆ ਹੀ ਨਹੀਂ ਹੈ। ਵੱਡੇ ਗੰਨ ਤੇ ਖਾਣੀ ਮੂਹੇ ਖੇਤ ਵਿੱਚ, ਜਿਵੇਂ ਕੋਈ ਦਰਖਤ ਦੇ ਟੋਟੇ ਕਰਕੇ ਰੱਖਦੇ ਨੇ, ਐ ਭੈਣ ਨੇ ਵੇਲਦਾ ਹੀ ਨਹੀਂ ਕੋਈ ਜਾਣ ਨਹੀਂ ਵੀ ਇਹ ਕੀ ਹੋ ਗਿਆ। ਰਣ ਵਿੱਚ ਆਪਣੀ ਜਿੱਤ ਵੀ ਹੈ ਤੇ ਆਪਣੀ ਹਾਰ ਵੀ ਹੈ, ਜਿੱਤ ਵੀ ਹੈ, ਸੱਚੇ ਹੋ ਗਏ ਵੀ ਹੈ ਨਹੀਂ ਇਹ ਝੂਠੇ ਧਰਮ ਨੇ, ਇਹ ਪੱਖੋਂ ਸੱਚੇ ਨੇ ਪਰ ਇਹ ਪੱਖੋਂ ਝੂਠੇ ਨੇ ਕਿ ਪਰਮੇਸ਼ਰ ਹੁੰਦਾ ਨਹੀਂ। ਇੱਕ ਪਾਸੇ ਜਿੱਤ ਹੈ ਇੱਕ ਪਾਸੇ ਹਾਰ ਹੈ, ਪਰ ਖੁਸ਼ੀ ਇਸ ਕਰਦੀ ਹੈ ਵੀ ਜਿਹੜੇ ਸਾਡੇ ਤੋਂ ਛੁੱਟਦੇ ਉਹਨਾਂ 'ਤੇ ਸਾਡੀ ਜਿੱਤ ਹੈ, ਇਹਦੇ ਨਾਲ ਕਿਹੜਾ ਸਾਡੀ ਲੜਾਈ ਸੀ, ਇਹਨੂੰ ਤਾਂ ਆਪਾਂ ਨਮਸਕਾਰ ਕਰਨੀ ਹੈ, ਕਰ ਦਿਓ ਕੀ ਫਰਕ ਪੈਂਦਾ, ਸੱਚ ਮੂਹਰੇ ਤਾਂ ਝੁਕਣਾ ਹੀ ਹੈ, ਝੁਕ ਜਾਓ, ਰੱਬ ਨੂੰ ਤਾਂ ਆਪਾਂ ਮੰਨਦੇ ਹੀ ਸੀ, ਪਰਮੇਸ਼ੁਰ ਨੂੰ ਤਾਂ ਮੰਨਦੇ ਸੀ, ਜਾਂ ਉਹਦਾ ਦਰਸ਼ ਸਮਝਾ ਤਾ, ਇਹਨੂੰ ਮੰਨ ਲਓ। ਰਣ ਵਿੱਚ ਘੱਤੀ ਕਹਾਣੀ ਲੋਹੂ ਮਿੱਝ ਦੀ, ਲੋਹੂ ਮਿੱਝ ਦੀ, ਲੋਹੂ ਜਿਹੜਾ ਕਹਾਣੀ ਕਾਹਦੀ ਘੱਤੀ, ਜ਼ਿਆਦਾ ਕਹਾਣੀ ਘੱਤੀ ਲੋਭ ਦੀ, ਲੋਭ ਦੀ ਚਰਚਾ ਜ਼ਿਆਦਾ ਹੋਈ ਇੱਥੇ, ਤੁਸੀਂ ਬਹੁਤ ਚੰਗੇ ਹੋ, ਬਲਵਾਨ ਹੋ, ਜਿਹੜੇ ਦੇਵਤਿਆਂ ਦੇ ਲੋਭ ਦੇ ਅੱਗੇ ਗੋਡੇ ਨਹੀਂ ਟੇਕੇ, ਬੜੇ ਲੋਭ ਦਿੱਤੇ ਨੇ ਇਹਨਾਂ ਨੇ, ਲੋਭ ਦੇ ਆਸਰੇ ਧਰਮ ਲੋਕਾਂ ਨੂੰ ਫਸਾਇਆ, ਇਹ ਦੇਵਤੇ ਤੋਂ ਉਹ ਮਿਲਦਾ, ਤੋਂ ਉਹ ਮਿਲਦਾ, ਗੁਰਦੁਆਰੇ ਤੋਂ ਉਹ ਮਿਲਦਾ, ਅਰਦਾਸ ਕਰੀ ਤੇ ਐਂ ਮਿਲਦਾ, ਫਲਾਣਾ ਸ਼ਬਦ ਜਪ ਲਓ ਐਂ ਮਿਲਦਾ, ਇਹ ਬਹੁਤ ਸ਼ਾਤਰ ਲੋਕ ਨੇ ਫਸਾਉਂਦੇ ਨੇ, ਤੁਸੀਂ ਬੜੇ ਤਕੜੇ ਰਹੇ ਜਿਹੜੇ ਫਸੇ ਨਹੀਂ। ਲੋਕ ਮਿੱਝ ਦੀ ਕਹਾਣੀ ਹੋ ਗਈ ਨਾ, ਉਹਨਾਂ ਦੀ ਤਾਂ ਮਿੱਝ ਨਿਕਲ ਗਈ ਦੇਵਤਿਆਂ ਦੀ ਤਾਂ,
ਉਹਨਾਂ ਦਾ ਲੋਭ ਨਿਕਲ ਗਿਆ, ਉਹਨਾਂ ਦੀ ਚਰਬੀ ਕੱਢਤੀ ਨਾ ਸਾਰੀ, ਉਹ ਦਿਮਾਗ ਦੇ ਵਿੱਚ ਜਿਵੇਂ ਕਹਿੰਦੇ ਨਾ ਜਿਵੇਂ ਉਹਨੇ ਮਟਕੀ ਫੋੜੀ ਦੀ ਕ੍ਰਿਸ਼ਨ ਨੇ, ਉਹਨਾਂ ਦੇ ਦਿਮਾਗ ਤੇ ਹਮੇਸ਼ਾ ਸਾਰੀ ਬਾਹਰ ਕੱਢਤੀ ਦੇਵਤਿਆਂ ਦੀ, ਰਾਧਾ ਦੇਵਤੇ ਬੋਲ ਸਕਦੇ ਨੇ ਹੁਣ। ਜਦ ਮੰਨ ਲਿਆ ਵੀ ਅਸੀਂ ਦੇਵੀ ਨੂੰ ਰਣ ਵਿੱਚ ਕੱਤੀ ਕਹਾਣੀ ਲੋਹੂ ਮਿੱਝਦੀ, ਰਣ ਵਿੱਚ ਕੱਤੀ ਕਹਾਣੀ ਲੋਹੂ ਮਿੱਝਦੀ, ਲੋਹ ਵਾਰ ਮਿੱਝਦੀ ਕਹਾਣੀ ਕੱਤੀ ਗਈ। ਬਿਲਕੁਲ ਪੂਰੀ ਚਰਚਾ ਜੋ ਹੋਈ ਹੈ ਕੱਲੀ ਲੋਭ ਤੇ ਹੋਈ ਹੈ, ਕਿਉਂਕਿ ਲੋਭ ਹੀ ਸਭ ਤੋਂ ਵੱਡਾ ਵਿਰੋਧ ਕਰਦਾ ਧਰਮ ਦਾ। ਇਸੇ ਕਰਕੇ ਲੋਭੀ ਕਾ ਵਸਾ ਨਾ ਕੀਜੇ, ਲੋਭੀ ਤਾਂ ਹੈਗੇ ਨੇ ਉਹ ਰਾਕਸ਼, ਕਿਉਂ ਆਦਮੀ ਨੇ ਉਹ ਕਿਸੇ ਧਰਮ ਤੋਂ ਲੋਭ, ਲੋਭ ਦੇ ਆਸਰੇ ਕਿਸੇ ਝੂਠੇ ਧਰਮ ਨੂੰ ਮੰਨਣ ਨੂੰ ਤਿਆਰ ਨਹੀਂ। ਲੋਭੀ ਹੋਣਾ ਹੋਰ ਗੱਲ ਹੈ, ਧਰਮ ਨੂੰ ਲੋਭ ਦੇ ਥਾਂ ਇਸਤੇਮਾਲ ਕਰਨਾ ਹੋਰ ਗੱਲ ਹੈ, ਉਹਨਾਂ ਦੇ ਛੁੱਟਣ ਦਾ ਰਸਤਾ ਹੀ ਖਤਮ ਹੋ ਗਿਆ। ਜਿਹੜਾ ਆਦਮੀ ਧਰਮ ਨੂੰ ਲੋਭ ਦੀ ਪੂਰਤੀ ਦਾ ਸਾਧਨ ਬਣਾ ਲੈਂਦਾ ਉਹਦਾ ਇੱਥੋਂ ਸੰਸਾਰ ਤੋਂ ਛੁੱਟਣ ਦਾ ਰਸਤਾ ਖਤਮ ਹੋ ਜਾਂਦਾ। ਬਸ ਉਹਨਾਂ ਨੇ ਇੱਕ ਰਾਹ ਬਚਾ ਕੇ ਰੱਖਿਆ ਹੈ, ਧਰਮ ਨੂੰ ਲੋਭ ਦਾ ਸਾਧਨ ਨਹੀਂ ਬਣਾਇਆ, ਲੋਭ ਦੀ ਪੂਰਤੀ ਦਾ ਸਾਧਨ ਨਹੀਂ ਬਣਾਇਆ, ਰਾਕਸ਼ਾਂ ਨੇ ਦੇਵਤਿਆਂ ਨੇ ਬਣਾਇਆ ਹੋਇਆ। ਦੇਵਤਿਆਂ ਦਾ ਰਸਤਾ ਬਿਲਕੁਲ ਪੱਥਰ ਦਾ ਬੰਦ ਹੋ ਗਿਆ, ਪੱਥਰ ਲੱਗ ਗਿਆ ਅੱਗੇ, ਜਦੋਂ ਪੰਡਿਤ ਨੇ ਬਾਟ ਪਾੜ ਲਈ ਸੀ ਤਾਂ ਕਬੀਰ ਨੇ ਜਦੇ ਕਹਿਤਾ ਸੀ ਵੀ ਹੁਣ ਤੇਰੇ ਪੈਰ 'ਚ ਬੇੜੀ ਪੈ ਗਈ, ਸੰਗਲ ਪੈ ਗਿਆ, ਹੁਣ ਤੂੰ ਮਾਇਆ ਨਾਲ ਇਸ ਤਰੀਕੇ ਨਾਲ ਬੰਨਿਆ ਗਿਆ, ਹੁਣ ਤੁਹਾਡਾ ਛੁਟਕਾਰਾ ਨਹੀਂ ਹੋ ਸਕਦਾ, ਮੂਰਤੀ ਨਾਲ ਜੁੜ ਗਏ ਤੁਸੀਂ, ਮੂਰਤੀ ਦੀ ਪੂਜਾ ਕਰਨ ਲੱਗ ਗਏ। ਮੂਰਤੀ ਦੀ ਪੂਜਾ ਤਾਂ ਮਾਇਆ ਦੀ ਪੂਜਾ, ਜੜ ਪੂਜਾ ਹੈ, ਤਾਂ ਚੇਤਨ ਹੋ ਕੇ ਜੜ ਦੀ ਪੂਜਾ ਕਰੇ, ਜੜ ਤੋਂ ਕੁਛ ਭਾਲੇ, ਚੇਤਨ ਹੋ ਕੇ, ਜੜ ਧਰਤੀ ਹੈ, ਤੁਸੀਂ ਇਹ ਤੋਂ ਕੁਛ ਭਾਲ ਦਿਓ, ਮਿਹਨਤ ਕਰ ਲਓ, ਬਾਗ ਲਾ ਲਓ, ਬੀਜ ਲਓ, ਇਹ ਤੋਂ ਜੇ ਕੁਛ ਭਾਲ ਦਿਓ ਤੁਸੀਂ, ਤੁਹਾਡੇ ਕੋਲ ਇੰਨੀ ਅਕਲ ਹੈਗੀ ਹੈ, ਸਾਧਨ ਹੈਗੇ ਨੇ, ਖੇਤੀ ਕਰਦੇ ਨੇ ਲੋਕ, ਧਰਤੀ 'ਚ ਖਾਨਾ ਪੱਟੀਆਂ ਹੋਈਆਂ ਨੇ, ਸੋਨਾ ਕੱਢਦੇ ਨੇ, ਪੈਟਰੋਲ ਕੱਢਦੇ ਨੇ, ਬਹੁਤ ਕੁਛ ਇਹਦੇ ਵਿੱਚ ਕੱਢਦੇ ਨੇ, ਇਹ ਮਿਹਨਤ ਨਾਲ ਕੱਢ ਸਕਦੇ ਹੋ ਤੁਸੀਂ, ਜਿਹੜਾ ਇਹ ਤੋਂ ਲੈਣਾ ਉਹ ਮਿਹਨਤ ਨਾਲ ਲੈ ਸਕਦੇ ਹੋ, ਜਾਂ ਫਿਰ ਕੁਦਰਤੀ ਤੌਰ 'ਤੇ ਜੋ ਮਿਲਦਾ ਲਈ ਜਾਓ, ਦਰਖਤ ਨੇ ਹੋਰ ਨੇ, ਅੱਗੇ ਜੰਗਲੀ ਜਾਨਵਰ, ਜੰਗਲੀ ਆਦਮੀ ਸੀਗਾ ਜੋ ਪੈਦਾ ਹੁੰਦਾ ਅਤੇ ਖਾਂਦਾ ਹੀ ਸੀ ਧਰਤੀ 'ਚ, ਜੜ ਹੈ, ਪੱਥਰ ਦੀ ਤੁਸੀਂ ਪੂਜਾ ਕਰਕੇ ਕੀ ਕਰੋਗੇ, ਆਪੇ ਘੜ ਕੇ ਤੁਸੀਂ ਮੂਰਤੀ ਬਣਾਈ ਹੈ, ਆਪੇ ਉਹਦੀ ਪੂਜਾ ਕਰੀ ਜਾਓ, ਤੁਹਾਨੂੰ ਕੀ ਦੇ ਦੂ, ਬੁੱਧੀਹੀਨ ਹੋ ਗਏ ਬਿਲਕੁਲ। ਚਾਰੇ ਯੁੱਗ ਕਹਾਣੀ ਚਲਕ ਤੇਗ ਦੀ, ਚਾਰੇ ਯੁੱਗ ਕਹਾਣੀ ਚਲਕ ਤੇਗ ਦੀ, ਤੇਗ ਕਹਿਤਾ ਹੁਣ ਦੁਰਗਾ ਨੂੰ, ਆ ਉਹਨਾਂ ਨੇ ਤੇਗ ਕਿਉਂ ਨਾ ਸਮਝਿਆ ਵੀ ਦੁਰਗਾ ਨੂੰ ਤੇਗ ਵੀ ਕਹਿਤਾ, ਦੁਰਗਾ ਨੂੰ ਤਾਂ ਤੇਗ ਕਿਹਾ, ਦੁਰਗਾ ਨੂੰ ਤਾਂ ਤੇਗ ਕਿਹਾ ਤੇ ਫਤਿਹ ਹੋ ਗਈ, ਹੁਣ ਇਹ ਤੇਗ ਤੋਂ ਫਤਿਹ ਹੈ, ਦੇ ਗੋ ਤੇਗ ਦਊਗਾ ਸੰਸਾਰ ਨੂੰ ਤੇਗ, ਤੇਗ ਚੰਡੀ ਹੋਊਗੀ ਫਤਿਹ, ਤਾਂ ਲੋਕਾਂ ਦਾ ਮਨ ਜਿੱਤਿਆ ਜਾਊਗਾ, ਜਿਹਨੂੰ ਜਿਹੜਾ ਜਿਹੜਾ ਇਹਨੂੰ ਤੇਗ ਨੂੰ ਧਾਰਨ ਕਰਦਾ ਰਹੂਗਾ, ਉਹਨੇ ਤਲਵਾਰ ਧਾਰਨ ਕਰਾਈ ਹੈ, ਉਹ ਤਾਂ ਇੱਕ ਨਿਸ਼ਾਨੀ ਹੈ, ਉਹ ਤਾਂ ਰਾਕਸ਼ ਬਣਾਉਂਦੀ ਹੈ ਸਾਨੂੰ, ਤਲਵਾਰ ਇਕੱਲੀ ਪਾਉਣੀ ਉਹ ਪਰਛਾਣੀ ਰਾਕਸ਼ ਬਿਰਤੀ ਬਣਾਉਂਦੀ ਹੈ, ਉਹ ਦੇਵਤੇ ਇਹਦੇ ਨਾਲ ਬਣਨਾ, ਪਹਿਲਾਂ ਦੇਵਤੇ ਬਣਾਏ ਨੇ, ਜਿਨ ਮਾਨਸ ਦੇ ਦੇਵਤੇ ਕੀ ਹੈ, ਆਹ ਸਾਡੀ ਬਾਹਰ 'ਚ ਦੇਵਤੇ ਪਹਿਲਾਂ ਨੇ, ਰਾਕਸ਼ ਬਾਅਦ 'ਚ ਬਣੀ ਦਾ ਹੁੰਦਾ, ਇਹ ਰਾਕਸ਼ ਪਹਿਲਾਂ ਹੀ ਬਣ ਗਏ, ਦੇਵਤਿਆਂ ਵਾਲੀ ਗੱਲ ਛੱਡ ਦਿਓ, ਰਾਕਸ਼ ਬਣਾ ਰਹੇ ਨੇ ਇਹ ਜਿਹੜੇ ਸਿਰਫ ਅੰਮ੍ਰਿਤ ਛਕਾ ਰਹੇ ਨੇ ਰੱਬ ਨੂੰ ਨਾ ਮੰਨਣ ਵਾਲੇ, ਫਿਰ ਹੀ ਮੰਨਦੇ, ਤਾਂ ਹੀ ਛੱਡਦਾ ਇਹਨਾਂ ਨੇ ਪਰਮੇਸ਼ਰ ਛੱਡਤਾ, ਗੁਰੂ ਫੜ ਲਏ, ਵਿਅਕਤੀ ਗੁਰੂ ਫੜ ਲਏ, ਪਰਮੇਸ਼ਰ ਛੱਡਿਆ ਦਿੱਤਾ, ਉਹਨਾਂ ਦਾ ਵੀ ਵਿਅਕਤੀ ਫੜੇ ਹੋਏ ਤੇ, ਹਿੰਦੂਆਂ ਦੇ ਵਿਅਕਤੀ ਫੜੇ ਹੋਏ ਤੇ, ਆਦਮੀ ਫੜੇ ਹੋਏ ਤੇ, ਪਰਮੇਸ਼ਰ ਛੱਡਿਆ ਹੋਇਆ ਸੀ, ਇਹਨਾਂ ਨੇ ਵੀ ਛੱਡਤਾ, ਇਹ ਬੁੱਧੀ ਭ੍ਰਸ਼ਟ ਕਰਦੀ ਹੈ, ਇਹ ਫਿਲੋਸਫੀ ਨਾਲ ਬੁੱਧੀ ਭ੍ਰਸ਼ਟ ਹੋ ਗਈ ਸਾਡੀ, ਤੇਗ ਪਹਿਲਾਂ ਆ ਚਾਹੀਦੀ ਸੀ ਜਿਹੜੀ ਲੈਣੇ ਨੂੰ ਨਾਨਕ ਨੇ ਦਿੱਤੀ ਹੈ ਗਿਆਨ ਖੜਗ,
ਉਹ ਦੂਜੀ ਤਲਵਾਰ ਦਾ ਤਾਂ ਵੱਜਦੀ ਆ, ਇਹ ਤਲਵਾਰ ਦਾ ਵਿਰੋਧ ਕਰਨ ਵਾਲੇ ਤਾਕਤ ਨਾਲ ਵੀ ਕਰਦੇ ਨੇ, ਫਿਰ ਇਹਦੀ ਲੋੜ ਪੈਂਦੀ ਹੈ ਬਾਅਦ 'ਚ, ਇਹ ਤਾਂ ਬਾਅਦ 'ਚ ਲੋੜ ਪੈਂਦੀ ਹੁੰਦੀ ਹੈ। ਨਾਨਕ ਨੂੰ ਨਹੀਂ ਲੋੜ ਪਈ ਇਸ ਤਲਵਾਰ ਦੀ, ਪੰਚਮ ਪਾਤਸ਼ਾਹ ਤੱਕ ਨਹੀਂ ਲੋੜ ਪਈ ਇਸ ਤਲਵਾਰ ਦੀ। ਇਹਦਾ ਜਾਏ ਤਲਵਾਰ ਖਤਰਾ ਬਣ ਗਈ ਉਹਨਾਂ ਵਾਸਤੇ, ਰਾਜਿਆਂ ਵਾਸਤੇ, ਫਿਰ ਲੋੜ ਪਈ ਹੈ। ਉਹਨੇ ਕਿਹਾ ਗਿਆਨ ਦੇ ਨਾਲ ਤਾਂ ਸਾਰੀ ਦੁਨੀਆ ਪੜ ਲੈਣਗੇ, ਦੁਨੀਆ ਬਾਕੀ ਹੋ ਜੂ ਸੱਤੇ, ਇਹਨੂੰ ਸਖਤੀ ਨਾਲ ਬੰਦ ਕਰੋ ਧਰਮ ਨੂੰ, ਫਿਰ ਇਹ ਤਲਵਾਰ ਦੀ ਲੋੜ ਪੈ ਗਈ ਸੀ, ਵਰਨਾ ਇਹਦੀ ਲੋੜ ਨਹੀਂ ਹੁੰਦੀ, ਇਹਦੀ ਨਹੀਂ ਲੋੜ ਹੁੰਦੀ, ਅੱਜ ਇਹਦੀ ਕੋਈ ਲੋੜ ਨਹੀਂ ਹੈ। ਸਿੰਬਲ ਅਸੀਂ ਛੱਡਣਾ ਵੀ ਨਹੀਂ ਹੈ, ਸਿੰਬਲ ਦੇ ਤੌਰ 'ਤੇ ਛੱਡਣਾ ਵੀ ਨਹੀਂ ਹੈ, ਕਿਤੇ ਲੋੜ ਪੈ ਸਕਦੀ ਹੈ, ਪਰ ਇਹਦੀ ਇਹਦੀ ਲੋੜ ਨਹੀਂ ਸਾਨੂੰ। ਇਹ ਗਿਆਨ ਖੜਕ ਦੀ ਲੋੜ ਹੈ, ਪਹਿਲਾਂ ਗਿਆਨ ਖੜਕ ਦੀ ਲੋੜ ਹੈ ਸਾਨੂੰ, ਡਿਫੈਂਸ ਵਾਸਤੇ ਦੂਜੀ ਦੀ ਲੋੜ ਹੈ, ਜੇ ਲੋੜ ਪਵੇ ਤਾਂ। ਓਫੈਂਸਿਵ ਨਹੀਂ ਕਰ ਸਕਦੇ ਅਸੀਂ ਇਹਦੇ ਨਾਲ, ਹਮਲਾਵਰ ਨਹੀਂ ਹੋ ਸਕਦੇ ਅਸੀਂ ਇਹਦੇ ਨਾਲ, ਹਮਲਾਵਰ ਇਹਦੇ ਨਾਲ ਗਿਆਨ ਖੜਕ ਨਾਲ। 22-12 ਨੇ ਗਿਆਨ ਖੜਕ ਦੇ ਹਮਲੇ ਨੇ ਸਾਰੇ। ਹਾਂਜੀ, ਚਾਰੇ ਯੁੱਗ ਕਹਾਣੀ ਚਲਗ ਤੇਗ ਦੀ, ਚਾਰੇ ਯੁੱਗ ਕਹਾਣੀ ਇਹੀ ਚੱਲਦੀ ਰਹਿੰਦੀ ਹੈ, ਇਹ ਤੇਗ ਦੀ ਕਹਾਣੀ, ਰਾਜਾ ਰਾਮ ਕੀ ਕਹਾਣੀ ਹੈ, ਉੱਥੇ ਰਾਜਾ ਰਾਮ ਕੀ ਕਹਾਣੀ ਕਿਹਾ, ਰਾਮ ਪਿਤਾ ਨਾ ਇਹ ਸੀਤਾ, ਸੀਤੋ ਸੀਤਾ ਮਹਿਮਾ ਮਾਹੇ ਮਾਹੇ, ਤਾਂ ਕਿ ਰਾਮ ਬਸੇ ਜਿਨ ਕੇ ਰਾਮ ਬਸੇ ਮਨ ਮਾਹੇ, ਜਿਹਨੇ ਰਾਮ ਮੰਦਰ ਹੈ ਉਹੀ ਸੀਤਾ ਹੈ, ਸੀਤੋ ਨੇ ਗੁਰਮਤ ਨੇ ਨਾਲ ਜੋੜਤਾ, ਸੀਤਾ ਉਹੀ ਹੈ, ਉੱਥੇ ਹੀ ਹੈ ਜਿੱਥੇ ਰਾਮ ਹੈ, ਉਹ ਰਾਮ ਦੀ ਕਹਾਣੀ ਹੈ, ਇਹ ਸੀਤਾ ਦੀ ਕਹਾਣੀ ਹੈ, ਰਾਮ ਔਰ ਸੀਤਾ ਦੀ ਇਕੱਠੀ ਉਹ ਕਹਾਣੀ ਹੈ, ਦੋਹਾਂ ਦੀ ਉਹ, ਜੇ ਸੀਤਾ ਨਾ ਹੋਵੇ ਰਾਮ ਦੀ ਕਹਾਣੀ ਕਿੱਥੇ, ਸੀਤਾ ਹੀ ਕਾਰਨ ਹੈ ਰਾਮ ਦੀ ਕਹਾਣੀ ਦੀ, ਨਹੀਂ ਰਾਮ ਦੀ ਕਹਾਣੀ ਉਹ ਨਾ ਹੁੰਦੀ ਜੇ ਸੀਤਾ ਨਾ ਹੁੰਦੀ, ਸੀਤਾ ਨਾ ਹੁੰਦੀ ਰਾਮ ਦੀ ਕਹਾਣੀ ਉਹ ਨਹੀਂ ਸੀ, ਸੀਤਾ ਦੇ ਸਵੈਂਬਰ ਤੋਂ ਕਹਾਣੀ ਸ਼ੁਰੂ ਹੋਈ ਹੈ, ਬਸ ਸੀਤਾ ਤੱਕ ਕਹਾਣੀ ਹੈ, ਬਾਕੀ ਤਾਂ ਖਤਮ ਹੈ, ਉਦੋਂ ਪਹਿਲਾਂ ਸ਼ੁਰੂ ਨਹੀਂ ਹੋਈ, ਰਾਮ ਚੰਦਰ ਦੇ ਜਨਮ ਤੋਂ ਕਹਾਣੀ ਕੋਈ ਸ਼ੁਰੂ ਨਹੀਂ ਹੁੰਦੀ, ਸੀਤਾ ਦੇ ਸਵੈਂਬਰ ਤੋਂ ਸ਼ੁਰੂ ਹੁੰਦੀ ਹੈ, ਗੁਰਮਤ ਦੇ ਪ੍ਰਗਟ ਹੋਣ ਤੋਂ ਹੀ ਸਵੈਂਬਰ ਤੋਂ ਕਹਾਣੀ ਸ਼ੁਰੂ ਹੋਣੀ, ਹੋਰ ਕਿੱਥੋਂ ਹੋਣੀ ਹੈ, ਬਾਕੀ ਦਾ ਕੀ ਕਰਨਾ, ਬਾਕੀ ਤਾਂ ਸਭ ਨੇੜੇ ਚੱਕ, ਬਾਕੀ ਤਾਂ ਅਰਬਦ ਨਰਬਦ ਤੰਦੂਕਾਰ ਹੈ। ਵਿਧਨ ਖੇਤ ਵਿਹਾਣੀ ਮਹਿਖੇ ਦੈਂਤ ਨੂੰ, ਵਿਧਨ ਖੇਤ ਵਿਹਾਣੀ ਮਹਿਖੇ ਦੈਂਤ ਨੂੰ, ਐਂ ਜਿਹੜਾ ਮਹਿਖਾ ਦੈਂਤ ਹੈ ਨਾ, ਭਰਮ ਹੈ ਦੁਨੀਆਂ 'ਚ ਜਿਹੜਾ ਭਰਮ ਹੈ, ਉਹਦੇ 'ਤੇ ਭੀੜ ਪੈ ਜਾਂਦੀ ਹੈ, ਵਿਧਨ ਖੇਤ ਵਿਹਾਣੀ ਮਹਿਖੇ ਦੈਂਤ ਨੂੰ, ਅਸਲ 'ਚ ਭਰਮੇ ਮਹਿਖਾ ਦੈਂਤ ਰਹਿ ਗਿਆ, ਹੁਣ ਜਿੰਨਾ ਚਿਰ ਭਰਮ ਹੈ ਉਹਨਾਂ ਚਿਰ ਮਹਿਖਾ ਦੈਂਤ ਹੈ, ਭਰਮ ਨਹੀਂ ਗਿਆ, ਔਗਣ ਦੇ ਨਾਲ ਆਦਮੀ ਦਾ ਕਹਿੰਦੇ ਬੁਰਾ ਨਹੀਂ ਆਦਮੀ, ਜੇ ਬੁਰਾਈ ਛੱਡ ਦੇਵੇ ਫਿਰ ਆਦਮੀ ਬੁਰਾ ਨਹੀਂ, ਜੇ ਬੁਰਾਈ ਛੱਡ ਦੇਵੇ, ਬੁਰਾਈ ਨਾਲ ਬੁਰਾ ਨਾ, ਭਰਮ ਨਾਲ ਮੈਂ ਖਾ ਦੇ ਸੀ, ਜੇ ਭਰਮ ਛੱਡਤਾ ਫਿਰ ਮੈਂ ਖਾ ਨਹੀਂ ਰਿਹਾ, ਭਰਮ 'ਤੇ ਭਾਰੂ ਪੈ ਗਈ ਤਲਵਾਰ, ਭਰਮ 'ਤੇ ਗਿਆਨ ਭਾਰੂ ਪੈ ਗਿਆ, ਖੇਤ ਵਿੱਚ ਕੋਈ ਜਵਾਬ ਨਹੀਂ ਹੈ ਭਰਮ ਗਿਆਨੀਆਂ ਕੋਲ, ਨਾ ਤਾਂ ਇਹ ਮਹਿਖਾ ਨਹੀਂ ਮਹਿਖੇ ਉਹ ਵੀ ਨਹੀਂ, ਅਸਲ 'ਚ ਹੰਕਾਰ ਉਹਨਾਂ 'ਚ ਵੀ ਹੈ, ਦੇਵਤਿਆਂ 'ਚ ਵੀ ਹੈ, ਸਾਰੇ ਹੰਕਾਰੀਆਂ 'ਤੇ ਭਾਰੂ ਹੋ ਗਿਆ, ਭਾਰੂ ਪੈ ਗਈ ਗਿਆਨ, ਕਿਸੇ ਕੋਲ ਕੋਈ ਜਵਾਬ ਨਹੀਂ, ਨਾ ਦੇਵਤੇ ਬੋਲਦੇ ਨੇ, ਖਿਲਾਫ ਦੇਵਤਿਆਂ ਦੇ ਹੈ, ਤਲਵਾਰ ਕਿਤੇ ਵੱਜੀ ਹੈ, ਕੂਰ ਮਸਲੇ ਲਾਉਣੀ, ਵਾਰ ਕਿਤੇ ਕੀਤਾ, ਬੋਲ ਧੌਲੇ 'ਤੇ ਵਾਰ ਕਿਤੇ ਕੀਤਾ, ਕੱਛੂ 'ਤੇ ਵਾਰ ਤਾਂ ਫਿਰ ਦੇਵਤਿਆਂ ਦੇ ਹੋਇਆ ਹੈ, ਰਾਕਸ਼ਾਂ ਦੇ ਤਾਂ ਹੋਇਆ ਹੀ ਨਹੀਂ ਵਾਰ, ਉਹਨਾਂ ਦੇ ਤਾਂ ਕੋਈ ਫਿਲੋਸਫੀ ਹੋਇਆ ਨਹੀਂ, ਉਹ ਤਾਂ ਮੈਂ ਨਾ ਮੰਨੂ ਵਾਲੇ 'ਤੇ, ਮੈਂ ਨਾ ਮੰਨੂ ਝੂਠ ਨੂੰ, ਵਾਰ ਉਹਨਾਂ 'ਤੇ ਹੋਇਆ, ਫਾਇਦਾ ਰਾਕਸ਼ਾਂ ਨੂੰ ਹੋਇਆ, ਸਮਝ ਰਾਕਸ਼ਾਂ ਨੂੰ ਆਈ, ਝੂਠ ਨੂੰ ਝੂਠ ਸਾਬਿਤ ਕਰਕੇ ਦੂਜਿਆਂ ਨੂੰ ਮਨਾ ਰਹੇ ਨੇ, ਦੋਹਾਂ ਨੂੰ ਇਹ ਸਭ ਕੁਝ ਹੋ ਰਿਹਾ, ਉਹਨਾਂ ਨੂੰ ਵੀ ਹੋ ਰਿਹਾ, ਵੀ ਦੱਸਣ ਹੋਵੇ ਉੱਠ ਕੇ ਕਿੱਥੇ ਬੋਲ, ਪਹਿਲਾਂ ਤਾਂ ਉਹ ਪੁੱਛਦੇ ਤੇ
ਹੁਣ ਜਿਹਨੂੰ ਚੜਾ ਕੇ ਲਿਆ ਇਹਨੇ ਬਤੰਦਰ ਉਹ ਪੁੱਛਦਾ ਵੀ ਦੱਸੋ ਇਹ ਕਿੱਥੇ ਬਲਦ। ਹੁਣ ਜਦ ਉਹਨੂੰ ਲੈ ਕੇ ਆਇਆ ਇਹਨੇ ਵੀ ਸਾਡਾ ਇਹੋ ਜਿਹੀ ਗੁਰੂ ਹੈ, ਹੁਣ ਫਿਰ ਉਹਦੇ ਉੱਠ ਕੇ ਕਿਵੇਂ ਕਹਿਣ? ਉਹਦੇ ਦੇਵ ਰਾਕਸ਼ਾਂ ਦੇ ਡਰਦੇ ਨੇ ਵੀ ਜੇ ਬੋਲ ਪਏ ਇਹਨਾਂ ਨੇ ਗੱਲ ਤੇ ਫੜ ਲੈਣਾ, ਅੱਗੇ ਮਸਾ ਜਾਨ ਬਚਾਈ ਹੈ। ਕੜੱਕੀ ਚ ਫਸ ਗਏ ਦੇਵਤੇ, ਐ ਕੜੱਕੀ ਚ ਫਸ ਜਾਂਦੇ ਨੇ। ਜਦੋਂ ਇਹੋ ਜਿਹਾ ਸਮਾਂ ਆਉਂਦਾ ਹੈ ਜਿਹੜੇ ਧਰਮ ਵਾਲੇ ਨੇ ਸਾਰਿਆਂ ਕੜੱਕੀ ਚ ਫਸ ਜਾਂਦੇ ਨੇ, ਇਹ ਕੜੱਕੀ ਚ ਰਾਕਸ਼ ਨਹੀਂ ਕੜੱਕੀ ਚ ਫਸਦੇ, ਰਾਕਸ਼ ਤਾਂ ਇਹਨਾਂ ਦੇ ਬਾਹਰੋਂ ਪੈ ਜਾਂਦੇ ਨੇ ਵੀ ਝੂਠੇ ਨੇ ਝੂਠੇ ਨੇ ਸਾਰੇ ਸੰਸਾਰ 'ਚ ਇਹਨਾਂ ਦੀ ਖੇ ਉੱਡਦੀ ਹੈ, ਰਾਕਸ਼ਾਂ ਦੀ ਕੀ ਖੇ ਉੱਡਦੀ ਹੈ? ਜੇ ਤਰਕੀਲ ਹੁਣ ਮੰਨ ਲੈਣਗੇ ਰੱਬ ਹੈਗਾ ਤਾਂ ਵੀ ਸਾਨੂੰ ਦੱਸੀ ਤਾਂ ਨਹੀਂ ਸੀ ਮੰਨਦੇ, ਆਹ ਜਿਹੜੇ ਜਿਵੇਂ ਇਹ ਕਹਿੰਦੇ ਹੈ ਨਹੀਂ, ਉਹਨਾਂ ਨੂੰ ਤਾਂ ਕੋਈ ਨਹੀਂ ਕਿਸੇ ਨੇ ਕੁਛ ਕਹਿਣਾ। ਤਾਂ ਕਹਿੰਦੇ ਭਾਈ ਇਹ ਤਾਂ ਗੱਲ ਠੀਕ ਹੈ ਤੁਹਾਡੀ, ਝੂਠ ਨੂੰ ਤੁਸੀਂ ਨਹੀਂ ਮੰਨਿਆ, ਇਹ ਕੀ ਕਹਿ ਕੇ ਛੁੱਟਣਗੇ? ਜਿੰਨਾ ਝੂਠ ਦਾ ਪ੍ਰਚਾਰ ਕੀਤਾ, ਜਿੰਨਾ ਇਹਨਾਂ ਨੇ ਝੂਠ ਦਾ ਪ੍ਰਚਾਰ ਕੀਤਾ ਸਾਖੀਆਂ ਦਾ, ਸੰਤ ਕੀ ਕਹਿ ਕੇ ਛੁੱਟਣਗੇ? ਇਹ ਪ੍ਰਚਾਰਕ ਕੀ ਕਹਿ ਕੇ ਛੁੱਟਣਗੇ? ਮੂੰਹ ਦਿਖਾਉਣ ਜੋਗੇ ਨਹੀਂ ਰਹਿਣ। ਇਹ ਕੌਣ ਨੇ? ਇਹ ਨਿੰਦਕ ਸਾਬਤ ਹੋਣੇ ਨੇ ਸਾਰੇ, ਨਿੰਦਕ ਇਹ ਨੇ, ਰਾਕਸ਼ ਨਿੰਦਕ ਨਹੀਂ ਹੁੰਦੇ। ਰਾਕਸ਼ਰਾਂ ਨੇ ਜੇ ਵਿਰੋਧ ਕੀਤਾ ਝੂਠ ਦਾ ਕੀਤਾ, ਝੂਠ ਦਾ ਵਿਰੋਧੀ ਨਿੰਦਕ ਨਹੀਂ ਹੁੰਦਾ, ਸੱਚ ਦਾ ਵਿਰੋਧੀ ਨਿੰਦਕ ਹੁੰਦਾ। ਸਾਰੇ ਨਿੰਦਕ ਸਾਬਤ ਹੋਣੇ ਨੇ ਜਿੰਨੇ ਧਰਮ ਵਾਲੇ ਨੇ, ਪੀੜ ਇਹਨਾਂ ਨੂੰ ਪੈਣੀ ਹੈ, ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਸਰਨਾ। ਫਿਰ ਜਦ ਸਤਯੁਗ ਦੀ ਲੱਗਣਾ, ਜਿਵੇਂ ਪਿੱਛੇ ਹੈਗਾ ਅਵਤਾਰਾਂ ਚ, ਅਵਤਾਰ ਦਾ ਮਤਲਬ ਇਹੀ ਹੈ, ਇਹ ਟਾਈਮ ਹੁੰਦਾ ਜਦੋਂ ਸਤਯੁਗ ਫੇਰ ਲੱਗਦਾ, ਇੱਥੇ ਸਤਯੁਗ ਦਾ ਰਾਜ ਹੁੰਦਾ ਹੈ, ਕਿ ਰਾਕਸ਼ ਸਤਯੁਗ ਦੇ ਹਮੀ ਹੋ ਜਾਂਦੇ ਨੇ ਖੜੇ। ਇਹ ਅੰਦਰੋਂ ਸੁਲਗਦੀ ਹੁੰਦੀ ਹੈ ਨਾ ਜੱਗ, ਸੁਲਗਦੀ ਇਹਨਾਂ ਚ ਰਹਿੰਦੀ ਹੈ ਦੇਵਤਿਆਂ ਜੱਗ ਅੰਦਰੋਂ, ਇਹ ਅੰਦਰੋਂ ਨਹੀਂ ਮੰਨਦੇ ਹੁੰਦੇ, ਉੱਤੋਂ ਉੱਤੋਂ ਮੰਨਦੇ ਹੁੰਦੇ ਨੇ, ਇਹੀ ਫਿਰ ਅੱਗ ਸਲਗਾਉਂਦੇ ਨੇ ਥੋੜ੍ਹਾ ਚਿਰ ਬਾਅਦ। ਰਾਕਸ਼ਾਂ ਦੇਵਤਾ ਦੇ ਪੱਖੋਂ ਹੀ ਫੇਰ ਸੱਚ ਨੂੰ ਮੱਧਮ ਕੀਤਾ ਜਾਂਦਾ। ਇਹ ਆਪਣਾ ਬਦਲਾ ਲੈਂਦੇ ਨੇ, ਜਿੰਨਾ ਇਹਨਾਂ ਦੇ ਖਿਲਾਫ ਭਗਤ ਬਾਣੀ ਨੇ ਭਗਤਾਂ ਨੇ ਪ੍ਰਚਾਰ ਕੀਤਾ, ਇਹਨਾਂ ਨੇ ਭਗਤਾਂ ਦੇ ਚੁੱਪ ਕਰਕੇ ਉਹਨਾਂ 'ਤੇ ਐਸੇ ਹਮਲੇ ਕੀਤੇ ਨੇ ਕਹਾਣੀਆਂ ਬਣਾ ਕੇ, ਉਹਨੇ ਪੱਥਰ ਦੇ ਵਿੱਚੋਂ ਦਰਸ਼ਨ ਹੋਏ, ਇਹ ਸਭ ਕੀ ਇਹ ਹਮਲੇ ਨੇ ਗੁੱਝੇ, ਇਤਿਹਾਸ ਲਿਖ ਕੇ ਸਾਖੀਆਂ ਬਣਾ ਕੇ ਇਹ ਐਸੇ ਹਮਲੇ ਕਰਦੇ ਨੇ, ਸੰਸਾਰ ਦੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਵੀ ਕੀ ਗੱਲ ਹੈ। ਇਹ ਸਾਰੇ ਦੇਵਤਿਆਂ ਦੀ ਧਾਰਮਿਕ ਬੰਦਿਆਂ ਦੀ ਕਰਾਮਾਤ ਹੈ, ਇਸ ਕਰਕੇ ਗੁਰਬਾਣੀ 'ਚ ਰਾਕਸ਼ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਦੇ ਰਾਕਸ਼ ਦਾ ਜ਼ਿਕਰ ਨਹੀਂ ਆਇਆ ਹੋਇਆ, ਮਨਮੁੱਖ ਦਾ ਜ਼ਿਕਰ ਆਇਆ ਹੋਇਆ, ਮਨਮੁੱਖ ਇਹਨਾਂ ਨੂੰ ਕਿਹਾ ਹੋਇਆ ਜਿਹਨਾਂ ਕੋਲ ਮਨਮਤ ਮਤ ਹੁੰਦੀ ਹੈ। ਰਾਕਸ਼ਾਂ ਦੀ ਤਾਂ ਕੋਈ ਮਤ ਹੀ ਨਹੀਂ ਵਿਚਾਰਿਆਂ ਦੀ, ਉਹ ਤਾਂ ਕਿਸੇ ਮਤ ਨੂੰ ਮੰਨਦੇ ਹੀ ਨਹੀਂ। ਸਾਰੀ ਗੁਰਬਾਣੀ ਦੀਆਂ 22-12 ਹੀ ਰਾਕਸ਼ ਤੇ ਇੱਕ ਵੀ ਗੱਲ ਖਿਲਾਫ ਨਹੀਂ, ਸਾਰੀ ਇਹਨਾਂ ਦੇ ਖਿਲਾਫ ਹੈ, ਇਹ ਧਰਮਾਂ ਦੇ ਖਿਲਾਫ ਹੈ। 22-12 ਦਾ ਜਦ ਆਪਾਂ ਕਰਨਾ ਨਾ, ਸਾਰਾ ਸ਼ਬਦ ਇਹਨਾਂ ਦੇ ਧਰਮਾਂ ਦੇ ਖਿਲਾਫ ਹੈ, ਗੁਰਬਾਣੀ ਸਾਰੀ ਧਰਮਾਂ ਦੇ ਖਿਲਾਫ ਹੈ, ਰੱਬ ਨੂੰ ਮੰਨਣ ਵਾਲੇ ਦੇ ਬਿਲਕੁਲ ਖਿਲਾਫ ਨਹੀਂ, ਕੋਈ ਇੱਕ ਗੱਲ ਨਹੀਂ ਹੈ ਨਾ ਮੰਨਣ ਵਾਲੇ ਦੇ ਖਿਲਾਫ, ਮੰਨਿਆ ਕਿ ਮੈਂ ਉਹਨੂੰ ਮਨਾਉਣ ਵਾਲਾ ਕੋਈ ਨਹੀਂ ਹੈ, ਦੱਸੇ ਤਾਂ ਸਹੀ ਉਹਨੂੰ ਕਿਹੜੀ ਚੀਜ਼ ਨੂੰ ਮੰਨਣ, ਝੂਠ ਨੂੰ ਮੰਨਣ, ਉਹ ਮੰਨਣ ਵਾਲੀ ਗੱਲ ਹੋਵੇ ਤਾਂ ਮੰਨ ਲੈਣ। ਬੜੇ ਬੜੇ ਜਿੰਨੇ ਅਫਸਰ ਨੇ, ਬੜੇ ਬੜੇ ਜਿੰਨੇ ਇੰਟੈਲੀਜੈਂਟ ਬੰਦੇ ਨੇ, ਧਰਮ ਦੇ ਕਿਉਂ ਨਹੀਂ ਵਿਸ਼ਵਾਸ ਕਰਦੇ? ਉਹ ਵਿਸ਼ਵਾਸ ਕਰਨ ਵਾਲੀ ਕੋਈ ਗੱਲ ਹੋਵੇ ਕਰਨ, ਉਹ ਗੱਲ ਉਹਨਾਂ ਨੂੰ ਮਿਲੀ ਨਹੀਂ, ਵਿਸ਼ਵਾਸ ਉਹ ਕਰਦੇ ਨਹੀਂ, ਉੱਤੋਂ ਉੱਤੋਂ ਹਾਂ ਕਹਾਂ ਕਹੀ ਜਾਂਦੇ ਨੇ, ਕੀ ਕਰਨ ਵਿਚਾਰੇ? ਤਸੱਲੀ ਨਹੀਂ ਕਰਾਉਣ ਵਾਲਾ ਕੋਈ ਹੈਗਾ, ਤਸੱਲੀ ਬਣਾਉਣ ਨਹੀਂ ਮੰਨਦੇ ਹੁੰਦੇ, ਸਿਆਣੇ ਬੰਦੇ ਨਹੀਂ ਮੰਨਦੇ ਹੁੰਦੇ, ਮੂਰਖ ਮੰਨ ਲੈਂਦੇ ਨੇ, ਇਹ ਮੂਰਖਾਂ ਦੇ ਗੁਰੂ ਨੇ, ਅਗਿਆਨਤਾ ਫੈਲਾ ਕੇ ਗੁਰੂ ਬਣਦੇ ਨੇ ਸਾਰੇ ਇਹ, ਲੋਕਾਂ ਨੂੰ ਬੁੱਧੂ ਬਣਾ ਕੇ, ਅਤੇ ਗੁਰਮੁਖ ਗਿਆਨ ਦੇ ਕੇ ਦਾਸ ਬਣਦੇ ਨੇ, ਗੁਰੂ ਨਹੀਂ ਬਣਦੇ, ਆਪ ਦਾਸ ਬਣ ਕੇ ਗੁਰੂ ਦਾ ਦਰਸ਼ਨ ਕਰਾਉਂਦੇ ਹੁੰਦੇ ਨੇ, ਗੁਰਮੁਖ ਗੁਰੂ ਦਾ ਦਰਸ਼ਨ ਕਰਾਉਂਦੇ ਨੇ, ਗੁਰੂ ਉਹਦੇ ਅੰਦਰੋਂ ਹੀ ਜਗਾਉਂਦੇ ਨੇ, ਅੰਦਰੋਂ ਹੀ ਉਹਦੇ ਹੀ, ਕੋਈ ਤੇਰੇ ਅੰਦਰ ਆ ਗੁਰੂ ਅੰਦਰ ਦੇ, ਉਹ ਦਰਸ਼ਨ ਹੋਜੂ ਤੈਨੂੰ, ਸ਼ਬਦ ਗੁਰੂ ਜਾਂ ਫਿਰ ਗਿਆਨ ਗੁਰੂ ਦਾ ਸਮਝਾ ਦਿੰਦੇ ਨੇ ਵੀ ਗਿਆਨ ਗੁਰੂ ਕੀ ਹੁੰਦਾ, ਜਿਹਦੇ 'ਚ ਆਤਮਾ ਦਾ ਉਪਦੇਸ਼ ਹੋਵੇ ਗਿਆਨ ਗੁਰੂ ਹੁੰਦਾ, ਬਸ
ਗਿਆਨ ਗੁਰੂ ਆਤਮਾ ਉਪਦੇਸ਼ ਆਤਮਾ ਦੀ ਜਾਣਕਾਰੀ ਕਰਾਉਣ ਵਾਲਾ ਗਿਆਨ ਗੁਰੂ ਹੁੰਦਾ। ਹਾਂਜੀ ਪੌੜੀ ਇਤੀ ਮਹਿਕਾ ਸਰ ਦੈਂਤ ਮਾਰੇ ਦੁਰਗਾ ਆਇਆ ਮਹਿਕਾ ਸਰ ਇਸ ਤਰੀਕੇ ਨਾਲ ਮਹਿਕਾ ਸਰ ਦੈਂਤ ਨੂੰ ਮਾਰ ਕੇ ਦੁਰਗਾ ਵਾਪਸ ਆ ਗਈ ਦੁਰਗਾ ਆਇਆ ਹਾਂ ਆਈ ਵਾਪਸ ਆਇਆ ਤਾਂ ਲਿਖਿਆ ਨਾ ਕੋਈ ਇਹ ਬਣਾ ਮੰਨ ਲਵੇ ਇਸਤਰੀ ਹੈ ਆਇਆ ਲਿਖ ਦਿੱਤਾ ਹੁਣ ਆਇਆ ਤਾਂ ਬਲੇ ਹੁੰਦਾ ਇਹ ਔਰਤ ਹੈ ਉਹ ਨਹੀਂ ਇਹ ਗੁਰਮੁਖ ਹੈ ਗੁਰਮੁਖੀ ਲਿਖਿਆ ਹੈ ਜਗ੍ਹਾ ਜਗ੍ਹਾ ਆਦਿ ਗੁਰੂ ਗ੍ਰੰਥ ਸਾਹਿਬ 'ਚ ਇਹ ਬੰਦਾ ਹੈ ਇਹ ਆਇਆ ਲਿਖਿਆ ਆਇਆ ਆਈ ਨਹੀਂ ਲਿਖਿਆ ਜੇ ਤਾਂ ਸਰੀਰ ਹੁੰਦਾ ਫਿਰ ਤਾਂ ਆਈ ਹੁੰਦਾ ਲਿਖਿਆ ਸਰੀਰ ਹੈ ਉਹ ਨਹੀਂ ਗੱਲ ਤਾਂ ਵਿਵੇਕ ਬੁੱਧੀ ਦੀ ਹੈ ਲੜਾਈ ਬੁੱਧੀ ਦੀ ਹੈ ਲੜਨ ਵਾਲਾ ਆਦਮੀ ਹੈ ਸੂਹੀ ਰਾਗ 'ਚ ਉਹਦੀ ਦੁਹਾਗਣ ਸੁਹਾਗਣ ਕਹੀ ਹੋਈ ਹੈ ਉਹ ਕੀ ਹੈ ਫਿਰ ਜਾਏ ਪੁੱਛੇ ਸੁਹਾਗਣੀ ਬਾਏ ਉਹ ਤਾਂ ਇਸਤਰੀ ਨਿਯਮ ਦੇ ਵਿੱਚ ਗੱਲ ਕੀਤੀ ਹੋਈ ਹੈ ਨਾ ਬਸ ਨਾ ਇਸਤਰੀ ਹੁੰਦੀ ਹੈ ਨਾ ਪੁਰਖ ਹੁੰਦਾ ਆਤਮਾ ਬੁੱਧ ਜਿਹੜੀ ਹੈ ਉਹ ਇਸਤਰੀ ਪੁਰਖ ਉਹਦੇ 'ਚ ਕੀ ਉਹ ਲਿੰਗ ਭੇਦ ਤਾਂ ਮਾਇਆ 'ਚ ਹੁੰਦੇ ਨੇ ਉਹ 'ਚ ਲਿੰਗ ਭੇਦ ਜੋਤ ਵਿੱਚ ਲਿੰਗ ਭੇਦ ਨਹੀਂ ਹੁੰਦਾ ਉਹਨੂੰ ਦੋਵੇਂ ਚੀਜ਼ਾਂ ਵਰਤ ਲਈ ਦੀਆਂ ਨੇ ਉਹਦੇ 'ਚ ਹਾਂਜੀ ਚੌਦਾਂ ਲੋਕਾਂ ਰਾਣੀ ਸਿੰਘ ਨਚਾਇਆ ਚੌਦਾਂ ਲੋਕਾਂ ਰਾਣੀ ਸਿੰਘ ਨਚਾਇਆ ਸਾਰੇ ਰਾਜ ਹੋ ਗਿਆ ਉਹਦਾ ਬਸ ਫੇਰ ਸਿੰਘ ਨਚਾਇਆ ਫੇਰ ਸੱਚ ਦਾ ਪ੍ਰਚਾਰ ਕੀਤਾ ਫਿਰ ਸੱਚ ਲਾਗੂ ਕਰਤਾ ਸਾਰੇ ਖੁੱਲ੍ਹ ਕੇ ਪ੍ਰਚਾਰ ਹੋਇਆ ਨਚਾਇਆ ਨਾਲ ਖੁੱਲ੍ਹ ਕੇ ਪ੍ਰਚਾਰ ਹੋਇਆ ਫਿਰ ਸੱਚ ਦਾ ਕਿ ਨਾ ਵਿਰੋਧੀ ਇਹ ਰਹੇ ਸੱਚ ਦੇ ਸੱਚ ਦੇ ਜਿਹੜੇ ਵਿਰੋਧੀ ਸੀ ਦੋਵੇਂ ਧਰਮ ਵਿਰੋਧ ਵਾਲੀਆਂ ਹਾਰ ਗਈਆਂ ਦੇਵਤੇ ਉਹ ਹਾਰ ਮੰਨ ਕੇ ਚੁੱਪ ਕਰਕੇ ਰਾਖਸ਼ ਛੱਕ ਕੇ ਜੋ ਗਏ ਫਿਰ ਖੁੱਲ ਕੇ ਪ੍ਰਚਾਰ ਹੋਇਆ ਆਜ਼ਾਦ ਆਜ਼ਾਦੀ ਨਾਲ ਤਾਂ ਸਿੰਘ ਨੱਚਿਆ ਸਿੰਘ ਨੱਚਿਆ ਤਾਂ ਸੱਚ ਨੱਚਿਆ ਚੌਦਾਂ ਲੋਕਾਂ ਉਸ ਵੇਲੇ ਦੀ ਭਾਸ਼ਾ ਹੈ ਇਹਨਾਂ ਦੀ ਚੌਦਾਂ ਲੋਕ ਮੰਨਦੇ ਨੇ ਇਸ ਪ੍ਰਿਥੀ ਦੇ ਚੌਦਾਂ ਲੋਕ ਮੰਨਦੇ ਨੇ ਜਿਵੇਂ ਬਰਿਆਦਮਾ ਆਪਣੇ ਸੱਤ ਨੇ ਨਾ ਦੀਪ ਦੂਪ ਗਿਣ ਕੇ ਉਸ ਵੇਲੇ ਜਿੰਨੇ ਕੁ ਲੋਕ ਜਾਣਦੇ ਸੀ ਉਹਨਾਂ ਨੂੰ ਚੌਦਾਂ ਲੋਕ ਮੰਨ ਲੈਂਦੇ ਸੀ ਇਹ ਧਰਤੀ ਉੱਤੇ ਪ੍ਰਚਾਰ ਹੋਇਆ ਕਿ ਚੰਦਰਮੇ 'ਤੇ ਜਾ ਕੇ ਹੋਰ ਕਿਤੇ ਨਹੀਂ ਹੋਇਆ ਹੈ ਪ੍ਰਚਾਰ ਐਸੇ ਐਸੇ ਧਰਤੀ 'ਤੇ ਹੋਇਆ ਪ੍ਰਚਾਰ ਜਿਹੜਾ ਸੱਚ ਦਾ ਹੋਇਆ ਚੌਦਾਂ ਦੇਸ਼ ਚੌਦਾਂ ਲੋਕਾਂ ਰਾਣੀ ਸਿੰਘ ਨਚਾਇਆ ਹਾਂ ਚੌਦਾਂ ਲੋਕਾਂ ਦੇ ਵਿੱਚ ਮੰਨੀ ਗਈ ਨਾ ਇਹ ਗੁਰਮਤ ਰਾਕਸ਼ਾਂ ਦੇ ਵਿੱਚ ਸਾਰੀ ਦੁਨੀਆਂ ਦੇ ਲੋਕ ਇਸ ਲੜਾਈ ਸਾਰੀ ਦੁਨੀਆਂ ਦੇ ਲੋਕ ਆਏ ਹੋਏ ਨੇ ਜਿਵੇਂ ਮਹਾਂਭਾਰਤ ਦੀ ਲੜਾਈ ਸਾਰੀ ਦੁਨੀਆਂ ਦੇ ਲੋਕ ਦਿਖਾਏ ਨੇ ਆਏ ਹੋਏ ਨੇ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਦਲਾਂ ਵਿੱਚ ਜਿਹੜੇ ਅਗਲੇ ਅਗਲੇ ਜਟਾਣੀ ਸੀ ਵੀਰ ਬੜੀਆਂ ਜਟਾਂ ਵਾਲੇ ਉਹ ਸਾਰੇ ਮਾਰੇ ਗਏ ਬੜੀਆਂ ਜਟਾਂ ਵਾਲੇ ਸਾਧੂ ਬੜੇ ਸਾਧੂ ਮਾਰੇ ਵੀਰ ਜਟਾਣੀ ਅਗਲੇ ਅਗਵਾਈ ਕਰਨ ਵਾਲੇ ਸੀ ਸਾਰੇ ਮਾਰੇ ਗਏ ਕੋਈ ਨਹੀਂ ਰਿਹਾ ਕਿ ਜਿਹੜਾ ਗਿਆਨ ਚਰਚਾ ਤੋਂ ਜਿਹਨੂੰ ਸ਼ੰਕਾ ਹੋਵੇ ਜਿਹਦੇ 'ਚ ਹਿੰਮਤ ਹੋਵੇ ਵੀ ਮੈਂ ਅਜੋ ਭੁੱਖ ਰਹਿ ਗਈ ਲੜਨ ਦੀ ਮੈਂ ਹੋਰ ਕਰੂੰਗਾ ਅਜੋ ਦੋ ਚਾਰ ਗੱਲਾਂ ਸਭ ਹਥਿਆਰ ਸੁੱਟ ਗਏ ਮੰਗਣ ਨਾਹੀਂ ਪਾਣੀ ਦਲੀ ਹੰਕਾਰਕ ਹੈ ਜਿਹੜੇ ਦਲੀ ਸੀ ਬੜੇ ਬੜੇ ਦਲਾਂ ਵਾਲੇ ਸੀ ਜਾਂ ਘਰ ਗਏ ਨਾ ਥੱਕ ਹਾਰ ਕੇ ਪਾਣੀ ਮੰਗਣ ਦੀ ਹਿੰਮਤ ਵੀ ਨਹੀਂ ਰਹੀ ਪਾਣੀ ਦੀ ਲੋੜ ਸੀ ਹੰਕਾਰ ਐਸਾ ਟੁੱਟਿਆ ਪਾਣੀ ਮੰਗਣ ਦੀ ਹਿੰਮਤ ਵੀ ਨਹੀਂ ਹੈ ਇੰਨਾ ਉਹਨਾਂ ਦਾ ਹੰਕਾਰ ਟੁੱਟੇ ਤੇ ਅਫਸੋਸ ਹੋ ਗਿਆ ਉਹਨਾਂ ਇੱਕ ਪਾਸੇ ਤਾਂ ਅਫਸੋਸ ਹੋ ਗਿਆ ਰਾਜ ਗਿਆ ਇੱਕ ਪਾਸੇ ਤੇ ਜਿੱਤ ਵੀ ਹੋ ਗਈ ਉਹਦਾ ਰਾਜ ਚੱਲਿਆ ਗਿਆ ਨਾ ਉਹ ਬਸ ਉਹਨੇ ਬੋਲਤੀ ਬੰਦ ਕਰਤੀ ਬੋਲਤੀ ਉਹ ਬੰਦ ਹੋ ਗਈ ਚੁੱਪੇ ਗੁੰਮੇ ਹੋ ਗਏ ਜਿਹੜਾ ਕੁਛ ਪ੍ਰਚਾਰ ਕਰ ਰਹੇ ਤਾਂ ਕਰ ਨਹੀਂ ਸਕਦੇ ਉਹ ਤਾਂ ਕਰ ਨਹੀਂ ਸਕਦੇ ਪ੍ਰਚਾਰ ਬੜੇ ਤਰਕਸ਼ੀਲ ਪ੍ਰਚਾਰ ਕਰਦੇ ਨੇ ਉਹ ਤਾਂ ਕਰ ਨਹੀਂ ਸਕਦੇ ਹੁਣ ਉਹ ਤਾਂ ਲੋਕਾਂ ਨੂੰ ਆਮ ਪਤਾ ਲੱਗ ਗਿਆ ਪਾਣੀ ਮੰਗਣ ਨੂੰ ਵੀ ਬੋਲਣਾ ਮੁਸ਼ਕਿਲ ਹੋ ਗਿਆ ਉਹਨੂੰ ਔਖਾ ਹੋ ਗਿਆ ਨਹੀਂ ਬੋਲਤੀ ਉਹ ਬੰਦ ਹੋ ਗਈ ਹਾਂਜੀ ਜਨ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਐ ਸਮਝ ਲਓ ਪਠਾਨ ਰਾਗ ਤੋਂ ਬਹੁਤ ਖਿਲਾਫ਼ ਨੇ ਰਾਗ ਪਠਾਣਾ ਨੂੰ ਬਰਦਾਸ਼ਤ ਨਹੀਂ ਰਾਗ ਨੂੰ ਹਰਾਮ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਤਾਂ ਹੀਟਾਂ ਮਾਰੀਆਂ ਸੀ ਐ ਸਮਝ ਲਓ ਵੀ ਰਾਗ ਐਸਾ ਸੁਣਿਆ ਪਠਾਣਾ ਨੇ
ਕਿ ਪਠਾਨ ਗੁੰਮ ਹੋ ਗਏ, ਦੇਖਦੇ ਹੀ ਰਹਿ ਗਏ, ਬੋਲਣ ਜੋਗੇ ਹੀ ਨਾ ਰਹੇ। ਜਿਵੇਂ ਕੀਲੇ ਜਾਂਦੇ ਨੇ, ਕੀਲ ਦਿੱਤੇ ਰਾਗ ਨੇ ਪਠਾਨ, ਕੀਲੇ ਗਏ, ਐਂ ਕੀਲੇ ਗਏ ਹੈ। ਉਸ ਗਿਆਨ ਤੋਂ ਕੋਈ ਵੱਸ ਨਹੀਂ ਚੱਲਦਾ, ਬੋਲਣ ਨੂੰ ਕਹਿਣ ਨੂੰ ਕੁਛ ਨਹੀਂ ਰਿਹਾ ਕੋਲ। ਰੱਤੂ ਦੇ ਹੜਵਾਣੀ ਚੱਲੇ ਵੀਰ ਖੇਤ। ਹਾਂ, ਇਹ ਜ਼ਰੂਰ ਹੈ ਵੀ ਸੰਸਾਰ ਦੇ ਵਿੱਚ ਲੋਭ ਤੋਂ ਖਿਲਾਫ ਚਰਚਾ ਪੂਰੀ ਜ਼ੋਰਾਂ 'ਤੇ ਹੋਈ। ਰੱਤੂ ਦੇ ਹੜਵਾਣੀ, ਰੱਤੂ ਲੋਭ ਨੂੰ ਲਵਾਂਗੇ ਅਸੀਂ, ਕਿਉਂਕਿ ਗੁਰਮਤ ਦੇ ਵਿੱਚ ਲੋਭ ਰੱਤ ਹੈ। ਹੁਣ ਕਹਿੰਦੇ ਉੱਥੇ ਦਰਿਆ ਨਹੀਂ ਸੀ ਚੱਲਦੇ ਖੂਨ ਦੇ, ਇੱਦਾਂ ਨਹੀਂ ਚੱਲਦੇ ਹੁੰਦੇ ਖੂਨ ਦੇ ਦਰਿਆ, ਸਾਰੇ ਜਿਉਂਦੇ ਹੀ ਨੇ, ਮੰਗਣ ਨਾ ਹੀ ਪਾਣੀ, ਇਹਦਾ ਮਤਲਬ ਮਰੇ ਤਾਂ ਹੈ ਨਹੀਂ ਉਹ। ਇੱਕ ਪਾਸੇ ਲਿਖਦਾ ਸਾਰੇ ਮਾਰਤੇ, ਇੱਕ ਪਾਸੇ ਮੰਗਣ ਨਾ ਹੀ ਪਾਣੀ, ਇਹਦਾ ਮਤਲਬ ਜਿਉਂਦੇ ਹੀ ਨੇ, ਮਾਰਿਆ ਕੋਈ ਨਹੀਂ ਹੈਗਾ, ਹਾਰ ਗਏ। ਗਿਆਨ ਚਰਚਾ ਇਹ ਹਾਰ ਗਏ, ਉਹ ਜਿਹੜੇ ਪਾਣੀ ਮੰਗਣ ਰਾਹੀਂ ਪਾਣੀ, ਦਲੀ ਦਲ ਵੀ ਜਿਉਂਦੇ ਨੇ, ਦਲੀ ਵੀ ਜਿਉਂਦੇ ਨੇ, ਪਾਣੀ ਮੰਗਣ ਜੋਗੇ ਨਹੀਂ ਰਹੇ, ਬੋਲਣ ਜੋਗੇ, ਆਪਾਂ ਕਹਿੰਦੇ ਬੋਲਣ ਜੋਗੇ ਨਹੀਂ ਛੱਡੇ। ਇਹ ਵਿੱਚ ਵਿੱਚ ਐਸੀਆਂ ਪੰਕਤੀਆਂ ਲਿਖਦੀ, ਉਹ ਤੋਂ ਪਤਾ ਲੱਗ, ਤੁਸੀਂ ਬੁੱਝੋ ਵੀ ਇਹ ਗੱਲ ਕੀ ਹੈ। ਜੇ ਦੂਜੀ ਜੰਗ ਹੁੰਦੀ ਇਹ ਥੋੜ੍ਹੀ ਹੁੰਦਾ, ਫਿਰ ਇਹ ਹੁੰਦਾ ਵੀ ਕਿਹਨੂੰ ਕਿਹਨੇ ਚੱਕਿਆ, ਕਿੱਥੇ ਸੰਸਕਾਰ ਕੀਤਾ, ਦੂਜੀਆਂ ਫੌਜਾਂ ਕਿਹਨੇ ਚੱਕੀਆਂ, ਹਸਪਤਾਲ ਬਣੇ ਹੋਏ ਕਿ ਨਹੀਂ ਬਣੇ ਹੋਏ, ਤੇ ਫਿਰ ਤਾਂ ਉਹ ਕਹਾਣੀ ਹੁੰਦੀ ਸਾਰੀ, ਕਿੰਨੀ ਆਬਾਦੀ ਮਰੀ ਗਈ, ਕਿੰਨੀ ਆਬਾਦੀ ਬਚ ਗਈ, ਕਿਹੜੇ ਕਿਹੜੇ ਹਥਿਆਰ ਚੱਲੇ, ਕੁਛ ਵੀ ਨਹੀਂ ਹੈ। ਹਾਂਜੀ, ਰੱਤੂ ਦੇ ਹੜਵਾਣੀ ਚੱਲੇ ਵੀਰ ਖੇਤ, ਪੀਤਾ ਫੁੱਲ ਇਆਣੀ ਘੁੰਮਣ ਸੂਰਮੇ। ਪੀਤਾ ਫੁੱਲ ਇਆਣੀ ਘੁੰਮਣ ਸੂਰਮੇ, ਫੁੱਲ ਇਆਣੀ ਮਤਲਬ ਹੈ ਫੁੱਲ ਤੇ ਗੱਲ ਚਲੀ ਗਈ ਸੂਰਮਿਆਂ ਦੀ, ਫਲ ਨਹੀਂ ਜੋ ਮਿਲਿਆ, ਫਲ ਕੋਈ ਨਹੀਂ ਮਿਲਿਆ। ਐਸਾ ਜ਼ਰੂਰ ਹੋ ਗਿਆ ਕਿ ਉਸ ਗਿਆਨ ਨੂੰ ਮੰਨ ਲਿਆ, ਉਸ ਧਰਮ ਨੂੰ ਮੰਨ ਲਿਆ ਜੀ, ਜੋ ਫੁੱਲ ਤੱਕ ਪਹੁੰਚ ਗਏ ਸਾਰੇ। ਪੀਤਾ ਫੁੱਲ ਇਆਣੀ, ਫੁੱਲਾਂ ਦਾ ਜਿਹਨੂੰ ਬਿਲਕੁਲ ਕੁਛ ਨਹੀਂ ਸੀ ਜਾਣਦੇ, ਉਹਨਾਂ ਨੇ ਗੁਰਮਤ ਫੁੱਲ ਤੱਕ ਪਹੁੰਚਾਉਣ ਵਾਲਾ ਗਿਆਨ ਲੈ ਲਿਆ। ਪੀਤਾ ਫੁੱਲ ਇਆਣੀ ਘੁੰਮਣ ਸੂਰਮੇ, ਘੁੰਮਣ ਸੂਰਮੇ, ਯਾਨੀ ਇਸ ਗੱਲ 'ਚ ਉਹਨਾਂ ਨੂੰ ਨਸ਼ਾ ਵੀ ਹੈ ਵੀ ਉਹਨੂੰ ਗਿਆਨ ਵੀ ਇੰਨਾ ਹੋ ਗਿਆ। ਦੂਜੇ ਪਾਸੇ ਗਿਆਨ ਗੁਰਮਤ ਸੁਣੀ ਹੈ, ਜਿਹੜਾ ਗਿਆਨ ਤਾਂ ਹੋਏ ਗਿਆ ਉਹਨਾਂ ਨੂੰ, ਉਹਦਾ ਜਿਹੜਾ ਉਹਨਾਂ ਦੇ ਅੰਦਰ ਅਸਰ 'ਚ, ਉਹਦੇ ਸਿਰ 'ਤੇ ਹੀ ਘੁੰਮਦੇ ਨੇ, ਤੁਰਦੇ ਫਿਰਦੇ ਨੇ। ਜੋ ਚਰਚਾ ਗਿਆਨ ਚਰਚਾ ਉਹਨਾਂ ਨੇ ਸੁਣੀ, ਉਹਦੇ ਸਿਰ 'ਤੇ ਹੀ ਤੁਰਦੇ ਫਿਰਦੇ ਨੇ, ਬੋਲਤੀ ਬੰਦ ਹੋ ਗਈ, ਮਨ ਦੀ ਬੋਲਤੀ ਬੰਦ ਹੋਣੀ ਵੀ ਸੰਤੋਖ ਦੀ ਅਵਸਥਾ। ਜਦੋਂ ਕੁਛ ਨਹੀਂ ਮੰਗਦਾ ਆਦਮੀ ਸੰਤੋਖ ਹੋ ਜਾਂਦਾ, ਸੰਤੋਖ ਫੁੱਲ ਦੀ ਸੈਂਸ ਵਿੱਚ ਹੀ ਹੈ। ਪਹਿਲੇ ਪੈਰੇ ਫੁੱਲਣਾ, ਪਹਿਲੇ ਪੈਰੇ ਫੁੱਲਣਾ, ਫੁੱਲ ਤੱਕ ਦਾ ਗਿਆਨ ਦੇ ਦਿੱਤਾ, ਫਲ ਤਾਂ ਪਿੱਛੇ ਰਾਤ ਹੈ ਹੁਣ। ਪੌੜੀ, ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ। ਬਸ ਦੇਵਤਿਆਂ ਨੂੰ ਕਹਿਤਾ ਵੀ ਤੁਸੀਂ ਉਹਨੂੰ ਰਾਜ ਕਰੋ, ਰਾਜ ਆਪ ਤਾਂ ਕਰਨਾ ਨਹੀਂ ਹੁੰਦਾ। ਦੇਖੋ ਫੇਰ ਵੀ ਇੱਥੇ ਗੁਰਮੁਖ ਨੇ ਰਾਜ ਆਪ ਨਹੀਂ ਲਿਆ, ਰਾਜ ਨਹੀਂ ਲਿਆ ਕੋਈ ਅਲੋਪ। ਹਾਂ, ਉਹਨਾਂ ਨੇ ਵੀ ਇਹਨਾਂ ਨੂੰ ਰਾਜੇ ਬਣਾ ਦਿੱਤਾ ਮਿਸਲਾਂ ਵਾਲਿਆਂ ਨੂੰ, ਅਕਾਲੀ ਫੂਲਾ ਸਭ ਪਿੱਛੇ ਹਟ ਗਿਆ, ਪਾਸੇ ਹਟ ਕੇ ਬਹਿ ਗਿਆ। ਇਹਨਾਂ ਨੂੰ ਕਿਹਾ ਰਾਜ ਤਾਂ ਤੁਸੀਂ ਕਰੋ, ਨਿਗਾਹ ਅਸੀਂ ਰੱਖਾਂਗੇ ਤੁਹਾਡੇ, ਰਾਜ ਤਾਂ ਇਹਨਾਂ 'ਤੇ ਹੀ ਕਰਾਉਣਾ, ਖਾਲਸਾ ਨੇ ਤਾਂ ਨਿਗਾਹ ਹੀ ਰੱਖਣੀ ਇਹਨਾਂ 'ਤੇ ਵੀ ਰਾਜ ਕਿਵੇਂ ਕਰਦੇ ਹੋ। ਨਿਗਾਹ ਰੱਖਣ 'ਚ ਉਹ ਕਮਜ਼ੋਰ ਰਹਿ ਗਿਆ ਅਕਾਲੀ ਫੂਲਾ ਸਿੰਘ, ਉਹਨੂੰ ਇੰਨਾ ਗਿਆਨ ਨਹੀਂ ਸੀਗਾ, ਲੜਨਾ ਹੀ ਆਉਂਦਾ ਸੀ, ਗਿਆਨ ਵਾਲੀ ਗੱਲ ਹੈ ਨਹੀਂ ਸੀ। ਇੱਕ ਪਾਸਾ ਹੀ ਪਤਾ ਸੀ, ਦੂਜੇ ਪਾਸੇ ਦਾ ਪਤਾ ਨਹੀਂ ਸੀ। ਹਾਂਜੀ, ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ, ਈਸ਼ਰ ਦੀ ਬਰਦਾਨੀ ਹੋਈ ਜਿੱਤ ਦੇਣ। ਈਸ਼ਰ ਦੀ ਬਰਦਾਨੀ ਹੋਈ ਜਿੱਤ, ਦੇਖੋ ਈਸ਼ਰ ਦੀ ਬਰਦਾਨੀ ਕੀ ਹੈ, ਜਿਹੜਾ ਈਸ਼ਰ ਹੈ ਨਾ, ਈਸ਼ਰ ਇਹਨਾਂ ਦਾ ਸ਼ਿਵ ਜੀ ਜਾਂ ਵਿਸ਼ਨੂੰ, ਉਹਨੂੰ ਬਰਦਾਨ ਦੇਣ ਵਾਲੀ ਹੈ ਈਸ਼ਰ ਨੂੰ, ਪਰਮੇਸ਼ਰ ਚ ਬਦਲ ਦੇਣ ਵਾਲੀ ਹੈ, ਈਸ਼ਰ ਦਾ ਫੁੱਲ ਹੈ। ਇਹ ਤਾਂ ਮੰਗਦੇ ਨੇ ਉਹ, ਸ਼ਿਵ ਜੀ ਕੀ ਹੈ,
ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਕਿਉਂ ਖੋਜਦਾ ਮਹੇਸ਼ਰ ਬ੍ਰਹਮ ਗਿਆਨੀ ਕੋ ਇਹ ਈਸ਼ਰ ਦੀ ਵਰਦਾਨੀ ਤਾਂ ਹੀ ਹੈ ਈਸ਼ਰ ਵੀ ਇਹ ਤੋਂ ਮੰਗਦਾ ਕੁਛ ਈਸ਼ਰ ਕਹਿੰਦਾ ਮੈਨੂੰ ਮਿਲੇ ਕੋਈ ਬ੍ਰਹਮ ਗਿਆਨੀ ਤਾਂ ਮੈਂ ਅਗਲਾ ਗੱਲ ਉਹਦੇ ਨਾਲ ਪੁੱਛਾਂ ਉਹ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਈਸ਼ਰ ਦੀ ਵਰਦਾਨੀ ਗੱਲ ਹੈ ਹੋਈ ਜਿੱਤ ਦਿਨ ਜਿੱਤ ਹੋ ਗਈ ਔਰ ਦਿਨ ਚੜ ਗਿਆ ਹਨੇਰੇ ਚ ਜਿੱਤ ਨਹੀਂ ਹੈ ਚਾਨਣ ਚ ਜਿੱਤ ਹੈ ਇਹ ਰਾਤ ਦੀ ਜਿੱਤ ਨਹੀਂ ਹੈ ਉਹ ਰਾਮ ਚੰਦਰ ਦੀ ਜਿੱਤ ਰਾਤ ਦੀ ਜਿੱਤ ਹੈ ਅਗਿਆਨਤਾ ਚ ਜਿੱਤ ਹੈ ਪੜਨਾ ਦੀ ਜਿੱਤ ਅਗਿਆਨਤਾ ਦੀ ਜਿੱਤ ਹੈ ਦਿਨ ਨਹੀਂ ਚੜਿਆ ਉੱਥੇ ਪਰ ਵਿਗਿਆਨੀ ਨਹੀਂ ਹੋਏ ਲੋਕ ਪਰ ਵਿਗਿਆਨ ਦੀ ਲੜਾਈ ਕੋਈ ਨਹੀਂ ਹੈ ਉਹ ਸੰਸਾਰ ਦੀ ਲੜਾਈ ਰਾਤ ਹਨੇਰੇ ਦੀ ਲੜਾਈ ਹੈ ਮਾਇਆ ਦੀ ਲੜਾਈ ਹੈ ਅਗਿਆਨਤਾ ਦੀ ਲੜਾਈ ਹੈ ਇਹ ਦਿਨ ਦੀ ਲੜਾਈ ਹੈ ਉਹ ਰਾਤ ਦੀ ਲੜਾਈ ਇਹ ਜਾਗਦਿਆਂ ਦੀ ਲੜਾਈ ਹੈ ਉਹ ਸੁੱਤਿਆਂ ਦੀ ਲੜਾਈ ਹੈ ਹਾਂਜੀ ਸੁੰਭਨ ਸੁੰਭ ਗੁਮਾਨੀ ਜਨਮੇ ਸੂਰਮੇ ਬਸ ਫਿਰ ਕੁਛ ਦਿਨ ਬਾਅਦ ਚੱਲਿਆ ਫਿਰ ਸੁੰਭਨ ਸੁੰਭ ਗੁਮਾਨੀ ਜਨਮੇ ਸੂਰਮੇ ਕਿਉਂ ਦੇਵਤਿਆਂ 'ਚ ਫਿਰ ਉਹੀ ਖੋਟਾ ਬੜੀ ਇੰਦਰ ਦੀ ਰਾਜਧਾਨੀ ਤੱਕੀ ਜਿੱਤਣੀ ਕਿਉਂ ਜਿੱਤਣੀ ਇੰਦਰ ਤੇ ਗਈ ਨਾ ਨਿਗਾ ਫਿਰ ਇੰਦਰ ਫਿਰ ਵਿਗੜ ਗਿਆ ਧਰਮ ਦੇ ਵਿੱਚ ਕਰਪਸ਼ਨ ਫਿਰ ਆ ਗਈ ਧਰਮ ਆਪਣੇ ਰਸਤੇ ਤੋਂ ਫਿਰ ਭਟਕ ਗਿਆ ਭਟਕਿਆ ਹੀ ਹੋਇਆ ਹੁਣ ਵੀ ਹੁਣ ਭਟਕਿਆ ਨਹੀਂ ਹੋਇਆ ਪਹਿਲਾਂ ਭਟਕਿਆ ਨਹੀਂ ਸੀ ਉਹਨਾਂ ਤੇ ਕਬੀਰ ਤੇ ਬਾਅਦ ਗੁਰੂ ਨਾਨਕ ਵੇਲੇ ਹੁਣ ਫਿਰ ਭਟਕਿਆ ਹੋਇਆ ਇਹ ਤਾਂ ਭਟਕਦਾ ਰਹੂ ਆ ਰਾਹ ਤੇ ਆਉਂਦਾ ਰਹੂ ਇਹ ਤਾਂ ਹੁੰਦਾ ਹੀ ਰਹਿੰਦਾ ਇੰਦਰ ਦੀ ਰਾਜਧਾਨੀ ਤੱਕੀ ਜਿੱਤਣੀ ਇੰਦਰ ਦੀ ਰਾਜਧਾਨੀ ਤੱਕੀ ਜਿੱਤਣੀ ਫਿਰ ਉਹਨੇ ਕਿਹਾ ਵੀ ਜਿੱਤੋ ਇਹਨੂੰ ਹੁਣ ਫਿਰ ਖੜੇ ਨੇ ਆਏ ਤੇ ਚੜ ਕੇ ਉੱਥੇ ਉਹ ਵੀ ਉਹਨਾਂ ਨੇ ਵੀ ਤੱਕ ਜਿੱਤਣ ਦੀ ਤੱਕੀ ਸੀ ਸਪੋਕਸਮੈਨ ਕੀ ਲਿਖਦਾ ਰਹੋ ਜਿਹਨਾਂ ਨੂੰ ਜਿੱਤਣ ਨੂੰ ਲਿਖਦਾ ਇਹ ਚੁੱਪ ਕਰ ਗਏ ਤਾਂ ਸਾਨੂੰ ਬੋਲਣਾ ਪਿਆ ਨਾ ਇਹਨਾਂ ਨੂੰ ਕਿਹਾ ਵੀ ਤੁਸੀਂ ਬੋਲੋ ਜੇ ਨਾ ਬੋਲੇ ਅਸੀਂ ਸਾਈਡ ਤੋਂ ਬੋਲ ਪਾਂਗੇ ਫਿਰ ਨਾ ਕਿਹੋ ਕਿਹਾ ਨਾ ਉਹਨੂੰ ਜਹਿਰਦਾਰ ਨੂੰ ਨਹੀਂ ਜਹਿਰਦਾਰ ਨੂੰ ਜਿਹੜਾ ਹਜ਼ੂਰ ਸਾਹਿਬ ਵਾਲਾ ਵੀ ਜੇ ਤੁਸੀਂ ਨਾ ਬੋਲੇ ਅਸੀਂ ਆਪਣੀ ਮਰਜ਼ੀ ਨਾਲ ਬੋਲਣ ਲੱਗ ਜਾਣੇ ਫਿਰ ਨਾ ਕਿਹੋ ਸਾਡੀ ਬੇਇੱਜ਼ਤੀ ਹੋ ਗਈ ਅਸੀਂ ਨਹੀਂ ਚਾਹੁੰਦੇ ਵੀ ਅਕਾਲ ਤਖ਼ਤ ਤੋਂ ਅਸੀਂ ਸਾਈਡ ਤੋਂ ਬੋਲੀਏ ਪਰ ਜੇ ਅਸੀਂ ਦੇਖ ਲਿਆ ਵੀ ਇਹ ਬੇਈਮਾਨ ਨੇ ਸਾਰੇ ਇਹਨਾਂ ਨੇ ਨਹੀਂ ਬੋਲਣਾ ਅਕਾਲ ਤਖ਼ਤ ਵਾਲਿਆਂ ਕੋਲ ਸਾਰਿਆਂ ਕੋਲ ਜਾਏ ਹਾਂ ਸਾਰਿਆਂ ਕੋਲ ਜਾਏ ਉਹਨਾਂ ਨੂੰ ਕਿਹਾ ਦਸਮ ਗ੍ਰੰਥ ਦੇ ਖਿਲਾਫ਼ ਜਿਹੜਾ ਹੈ ਅਸੀਂ ਆਪ ਬੋਲਣ ਲੱਗ ਜਾਵਾਂਗੇ ਅਸੀਂ ਦਿੰਦੇ ਹਾਂ ਜਵਾਬ ਜੇ ਤੁਹਾਡੇ ਕੋਲ ਨਹੀਂ ਹੈ ਉਹਨਾਂ ਨੇ ਕਿਹਾ ਵੀ ਜੇ ਇਹਨਾਂ ਨੇ ਜਵਾਬ ਦਿੱਤਾ ਤਾਂ ਵੀ ਅਸੀਂ ਮਰ ਗਏ ਉਹ ਤਾਂ ਖਰਬੂਜੇ ਔਰ ਛੁਰੀ ਵਾਲੀ ਗੱਲ ਹੋ ਗਈ ਖਰਬੂਜਾ ਤਾਂ ਬਚਣਾ ਹੀ ਨਹੀਂ ਚੱਲ ਸਾਈਡ ਤੋਂ ਜਾ ਬੋਲਣ ਕੇ ਦੇਖੀ ਜਾਊ ਅਸੀਂ ਕਹਿੰਦੇ ਕਹੀਏ ਵੀ ਬੋਲੋ ਖਬਰਾਂ ਕਿੰਨਾ ਚੱਲਾਂਗੇ ਅਸੀਂ ਵਿਰੋਧ ਕਰਾਂਗੇ ਖਬਰਾਂ ਕੀ ਸੋਚਦੇ ਹੋਣੇ ਨੇ ਉਹ ਕੀ ਸੋਚ ਜਿਵੇਂ ਮਿਸ਼ਨਰੀ ਵਾਲੇ ਕੀ ਸੋਚਦੇ ਸੀ 96 'ਚ ਕਿਹਾ ਸੀ ਉਹਨਾਂ ਨੂੰ ਤੁਸੀਂ ਆਹ ਪ੍ਰਚਾਰ ਕਰੋ ਜੇ ਸੰਤਾਂ ਤੋਂ ਖਿਲਾਫ਼ ਉਹਨਾਂ ਨੇ ਕਿਹਾ ਵੀ ਅਸੀਂ ਇਹ ਪ੍ਰਚਾਰ ਕਰਕੇ ਮਰਨਾ ਸਾਡੀਆਂ 2 ਕਰੋੜ ਦੀਆਂ ਕਿਤਾਬਾਂ ਦਾ ਕੀ ਬਣੂਗਾ ਕਿਤਾਬਾਂ ਨੂੰ ਨਾਲ ਲੈ ਜਾਓ ਬੰਨ ਕੇ ਪੜ ਇੰਦਰ ਦੀ ਰਾਜਧਾਨੀ ਰਾਜਧਾਨੀ ਤੱਕੀ ਜਿੱਤਣੀ ਪੌੜੀ ਇੰਦਰਪੁਰੀ ਤੇ ਧਾਮਣਾ ਵੜ ਜੋਧੀ ਮਤਾ ਪਕਾਇਆ ਇੰਦਰ ਦੀ ਰਾਜਧਾਨੀ ਬਣੀ ਹੋਈ ਹੈ ਹੁਣ ਸੱਚਖੰਡ ਅੱਜ ਜੇ ਅਕਾਲ ਤਖ਼ਤ ਹੈ ਤਾਂ ਇੰਦਰ ਦੀ ਰਾਜਧਾਨੀ ਇਹ ਤੋਂ ਜ਼ਿਆਦਾ ਨਹੀਂ ਹੈ ਉਹ ਸੱਚਖੰਡ ਨਹੀਂ ਹੈ ਉੱਥੇ ਅਕਾਲ ਤਖ਼ਤ ਨਹੀਂ ਉਹਨੂੰ ਕਹਿ ਸਕਦੇ ਅਸੀਂ ਜਿੰਨਾ ਚਿਰ ਉੱਥੇ ਸੱਚ ਦਾ ਰਾਜ ਨਹੀਂ ਸੱਚ ਦਾ ਪ੍ਰਚਾਰ ਨਹੀਂ ਉਹਨਾਂ ਚਿਰ ਉਹਨੂੰ ਅਕਾਲ ਤਖ਼ਤ ਨਹੀਂ ਕਹਿ ਸਕਦੇ ਜਦ ਪੰਚਮ ਪਾਤਸ਼ਾਹ ਛੱਡ ਕੇ ਚਲੇ ਗਏ ਸੀ ਜਿੰਨਾ ਚਿਰ ਉਹਦਾ ਧੀਰ ਮੱਲ ਬੈਠਾ ਸੀ ਇਹ ਤਾਂ ਉੱਥੇ ਹੀ ਸੀ ਫਿਰ ਉਦੋਂ ਵੀ ਇਹਨੂੰ ਅਕਾਲ ਤਖ਼ਤ ਕਹਿੰਦੇ ਸੀ ਜਦ ਅੰਮ੍ਰਿਤਸਰ ਅੰਗੜ ਬੈਠਾ ਸੀ ਉਦੋਂ ਵੀ ਅਕਾਲ ਤਖ਼ਤ ਕਹਿੰਦੇ ਸੀ ਜਦੋਂ ਮੱਤ ਮਾਰੀ ਜਾਂਦੀ ਹੈ ਨਾ ਧਾਰਮਿਕ ਬੰਦਿਆਂ ਦੀ ਫਿਰ ਉਹ ਬਹੁਤ ਕੁਛ ਕਰਦੇ ਹੁੰਦੇ ਨੇ ਆਹ ਉਹੀ ਉਹਨਾਂ ਦੀ ਉਹ ਕਹਾਣੀ ਹੈ ਸਾਰੀ ਜਦ ਧਾਰਮਿਕ ਬੰਦਿਆਂ ਦੀ ਮੱਤ ਮਾਰੀ ਜਾਂਦੀ ਹੈ ਉਹ ਬਹੁਤ ਕੁਛ ਗਲਤ ਕਰ ਲੈਂਦੇ ਹੁੰਦੇ ਨੇ ਉਦੋਂ ਤਾਂ ਅੰਮ੍ਰਿਤਸਰ ਅੰਗੜ ਰਿਹਾ ਉਦੋਂ ਕੀ ਸੀ ਉੱਥੇ ਉਦੋਂ ਅਕਾਲ ਤਖ਼ਤ ਕਿੱਥੇ ਗਿਆ ਸੀ ਇਹਨਾਂ ਦਾ ਇਹਦਾ ਮਤਲਬ ਅਕਾਲ ਤਖ਼ਤ ਵੀ ਕੋਈ ਸ਼ਕਤੀ ਹੈ ਨਹੀਂ ਦਰਬਾਰ ਸਾਹਿਬ ਤੁਸੀਂ ਕਹਿੰਦੇ ਵੀ ਬਰੂਦ ਨਾਲ ਆਤਾ ਸੀ ਝੂਠ ਨਹੀਂ ਚੱਲਦਾ ਹੁੰਦਾ ਧਰਮ 'ਚ ਕਦੇ ਵੀ ਸਾਡਾ ਧਰਮ ਸੱਚ ਹੈ ਸਾਨੂੰ ਝੂਠ ਪਾਉਣ ਦੀ ਲੋੜ ਨਹੀਂ ਹੈ ਆਪਣੇ ਘਰ
ਸਾਡੇ ਕੋਲ ਸੱਚੇ ਇੰਨਾ, ਸਾਨੂੰ ਝੂਠ ਦੀ ਲੋੜ ਕੀ ਹੈ? ਝੂਠ ਦੇ ਸਾਰੇ ਦੀ ਉਹਨੂੰ ਲੋੜ ਹੈ ਜਿਹਦੇ ਕੋਲ ਸੱਚ ਨਾ ਹੋਵੇ। ਅਸੀਂ ਨਿਰਾ ਹੀ ਝੂਠ ਦਾ ਸਹਾਰਾ ਲੈ ਲਿਆ, ਸੱਚ ਛੱਡੇ ਦਿੱਤਾ। ਸੱਚ 'ਤੇ ਭਰੋਸਾ ਨਹੀਂ ਹੈ ਸਾਨੂੰ, ਗੁਰਬਾਣੀ 'ਤੇ ਭਰੋਸਾ ਨਹੀਂ ਹੈ। ਹਾਂਜੀ, ਇੰਦਰਪੁਰੀ ਤੇ ਧਾਵਣਾ ਵੱਡ ਜੋਧੀ ਮਤਾ ਪਕਾਇਆ। ਇੰਦਰਪੁਰੀ ਤੇ ਧਾਵਣਾ, ਇੰਦਰਪੁਰੀ ਤੇ ਹਮਲਾ ਕਰਨਾ ਬਈ, ਇਕੱਠੇ ਹੋ ਗਏ, ਵੱਡ ਜੋਧੀ ਮਤਾ ਪਕਾਇਆ। ਪਹਿਲੇ ਵਾਰ ਮਤਾ ਕੀਤਾ, ਗਰੁੱਪ ਬਣਾਇਆ, ਫਿਰ ਉਹਨਾਂ ਨੇ ਹਮਲਾ ਕੀਤਾ ਸਾਈਡ ਤੋਂ। ਹੋਏ ਰਹੇ ਨੇ ਅਕਾਲ ਤਖ਼ਤ ਦੇ ਹਮਲੇ, ਸਾਈਡ ਤੋਂ ਚੁੱਪ ਕਰ ਜਾਂਦੇ ਨੇ। ਸਾਂਝ ਪਟੇਲਾ ਪਾਖੜਾ ਭੇੜ ਸੰਧਾ ਸਾਜ ਬਣਾਇਆ। ਸਾਂਝ ਪਟੇਲਾ, ਪਟੇਲਾ ਪਾਖੜਾ, ਸਾਰੇ ਹਥਿਆਰ ਇਕੱਠੇ ਕਰ ਲਏ, ਸੰਜੋਵਾਂ ਭੇੜ ਸੰਧਾ ਸਾਜ ਸੰਜੋਵਾਂ। ਜਦ ਲੜਾਈ ਹੁੰਦੀ ਹੈ ਤਾਂ ਸੰਜੋ ਪਾਉਂਦੇ ਨੇ, ਪਟੇਲਾ ਪਾਖੜੇ ਕਾਠੀਆਂ ਘੋੜੇ ਸਭ ਸਮਾਨ, ਜੰਗ ਦਾ ਸਮਾਨ ਤਿਆਰ ਕਰ ਲਿਆ ਉਹਨਾਂ ਨੇ, ਸਾਰੇ ਆਪਣੇ ਹਥਿਆਰ ਤਿਆਰ ਕਰ ਲਏ, ਪੜ੍ਹ ਪੜ੍ਹ ਕੇ ਗ੍ਰੰਥ। ਜਿਹੜੇ ਖਿਲਾਫ ਨੇ ਨਾ, ਜਿੱਦ ਹੀ ਚੱਲਦੇ ਗੁਰਮਤੇ, ਗੁਰਮਤੇ ਖਿਲਾਫ ਜਿਹੜੀਆਂ ਗੱਲਾਂ ਨੇ, ਉਹ ਸਾਰੇ ਗ੍ਰੰਥ ਉਹ ਇਕੱਠੇ ਕਰੇ ਨੇ ਨਾ, ਉਹ ਲਿਆ ਕੇ ਕਰਦੇ ਨੇ ਬਾਜ਼ਾਰ 'ਚ। ਹੁਣ ਉਹ ਤਾਂ ਗੁਰੂਆਂ ਦੇ ਵੇਲੇ ਹੀ ਖਿਲਾਫ ਲਿਖੇ ਨੇ, ਜਿਹੜੇ ਵਿਰੋਧੀ ਸੀ ਉਹਨਾਂ ਦੇ ਲਿਖੇ ਨੇ, ਬਹੁਤ ਕੁਛ ਪਿਆ ਵੀ ਤੁਸੀਂ, ਇਹਦਾ ਮਤਲਬ ਹੈ ਵੀ ਤੁਸੀਂ ਵੀ ਵਿਰੋਧੀ ਹੋ। ਨਲਕਾਰੀ ਕੌਣ ਸੀਗਾ ਚੰਡੀਗੜ੍ਹ ਵਾਲਾ? ਉਹ ਉਵੇਂ ਆ ਗਿਆ ਜਿਵੇਂ ਰਣਧੀਰ ਸਿੰਘ ਭਾਈ ਬਣ ਗਿਆ ਸੀ, ਬਾਬੂ ਤੇ ਬਾਬੂ ਤੇਜਾ ਸਿੰਘ ਦਾ ਚੇਲਾ ਬਾਬੂ ਰਣਧੀਰ ਸਿੰਘ ਭਾਈ ਬਣ ਗਿਆ ਸੀ ਨਾ, ਇਹਨੇ ਰਲ ਕੇ ਇਵੇਂ ਉਹ ਬਣ ਗਿਆ ਵੀ ਨਲਕਾਰੀਆਂ ਨੂੰ ਮੈਂ ਛੱਡ ਦਿੰਦਾ, ਉਤੋਂ ਉਤੋਂ ਕੰਮ ਉਹੀ ਕਰੂੰਗਾ ਜਗਿੰਦਰ ਸਿੰਘ ਨਾਲ ਰਲ ਕੇ, ਅੱਗੇ ਨਹੀਂ ਕਰਦੇ ਆਏ। ਉਹ ਗੱਲਾਂ ਲਿਆਉਂਦੇ ਨੇ ਜਿਹੜੀਆਂ ਗੁਰਮਤ ਤੋਂ ਖਿਲਾਫ ਨੇ, ਸਾਨੂੰ ਪਤਾ ਨਹੀਂ ਹੈ, ਸਾਨੂੰ ਵੀ ਪਤਾ ਸਭ ਕੁਛ ਕੀ ਲਿਖਿਆ ਹੋਇਆ। ਸਾਡੇ ਕੋਲ ਦੋ ਸਾਰਾ ਹੀ ਕੁਛ ਹੈ, ਉਹਨਾਂ ਵਾਲਾ ਵੀ ਹੈ, ਆਹ ਵੀ ਹੈ, ਉਹਨਾਂ ਕੋਲ ਆਹ ਨਹੀਂ ਹੈ, ਇੱਥੋਂ ਮਾਰ ਖਾਣੀ ਉਹਨਾਂ ਨੇ। ਉਹ ਤਾਂ ਪਹਿਲਾਂ ਵੀ ਸੀ ਲੋਕਾਂ ਕੋਲ ਪ੍ਰਚਾਰ, ਚੱਲਿਆ ਕਿਉਂ ਨਹੀਂ? ਉਹ ਮਿਸ ਹੋਏ ਤੀਰ ਨੇ ਸਾਰੇ ਜਿਹੜੇ ਉਹਨਾਂ ਕੋਲ ਨੇ, ਮਿਸ ਕਿਵੇਂ ਕੀਤੇ ਸੀ, ਕਿਹਨੇ ਕੀਤੇ ਸੀ, ਇਹ ਨਹੀਂ ਉਹਨਾਂ ਨੂੰ ਪਤਾ। ਉਹਨਾਂ ਨੂੰ ਤਾਂ ਲੱਗਦੇ ਨੇ ਕਾਰਗਰ ਹਥਿਆਰ ਉਹ, ਉਹ ਮਿਸ ਪਹਿਲਾਂ ਵੀ ਕਰੇ ਹੋਏ ਨੇ ਕਈ ਵਾਰ, ਕਿਵੇਂ ਕਰੇ ਨੇ, ਕਿਹਨੇ ਕਰੇ ਨੇ, ਜਿਹਨੇ ਉਹਨਾਂ ਦੀ ਸਖਤ ਨਹੀਂ ਕੀਤੀ ਉਹਨੂੰ ਕੀ ਪਤਾ। ਉਹਨਾਂ ਭਾਵੇਂ ਬਹੁਤ ਬੜੇ ਹਥਿਆਰ ਨੇ, ਐਂ ਮਿਸ ਕੀਤੇ ਸੀ, ਮਿਸ ਕਰਨ ਵਾਲਾ ਸਮਾਨ ਸਾਨੂੰ ਪਤਾ ਕੀ ਹੈ, ਉਹ ਤਾਂ ਪਹਿਲਾਂ ਦੀ ਚੱਲਦੇ ਨੇ। ਸੰਗਤ ਨੇ ਕਿਉਂ ਨਹੀਂ ਮੰਨੇ? ਆਹ ਕੁਛ ਸੀਗਾ ਸੰਗਤ ਕੋਲ। ਜੰਮੇ ਕਟਕ ਅਛੂਣੀ ਅਸਮਾਨ ਗਰਦੀ ਛਾਇਆ। ਐਂ ਸਮਝ ਲਓ ਇਕੱਠੇ ਹੋ ਗਏ, ਜੰਮੇ ਕਟਕ ਅਛੂਣੀ, ਕਟਕ ਬਹੁਤ ਦਲ, ਬਹੁਤ ਪਬਲਿਕ ਇਕੱਠੀ ਹੋ ਗਈ ਧਰਮ ਤੇ ਵਿਰੋਧ 'ਚ, ਉਸ ਪਖੰਡਵਾਦ ਤੇ ਵਿਰੋਧ 'ਚ ਬਹੁਤ ਜਨਤਾ ਇਕੱਠੀ ਹੋ ਗਈ। ਅਛੂਣੀ ਹੁੰਦਾ ਕਛੂਣ, ਇੱਕ ਅਛੂਣੀ ਹੁੰਦੀ ਹੈ ਨਾ, ਬਹੁਤ ਤਾਦਾਦ ਦੇ ਵਿੱਚ। ਅਸਮਾਨ ਗਰਦੀ ਛਾਇਆ, ਅਸਮਾਨ ਗਰਦਨਾ ਸਮਝੋ, ਗਰਦ ਚੜ੍ਹ ਗਈ ਅਸਮਾਨ 'ਤੇ, ਇੰਨੀ ਪਬਲਿਕ ਚੜ੍ਹ ਗਈ ਖਿਲਾਫ ਹੋ ਕੇ, ਐਡਾ ਬੜਾ ਇਕੱਠ ਹੋਇਆ ਜਾਂ ਇਕੱਠ ਕੀਤਾ ਨਾ, ਜਿਵੇਂ ਇਕੱਠ ਕਰਦੇ ਨੇ ਧਰਮ ਦੇ ਖਿਲਾਫ ਚੜ੍ਹਨ ਨੂੰ, ਇਕੱਠ ਨਹੀਂ ਕੀਤਾ। ਕਿੰਨੇ ਬੰਦੇ ਇਕੱਠੇ ਹੋਏ, ਦਿਖਾਉਂਦੇ ਨੇ ਨਾ ਇਕੱਠ ਕਰਕੇ ਦੂਏ ਨੂੰ ਪਾਰਟੀਆਂ ਵਾਲੇ, ਇੰਨੀ ਭੀੜ ਉਹਨਾਂ ਦੀ ਇਕੱਠੀ ਹੋਈ, ਦੇਵਤੇ ਕੰਬ ਗਏ ਵੀ ਇੰਨੀ ਪਬਲਿਕ ਇਹਨਾਂ ਦੇ ਨਾਲ। ਰੋਹ ਸੁੰਭਨ ਸੁੰਭ ਸਧਾਇਆ, ਬਸ ਇੰਨੀ ਪਬਲਿਕ ਦੇਖ ਕੇ ਫਿਰ ਤੁਹਾਨੂੰ ਵੀ ਨਸ਼ਾ ਹੋ ਗਿਆ, ਮੇਰੇ ਨਾਲ ਤਾਂ ਆਪਣੇ। ਜੇ ਹੁਣ ਕੋਈ ਲੀਡਰ ਹੋਵੇ ਉਹਦੇ ਨਾਲ ਦੋ ਦੋ ਮੀਲ ਦੇ ਵਿੱਚ ਬੰਦਾ ਹੀ ਬੰਦੇ ਦਾ ਸਿਰ ਦਿਖੇ, ਜਿੱਥੇ ਤੱਕ ਉਹਦੀ ਨਿਗਾਹ ਨਾ ਜਾਵੇ, ਉੱਚੇ ਥਾਂ ਖੜ ਕੇ ਉਹਦੇ ਨਾਲ ਵੀ ਦੇਖੇ ਚਾਹੇ ਟੈਲੀਸਕੋਪ ਨਾਲ, ਤਾਂ ਉਹਨੂੰ ਨਸ਼ਾ ਹੋਏ ਜਾਣਾ। ਰੋਹ ਸੁੰਭਨ ਸੁੰਭ ਸਧਾਇਆ, ਹੋ ਗਿਆ ਰੋਹ ਉਹਨਾਂ ਨੂੰ ਵੀ, ਹੁਣ ਨਹੀਂ ਆਪਾਂ ਛੱਡਦੇ ਕਿਸੇ ਨੂੰ, ਹੁਣ ਨਹੀਂ ਆਪਣੇ ਮੂਹਰੇ ਕੋਈ ਖੜ ਸਕਦਾ, ਆਪਣੇ ਮਗਰ ਦਾ ਸਾਰੇ ਮਾਰ ਫਾੜ ਕੇ ਪਬਲਿਕ ਸਾਰੀ ਆਪਣੇ ਨਾਲ, ਉਹਨਾਂ ਨੂੰ ਗਾਉਣ। ਪੌੜੀ, ਸੁੰਭਨ ਸੁੰਭ ਅਲਾਇਆ ਵੱਡ ਜੋਧੀ ਸੰਗਰ ਵਾਏ। ਬੋਲ ਪਿਆ ਸੁੰਭ ਸੁੰਭ, ਐਲਾਨ ਕਰਤਾ, ਅਲਾਇਆ ਵੱਡ ਜੋਧੀ ਸੰਗਰ ਵਾਏ, ਕਹਿੰਦਾ ਆਓ ਮੇਰੇ ਨਾਲ ਗਿਆਨ ਚਰਚਾ ਕਰੋ ਜਿਹਦੀ ਤੁਹਾਡੇ ਹਿੰਮਤ ਹੈ, ਵੱਡੇ ਵੱਡੇ ਯੋਧੇ ਤੁਹਾਡੇ, ਆਓ ਵਿਦਵਾਨ ਇਕੱਠੇ ਹੋ ਕੇ, ਤੁਹਾਨੂੰ ਸਾਬਤ ਕਰੀਏ ਤੁਹਾਡੇ ਕੋਲ ਸਭ ਝੂਠ ਹੈ, ਸੱਚ ਹੈ ਨਹੀਂ, ਸਾਬਤ ਕਰੋ ਤੁਸੀਂ ਆਪਣੀਆਂ ਕਹਾਣੀਆਂ ਸਾਖੀਆਂ ਨੂੰ, ਸਾਬਤ ਕਰੋ ਵੀ ਪਹਾੜ ਰੋਕਿਆ ਜਾ ਸਕਦਾ। ਬਹੁਤ ਸਾਰੇ ਗੁਰੂ ਨਾਨਕ ਦੇ ਹੁਣ ਦਰਸ਼ਨ ਕਰੀ ਬੈਠੇ ਨੇ, ਉਹਨਾਂ ਦੇ ਪਹਾੜ ਸੱਟ ਦਿੰਦੇ, ਰੋਕ ਲੈਣ, ਉਹ ਦਿਖਾ ਦੇਣ ਰੋਕ ਕੇ,
ਬਸ ਸਾਰੇ ਗੁਰੂ ਨਾਨਕ ਬਣਦੇ ਫਿਰਦੇ ਨੇ। ਉਹਨਾਂ ਦੇ ਕਰਾਮਾਤਾਂ ਵੀ ਇਹਨਾਂ ਦੀਆਂ ਲਿਖੀਆਂ ਹੋਈਆਂ ਨੇ, ਅਸੀਂ ਤਾਂ ਉਹਨਾਂ ਨੂੰ ਮੰਨਦੇ ਹੀ ਨਹੀਂ, ਉਹ ਪੂਰੀਆਂ ਕਰਕੇ ਦਿਖਾ ਦੇਣ। ਝੂਠਿਆਂ ਦਾ ਕੀ ਹੁੰਦਾ, ਚੁੱਪ ਕਰ ਜਾਣਗੇ। ਹਾਂਜੀ, ਰੋਹ ਦਿਖਾਲੀ ਦਿੱਤੀਆਂ ਵਰਿਆਮੀ ਤੁਰੇ ਨਚਾਏ, ਰੋਹ ਦਿਖਾਲੀ ਦਿੱਤੀਆਂ ਵਰਿਆਮੀ ਤੁਰੇ ਨਚਾਏ, ਵਰਿਆਮੀ ਤੁਰੇ ਨਚਾਏ। ਜੋਧਿਆਂ ਨੇ ਬਸ ਕਹਿਤਾ ਵੀ ਹੁਣ ਕੋਈ ਨੀ ਬੋਲਦਾ ਆਪਣੇ ਸਾਹਮਣੇ, ਹੌਸਲਾ ਵੱਧ ਗਿਆ ਦੂਏ ਪਾਸੇ। ਜਿਉਂ ਜਿਉਂ ਅਕਾਲ ਤਖ਼ਤ ਵਾਲੇ ਚੁੱਪ ਕਰਦੇ ਦੂਏ ਦਾ ਹੌਸਲਾ ਵਧੀ ਜਾਂਦਾ, ਜਿਹੜਾ ਖਾਣਾ ਬੋਲਣ ਲੱਗ ਗਿਆ। ਹੁਣ ਕੋਈ ਜਥੇਦਾਰ ਕਹਿੰਦਾ ਹੀ ਨਹੀਂ, ਪੁਜਾਰੀ ਕਹਿਣ ਲੱਗ ਗਏ, ਸਾਰੇ ਪੁਜਾਰੀ ਕਹਿਣ ਲੱਗ ਗਏ। ਕਰ ਲੈਣ ਕੀ ਢੰਗ ਤੋੜ ਲੈਣਗੇ ਲੋਕਾਂ ਦੀ, ਸਾਰਿਆਂ ਨੂੰ ਕੱਢ ਦੋਗੇ ਤੁਸੀਂ, ਤੁਸੀਂ ਆਟੇ 'ਚ ਲੂਣ ਜੋਗੇ ਰਹਿ ਜਾਓਗੇ। ਫਿਰ ਸੰਗਤ ਇੱਕ ਪਾਸੇ ਜੀ, ਤੁਸੀਂ ਉਹ ਨਿਕਲ ਗਏ ਆਪ, ਇਹਦਾ ਮਤਲਬ ਸਿੱਖੀ 'ਚ ਤੁਹਾਨੂੰ ਆਪ ਏ ਖਾਰਜ ਹੋ ਜਾਣੇ, ਤੁਸੀਂ ਹੁਣ ਖਾਰਜ ਕਰਦੇ ਕਰਦੇ ਲੋਕਾਂ ਨੂੰ ਤੁਸੀਂ ਆਪ ਏ ਖਾਰਜ ਹੋ ਜਾਣਾ, ਸਿੱਖੀ 'ਤੇ ਤਾਂ ਖਾਰਜ ਹੁਣ ਵੀ ਹੋ ਤੁਸੀਂ, ਫਿਰ ਉਹਦੇ ਕਬਜ਼ਾ ਹੀ ਕਬਜ਼ਾ ਇੱਕ ਸਿੱਖੀ ਵਾਲੇ ਕੋਈ ਗੱਲ ਨਹੀਂ ਹੈ, ਸਿੱਖੀ 'ਤੇ ਤਾਂ ਆਪ ਏ ਖਾਰਜ ਹੋ ਤੁਸੀਂ। ਇਸ ਕਰ ਤੁਸੀਂ ਇਸ ਕਰਕੇ ਖਾਰਜ ਹੋ, ਤੁਸੀਂ ਜਿਹੜੀ ਡਿਊਟੀ 'ਤੇ ਬੈਠੇ ਹੋ, ਜਿਹੜੀ ਜਗ੍ਹਾ 'ਤੇ ਬੈਠੇ ਹੋ, ਉਹਦਾ ਪ੍ਰਚਾਰ ਤੁਹਾਡੀ ਜ਼ਿੰਮੇਵਾਰੀ, ਤੁਸੀਂ ਕਰਦੇ ਨਹੀਂ ਤਾਂ ਖਾਰਜ ਹੋ, ਖਾਰਜ ਨਹੀਂ ਬਲਕਿ ਤੁਸੀਂ ਅਪਰਾਧੀ ਹੋ, ਲੋਕ ਅਪਰਾਧੀ ਨਹੀਂ। ਪਬਲਿਕ ਨੂੰ ਸਿੱਖੀ ਤੁਸੀਂ ਦਿੱਤੀ ਨਹੀਂ, ਜਾਣ ਬੁੱਝ ਕੇ ਨਹੀਂ ਦੇਣ ਦਿੱਤੀ, ਆਰ ਐੱਸ ਐੱਸ ਦੇ ਨਾਲ ਤੁਹਾਡਾ ਮਿਲੀ ਭੁਗਤ ਹੋਵੇ ਜਾਂ ਕੁਛ ਗੱਲ ਹੋਰ ਹੋਵੇ, ਇਹ ਲੋਭ ਛੱਡਣ ਦੇ ਦੀ ਦਿੱਕਤ ਹੋਵੇ, ਇਹ ਆਹ ਰਾਜ ਕਰਨ ਦੀ ਭੁੱਖ ਹੋਵੇ ਵੀ ਇਹ ਤਾਂ ਖਿਲਾਫ਼ ਨਹੀਂ ਬੋਲਣਾ, ਕਾਰਨ ਕੁਛ ਵੀ ਹੋਣ, ਪਰ ਸੱਚ ਦਾ ਪ੍ਰਚਾਰ ਤੁਸੀਂ ਨਹੀਂ ਹੋਣ ਦਿੰਦੇ, ਨਾ ਤੁਸੀਂ ਕੀਤਾ ਨਾ ਤੁਸੀਂ ਕਰਨ ਦੇਵੋ, ਇਹੀ ਬੜਾ ਅਪਰਾਧ ਹੈ। ਇਹ ਤੋਂ ਸਾਬਤ ਹੁੰਦਾ ਵੀ ਨਾ ਤੁਹਾਡੇ ਕੋਲ ਸਿੱਖੀ ਹੈ, ਨਾ ਤੁਹਾਨੂੰ ਸਿੱਖੀ ਦੀ ਲੋੜ ਹੈ, ਨਾ ਗੁਰੂ ਗੁਰੂ ਤੁਹਾਡੇ ਨਾਲ ਬਹੁਤ ਨਾਰਾਜ਼ ਹੈ, ਨਾਰਾਜ਼ ਹੈ। ਇੱਕ ਸਟੇਟ ਇੱਕ ਬੜਾ ਫੌਜਕਸ਼ੀ ਕਰ ਦੇਵੇ ਇਹ ਜੇ ਅਸਥਾਨ 'ਤੇ ਸਾਡੀ ਗਲਤੀ ਨਾਲ ਹੋ ਜਾਵੇ, ਇਹ ਗੁਰੂ ਦੀ ਪਰਮੇਸ਼ਰ ਦੀ ਨਾਰਾਜ਼ਗੀ ਹੋਏ, ਇਹੋ ਜਿਹੇ ਹਾਲਾਤ ਜਿਹੜੇ ਹੋਏ ਨੇ, ਇਹ ਕੋਈ ਚੰਗੀ ਗੱਲ ਨਹੀਂ ਹੈ। ਇਹਦੇ ਜ਼ਿੰਮੇਵਾਰ ਸਾਰੇ ਅਕਾਲੀ ਨੇ, ਦੂਏ ਵੀ ਸੀ ਅਕਾਲੀ ਵੀ ਸੀ, ਇਹੀ ਜ਼ਿੰਮੇਵਾਰ ਨੇ ਜਿਹੜੇ ਆਗੂ ਹੋਏ ਹੋਏ ਨੇ। ਸਰਕਾਰ ਵੀ ਜਿੰਨੀ ਜ਼ਿੰਮੇਵਾਰ ਉਹਨੇ ਇਹ ਜ਼ਿੰਮੇਵਾਰ ਨੇ, ਸਰਕਾਰ ਵੀ ਜ਼ਿੰਮੇਵਾਰ ਹੈ, ਇਹ ਵੀ ਜ਼ਿੰਮੇਵਾਰ ਨੇ, ਘੱਟ ਕੋਈ ਵੀ ਨਹੀਂ। ਕਿਉਂਕਿ ਜਿਹੜੇ ਰਾਜ ਖੋਲਣ ਵਾਲੇ ਬੰਦੇ ਹੁੰਦੇ ਨੇ, ਰਾਜ ਚਲਾਉਣ ਵਾਲੇ, ਉਹ ਸਾਰੇ ਆਪਣੇ ਇਹੋ ਜਿਹੇ ਇੱਕੋ ਜਿਹੇ ਹੁੰਦੇ ਨੇ, ਬਹੁਤਾ ਫਰਕ ਨਹੀਂ ਹੁੰਦਾ ਉਹਨਾਂ 'ਚ। ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉਂ ਅਰੜਾਏ, ਘੁਰੇ ਦਮਾਮੇ ਦੋਹਰੇ ਦੋਨਾਂ ਪਾਸਿਆਂ 'ਤੇ ਨਗਾਰੇ ਵੱਜੇ, ਦੂਏ ਕਹਿੰਦੇ ਦਵਾਂਗੇ ਜਵਾਬ, ਦੂਏ ਵੀ ਬੋਲੇ। ਜਮ ਬਾਹਣ ਜਿਉਂ ਅਰੜਾਏ, ਜਮ ਜਿਵੇਂ ਜਮ ਜੰਗ ਵਾਸਤੇ, ਬਾਹਣ ਹੁੰਦਾ ਲੜਾਈ, ਘੋਲ ਬਾਹਣ, ਘੋਲ ਬਾਹਣਾਂ ਦੇ ਘੋਲ ਹੁੰਦੇ ਹੁੰਦੇ ਨੇ ਨਾ, ਬਗੀ ਹੋਈ ਜ਼ਮੀਨ ਨੂੰ ਬਾਹਣ ਕਹਿੰਦੇ ਨੇ, ਘੋਲ ਜਿਹੜਾ ਹੁੰਦਾ ਘੋਲ ਨੂੰ, ਘੋਲ ਹੈ ਬਾਹਣ ਹੁੰਦਾ, ਘੋਲਣਾ ਦੇਖਣਾ ਕਿਹਦੇ 'ਚ ਜ਼ੋਰ ਜ਼ਿਆਦਾ, ਬੁੱਧ ਬਲ ਦੀ ਪਰਖ ਕਰਨੀ। ਜਮ ਬਾਹਣ ਜਿਉਂ ਰੜਾਏ, ਹਾਂ ਦਿਓ ਦਾਨੋ ਲੁੱਝਣ ਆਏ, ਦਿਓ ਔਰ ਦਾਨੋ ਦੋਏ ਕੁਸ਼ਤੀਆਂ ਕਰਨ ਆਏ ਨੇ, ਕੁਸ਼ਤੀ ਲੜਨ ਆਏ ਨੇ, ਇਹ ਲੁੱਝਣਾ ਹੁੰਦਾ। ਪੌੜੀ, ਦਾਨੋ ਦਿਓ ਅਨਾਗੀ ਸੰਗਰ ਰਚਿਆ, ਦਾਨੋ ਦਿਓ ਅਨਾਗੀ ਇੱਕ ਦੂਜੇ ਦੇ ਸਾਹਮਣੇ ਹੋ ਕੇ, ਅਮਲ ਸਾਹਮਣੇ ਹੋ ਕੇ, ਅਮਲ ਸਾਹਮਣੇ ਹੋਏ ਤੇ ਫਿਰ ਗੱਲਬਾਤ ਨਹੀਂ ਹੁੰਦੀ, ਗੱਲਬਾਤ ਹੋਵੇ ਅਮਲ ਸਾਹਮਣੇ, ਅਨਾਗੀ ਅੱਗੇ ਹੋ ਕੇ ਅਮਲ ਸਾਹਮਣੇ ਤੇ ਗੱਲਬਾਤ ਕਰ ਸ਼ੁਰੂ ਕਰ। ਫੁੱਲ ਖੇੜੇ ਜਨ ਬਾਗੀ ਬਾਣੇ ਯੋਧਿਆਂ, ਦੋਵਾਂ ਪਾਸਿਆਂ ਤੇ ਬਾਣੇ ਵਰਦੀਆਂ ਇਹੋ ਜਿਹੀਆਂ ਨੇ ਬੜੀਆਂ ਸੋਹਣੀਆਂ ਆਪਣੀਆਂ, ਜਿਵੇਂ ਬਾਗ ਦੇ ਫੁੱਲ ਹੁੰਦੇ ਨੇ, ਯਾਨੀ ਉਹ ਵੀ ਉਹਨਾਂ ਦੇ ਵਿੱਚ ਵੀ ਲੀਡਰ ਸੀ, ਉਹਨਾਂ 'ਚ ਵੀ ਲੀਡਰ ਸੀ, ਬਾਗਾਂ ਦੇ ਜਿਵੇਂ ਫੁੱਲ ਖੜੇ ਹੁੰਦੇ ਨੇ ਇਹੋ ਜਿਹੇ ਉਹਨਾਂ ਦੇ ਕੱਪੜੇ ਵਸਤਰ ਪਾਏ ਹੋਏ ਨੇ, ਮਤਲਬ ਹੈ ਇਹਨਾਂ ਦੇ ਵਸਤਰ ਰੰਗ ਬਿਰੰਗੇ ਨੇ, ਤਾਂ ਕਰਕੇ ਜਿਹੜੇ ਕਈ ਮੱਤਾਂ ਵਾਲੇ ਹੁੰਦੇ ਨੇ, ਇਹਦੇ ਦੇਵਤਿਆਂ 'ਚ ਬਹੁਤ ਸਾਰੀ ਮੱਤਾਂ ਦੇ ਆਦਮੀ ਨੇ ਹਿੰਦੂਆਂ ਦੇ ਵਿੱਚ, ਉਹਨਾਂ ਦੇ ਬਾਗ ਦੇ ਫੁੱਲ ਵੀ ਕਈ ਰੰਗ ਦੇ ਹੁੰਦੇ ਨੇ, ਕੋਈ ਜ਼ਰੂਰੀ ਨਹੀਂ ਹੈ ਵੀ ਇੱਕੋ ਰੰਗ ਦੇ, ਚਾਹੇ ਜ਼ਿਆਦਾ ਫੁੱਲ ਵੀ ਹੋਣ, ਪੰਜ ਚਾਰ ਰੰਗ ਦੇ ਫੁੱਲ ਹੋਣ, ਇਸ ਤਰੀਕੇ ਨਾਲ ਸਾਫ਼ ਸੁਥਰੇ ਚਮਕੀਲੇ ਕੱਪੜੇ ਪਾਏ ਹੋਏ ਨੇ ਸਾਰਿਆਂ ਦੇ, ਵਧੀਆ ਬਾਣੇ ਯੋਧਿਆਂ
ਭੂਤਾਂ ਇਲਾ ਕਾਗੀ ਗੋਸ਼ਤ ਭਖਿਆ। ਐ ਸਮਝ ਲਓ ਬਈ ਜਿਹੜਾ ਭੂਤਾਂ ਇਲਾ ਕਾਗੀ, ਇਹਨਾਂ ਦਾ ਜਿਹੜਾ ਭਰਮ ਸੀ ਨਾ ਟੁੱਟਿਆ, ਜਿਹੜਾ ਜਿਵੇਂ ਭੂਤਾਂ ਇਲਾ ਕਾਗੀ ਗੋਸ਼ਤ ਖਾ ਜਾਂਦੀਆਂ ਨੇ ਨਾ ਉੱਥੇ ਚੱਕ ਕੇ, ਐ ਉੱਥੇ ਡਿੱਗਿਆ ਕੁਛ ਨੀ ਸਭ। ਉਹ ਇੱਕ ਭੂਤਾਂ ਇਲਾ ਕਾਗੀ ਤਾਂ ਆਇਆ ਵੀ ਜੋ ਅੰਦਰ ਉਹਨਾਂ ਦੇ ਵੱਢ ਹੁੰਦਾ ਨਾ ਇੱਕ ਦੂਏ ਦੇ ਉੱਤੇ ਸੱਟ ਲੱਗਦੀ ਹੈ, ਭੂਤਾਂ ਇਲਾ ਕਾਗਾਂ ਨੇ ਉਹ ਗੋਸ਼ਤ ਲੈ ਕੇ ਚੱਕ ਕੇ ਖਾਧਾ ਗਿਆ। ਉਹ ਇੱਕ ਪ੍ਰਮਾਣ ਹੈ, ਬਹੁਤ ਡੂੰਘਾ ਹੈ। ਭੂਤਾਂ ਦੀਦਾ ਨਹੀਂ ਉਹਨੂੰ ਕਿਸੇ ਨੂੰ, ਬਸ ਬਹੁਤ ਤਰਕ ਬਤਰਕ ਇਹੋ ਜਿਹੇ ਹੋਏ। ਐਂ ਸਮਝ ਲਓ ਵੀ ਟੁਕੜੇ ਟੁਕੜੇ, ਜਿਵੇਂ ਕੋਈ ਬਾਹਰ ਕੱਟ ਕੇ ਗਿਰ ਜਾਂਦਾ ਆਦਮੀ, ਐਂ ਫੱਟ ਲਾ ਕੇ ਐਂ ਦਿਲਾਂ ਦੇ ਟੁਕੜੇ ਟੁਕੜੇ ਹੋ ਗਏ ਉਹਨਾਂ ਦੇ ਅੰਦਰ, ਆਰੀਆਂ ਚੱਲ ਗਈਆਂ ਸਾਰਿਆਂ ਦੇ ਇਹੋ ਜਿਹੇ। ਕਿਉਂਕਿ ਜੇ ਹੁਣ ਕੋਈ ਕਿਸੇ ਨੂੰ ਮੰਨਦਾ ਹੋਵੇ, ਜਦ ਉਹਦੇ ਖਿਲਾਫ ਉਹ ਗੱਲ ਸੁਣਦਾ ਤੂੰ, ਇਹਨੇ ਤਾਂ ਬੜਾ ਤਰਕ ਦੇਣਾ, ਉਹਨੂੰ ਬਹੁਤ ਹੀ ਔਖਾ ਲੱਗਦਾ ਚੱਲਣਾ, ਝੂਠ ਨੂੰ ਗਾ। ਜੇ ਕੋਈ ਨਾਨਕ ਨੂੰ ਕਹਿ ਦੇਵੇ ਗੁਰੂ ਹੈ ਨਹੀਂ, ਹਾਰਟ ਫੇਲ ਹੋਣ ਨੂੰ ਜਾਂਦਾ ਇਹਨਾਂ ਦੇ ਜਿਹੜੇ ਮੰਨਦੇ ਨੇ, ਸਰਦਾ ਬਣਦਾ ਹਾਰਟ ਫੇਲ ਹੋਣ ਨੂੰ ਜਾਂਦਾ, ਤਾਂ ਉਹ ਤਾਂ ਫਿਰ ਬਹੁਤ ਬੁਰੀ ਗੱਲ, ਉਹਨਾਂ ਵਾਸਤੇ ਔਖਾ ਹੈ ਨਾ ਚੱਲਣੀ ਸਗਲ। ਜਿਹੜੇ ਸ਼ਰਧਾਵਾਨ ਹੁੰਦੇ ਨੇ, ਸ਼ਰਧਾਵਾਨਾਂ ਨੂੰ ਬਹੁਤ ਔਖਾ ਹੋ ਜਾਂਦਾ ਧਰਮ ਚਰਚਾ ਕਰਨ, ਸ਼ਰਧਾਵਾਨ ਧਰਮ ਚਰਚਾ ਨਹੀਂ ਕਰ ਸਕਦੇ, ਉਹ ਝੂਠੇ ਡੁੜੇ ਹੋਏ ਹੁੰਦੇ ਨੇ। ਉਹ ਤਾਂ ਅੰਨੀ ਹੁੰਦੀ ਹੈ ਸ਼ਰਧਾ, ਅੰਧ ਵਿਸ਼ਵਾਸੀ ਹੁੰਦੇ ਨੇ ਉਹ ਸਾਰੇ ਹੀ, ਸ਼ਰਧਾ ਅੰਨੀ ਹੁੰਦੀ ਹੈ, ਅੰਨੀ ਸ਼ਰਧਾ ਕਹਿੰਦੇ ਨੇ ਨਾ, ਬਸ ਜਿਹੜੀ ਸੁਣ ਲਿਆ ਉਹਦੇ ਰੱਖ ਲਿਆ ਮੰਨ ਲਿਆ। ਹੁੰਮੜ ਧੁੰਮੜ ਜਾਗੀ ਕੱਤੀ ਸੂਰਿਆ, ਸੂਰਿਆ ਹੁੰਮੜ ਧੁੰਮੜ ਜਾਗੀ ਕੱਤੀ ਸੂਰਿਆ, ਵਾਹ ਹੁੰਮੜ ਧੁੰਮੜ ਹੋ ਗਈ, ਘੁਸਰ ਮੁਸਰ ਹੋਣ ਲੱਗ ਗਈ ਪਿੱਛੇ ਤੱਕ, ਇਹਨੇ ਐਂ ਕਹਿਤਾ, ਇਹਨੇ ਐਂ ਕਹਿਤਾ ਆਪਣੇ ਗੁਰੂ ਨੂੰ, ਗੁੱਸੇ ਪਿੱਛੇ ਪਿੱਛੇ ਘੁਸਰ ਮੁਸਰ ਗੁੱਸੇ ਦੀ ਹੋਣ ਲੱਗ ਗਈ। ਹੁੰਮੜ ਧੁੰਮੜ ਜਾਗੀ, ਹੁੰਮੜ ਧੁੰਮੜ ਤਾਂ ਹੋਣੀ ਹੋਈ ਕੱਤੀ ਸੂਰਿਆ, ਸੂਰਮਿਆਂ ਦੀਆਂ ਗੱਲਾਂ ਤੋਂ ਪਿੱਛੇ ਹੁੰਮੜ ਧੁੰਮੜ ਹੋ ਗਈ, ਦੂਏ ਨੂੰ ਦੂਏ ਉੱਥੇ ਤਾਂ ਕਹਿੰਦਾ ਵੀ ਜਵਾਬ ਦਿਓ, ਬੜਾ ਔਖਾ ਹੋ ਜਾਂਦਾ, ਮੁਸ਼ਕਿਲ ਹੋ ਪੀੜੀ ਪੈ ਜਾਂਦੀ ਹੈ, ਜਾਂ ਲਾਜਵਾਬ ਹੁੰਦਾ ਹੈ, ਔਰ ਉੱਧਰ ਸ਼ਰਧਾ ਵੀ ਹੁੰਦੀ ਹੈ, ਧਰਮ ਹੀ ਜਾਂਦਾ ਹੈ, ਬਹੁਤ ਔਖਾ ਹੋ ਜਾਂਦਾ। ਕੱਤੀ ਸੂਰਿਆ ਪੌੜੀ, ਸੱਟ ਪਈ ਨਗਾਰੇ ਦਲਾਂ ਮੁਕਾਬਲਾ, ਦਿੱਤੇ ਦਿਓ ਭਜਾਈ ਮਿਲ ਕੇ ਰਾਖੀ। ਬਸ ਸੱਟ ਪਈ ਨਗਾਰੇ, ਚਾਹੇ ਦੁਪਹਿਰ ਦੇ ਤੱਕ ਹੋਈ, ਦੁਪਹਿਰੋਂ ਬਾਅਦ ਦੀ ਇਹ ਮੰਨ ਲਓ, ਚਾਹੇ ਦੂਏ ਦਿਨ ਦੀ ਚਰਚਾ ਮੰਨ ਲਓ, ਚਾਹੇ ਤਾਂ ਦੋ ਚਾਰ ਘੰਟੇ ਚਰਚਾ ਹੋਈ, ਫਿਰ ਕਹਿਤਾ ਵੀ ਹੁਣ ਰੋਟੀ ਪਾਣੀ ਖਾ ਲਓ ਭਾਈ, ਫਿਰ ਕਰਾਂਗੇ ਸ਼ਾਮ ਨੂੰ। ਸੱਟ ਪਈ ਨਗਾਰੇ ਦਲਾਂ ਮੁਕਾਬਲਾ, ਦੂਆ ਘਰ ਫਿਰ ਟਾਈਮ ਹੋ ਗਿਆ, ਰੋਟੀ ਪਾਣੀ ਖਾ ਲਿਆ, ਸੈਮੀਨਾਰ ਫਿਰ ਸੈਸ਼ਨ ਸ਼ੁਰੂ ਹੋ ਗਿਆ, ਫਿਰ ਆ ਗਏ ਦਲਾਂ ਮੁਕਾਬਲਾ ਫਿਰ ਹੋਣ ਲੱਗ ਗਿਆ। ਦਿੱਤੇ ਦਿਓ ਭਜਾਈ ਮਿਲ ਕੇ ਰਾਖੀ, ਦੂਈ ਵਾਰ ਜੇ ਦੂਈ ਪਕੜ ਜੇ ਭੱਜ ਗਏ ਦੇਵਤੇ ਸਾਰੇ, ਇਹ ਕਹਿ ਕੇ ਅਸੀਂ ਨੀ ਤੁਹਾਡੇ ਨਾਲ ਗੱਲ ਕਰਦੇ, ਤੁਸੀਂ ਤਾਂ ਨਾਸ ਤੋਂ ਕਹੋ, ਤੁਸੀਂ ਡਰਾਮਾ ਕਰਕੇ ਭੱਜ ਗਏ ਸਾਰੇ। ਲੋਕੀ ਤੀ ਵਰਾਈ ਦੋਹੀ ਆਪਣੀ, ਭੱਜ ਗਏ ਉਹ, ਇਹਨਾਂ ਨੇ ਕਹਿ ਦਿੱਤਾ ਵੀ ਭੱਜ ਗਏ ਭੱਜ ਗਏ ਭੱਜ ਗਏ, ਜਿਹੜਾ ਭੱਜ ਗਿਆ ਚਰਚਾ ਚੋਂ ਉੱਠ ਕੇ, ਉਹ ਕਹਿੰਦੇ ਜਾਂ ਭੱਜ ਗਏ ਫੇਰ ਆ ਜਾਣ, ਉਹ ਕਹਿੰਦੇ ਉਹ ਆਉਂਦੇ ਨੀ, ਉਹ ਕਹਿੰਦੇ ਨੇ ਫੇਰ ਆ ਜਾਣ, ਜਿਹੜਾ ਘੋੜ ਚੋਂ ਭੱਜ ਗਿਆ ਜਾਂ ਤਾਂ ਕਹਿ ਮੈਂ ਟਹਿ ਗਿਆ, ਫਿਰ ਚਰਚਾ ਫਿਰ ਘੋਲੇ ਅੱਗੇ ਵਿਚਾਲੇ ਕੋਲ ਛੱਡ ਕੇ ਜਿਹੜਾ ਭੱਜ ਗਿਆ ਉਹ ਟਹਿ ਗਿਆ, ਹਾਰ ਮੰਨ ਲਈ ਉਹਨੇ, ਉਹ ਤਾਂ ਕਹਿੰਦੇ ਫੇਰ ਆ ਜਾਵੇ, ਜਿੱਥੇ ਮਰਜ਼ੀ ਉੱਥੇ ਆ ਜਾਵੇ, ਜੇ ਉਹ ਕਹਿੰਦੇ ਮੈਂ ਆਉਣਾ ਹੀ ਨਹੀਂ ਤੇ ਤਾਂ ਹਾਰ ਗਿਆ। ਲੋਕੀ ਤੀ ਫਰਾਈ ਨਾ, ਲੋਕਾਂ ਦੇ ਝੂਠੇ ਸਾਬਤ ਕਰਤੇ, ਖੁੱਲ੍ਹ ਕੇ ਪ੍ਰਚਾਰ ਉਹ ਜਿਹੜੀਆਂ ਗੱਲਾਂ ਆਈਆਂ ਖੁੱਲ੍ਹ ਕੇ ਆਉਣ ਲੱਗ ਗਈਆਂ ਬਾਹਰ, ਖੁੱਲ੍ਹ ਕੇ ਪਬਲਿਕ 'ਚ ਆ ਗਈਆਂ ਗੱਲਾਂ। ਲੋਕੀ ਤੀ ਫਰਾਈ ਦੋਹੀ ਆਪਣੀ, ਬਸ ਉਹਨਾਂ ਨੇ ਕਹਿਤਾ ਸਭ ਝੂਠੇ ਨੇ, ਕੋਈ ਰੱਬ ਨਹੀਂ ਹੈ, ਕੋਈ ਕੁਛ ਨਹੀਂ ਹੈ, ਇਹ ਸਭ ਦੇਵੀ ਦੇਵਤੇ ਝੂਠੇ ਨੇ, ਇਹਨਾਂ ਦਾ ਪਖੰਡ ਬਣਾਇਆ ਹੋਇਆ ਲੋਕਾਂ ਨੂੰ ਲੁੱਟਣ ਦਾ, ਇਹਨਾਂ ਨੇ ਸੋਨੇ ਦੀਆਂ ਮੂਰਤਾਂ ਨੇ ਬੈਠੇ ਖਾਂਦੇ ਨੇ, ਇਹ ਕਰਦੇ ਨੇ ਵੋ ਕਰਦੇ ਨੇ, ਜਿੰਨਾ ਪ੍ਰਚਾਰ ਇਹਨਾਂ ਦੇ ਖਿਲਾਫ਼ ਹੁੰਦਾ ਖੁੱਲ੍ਹ ਕੇ ਹੋਣ ਲੱਗ ਗਿਆ। ਜੇ ਸਰਕਾਰ ਇਹ ਪ੍ਰਚਾਰ ਕਰਨ ਲੱਗ ਜਾਵੇ ਇਹਨਾਂ ਦੇ ਖਿਲਾਫ਼, ਇਹਨਾਂ ਦੇ ਪੱਲੇ ਕੀ ਰਹਿ ਜੂ, ਹੁਣ ਤਾਂ ਸਰਕਾਰ ਨਹੀਂ ਬੋਲਦੀ ਹੋਰ ਆਦਮੀ ਬੋਲਦੇ ਨੇ, ਸਰਕਾਰ ਉਹਨਾਂ ਦੀ ਹੋ ਗਈ ਬੋਲਣੋ ਲੱਗ ਗਏ ਪਬਲਿਕ, ਹੁਣ ਜਿਹੜੇ ਪਹਿਲਾਂ ਸੀ ਇਹਨਾਂ ਦੇ ਨਾਲ ਦੁਖੀ ਹੋਏ ਹੋਏ ਲੋਕ ਇਹਨਾਂ ਤੋਂ ਉਹ ਦੂਏ ਪਾਸੇ ਹੋ ਗਏ, ਰਾਖਿਆ ਨਾਲ ਹੋ ਗਏ,
ਜਿਨ੍ਹਾਂ ਨਾਲ ਬੇਇਨਸਾਫੀਆਂ ਹੋਈਆਂ ਤੀਆਂ ਸਾਰੇ ਦੂਏ ਪਾਸੇ ਰਲ ਗਏ। ਦੁਰਗਾ ਦੀ ਸ਼ਾਮ ਤਕਾਈ ਦੇਵਾਂ ਡਰਦਿਆਂ, ਬਸ ਦੇਵਤਿਆਂ ਨੇ ਡਰਦਿਆਂ ਨੇ ਫਿਰ ਦੁਰਗਾ ਦੇ ਕੋਲੇ ਜਾਂਦੇ ਨੇ। ਇਹ ਤਾਂ ਮਾਰੀ ਦੇ ਜਾਂਦੇ ਨੇ ਜਦ ਕੋਈ ਇਹਨਾਂ ਨੂੰ ਢੋਈ ਨਹੀਂ ਮਿਲਦੀ ਨਾ, ਜਾਣਾ ਦੇਵਤਿਆਂ ਨੂੰ ਪਊਗਾ ਜਦ ਵੀ ਪਊਗਾ। ਦੇਖੋ ਦੋ ਵਾਰ ਦੋ ਲੜਾਈਆਂ ਲਿਖੀਆਂ ਨੇ, ਜੇ ਇੱਕ ਲੜਾਈ ਲਿਖ ਦਿੰਦੇ ਦੋ ਦਾ ਮਤਲਬ ਚੱਲਦੀ ਰਹੂ ਚੇਨ। ਇਹ ਇਵੇਂ ਹੀ ਹੁੰਦਾ ਰਹਿੰਦਾ, ਆਖਰ ਦੇਵਤੇ ਹਾਰ ਜਾਂਦੇ ਨੇ। ਹਾਰ ਇਹ ਧਾਰਮਿਕ ਲੋਕਾਂ ਦੀ ਹੁੰਦੀ ਹੈ, ਮੇਰਾ ਖਿਆਲ ਹੈ 70 ਮੁਕੱਦਮੇ ਹਾਰ ਗਏ ਇਹ ਹਿੰਦੂ ਕੋਰਟ ਦੇ ਵਿੱਚ, 70 ਦੇ ਲਗਭਗ ਕਹਿੰਦਾ ਸੀ ਉਦਣ ਮੁੰਡਾ, ਉਹ ਹਾਰ ਚੁੱਕੇ ਨੇ ਮੁਕੱਦਮੇ ਜਿਹੜੇ ਇਹਨਾਂ ਦੇ ਧਰਮ ਦੇ ਖਿਲਾਫ ਕੁਛ ਲਿਖਿਆ ਇਹਨਾਂ ਨੇ ਦਾਅਵਾ ਕੀਤਾ, ਉਹਨੇ ਸਾਬਤ ਕਰਤਾ ਵੀ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ। ਅਤੇ ਕੋਰਟ ਭਾਈ ਜੇ ਤੁਹਾਡੇ ਗ੍ਰੰਥਾਂ 'ਚ ਲਿਖਿਆ ਹੋਇਆ ਉਹਦੇ ਆਧਾਰ 'ਤੇ ਇਹਨੇ ਗੱਲ ਕਹੀ ਹੈ, ਜੇ ਲਿਖਿਆ ਹੋਇਆ ਵਾਲਮੀਕੀ ਰਮਾਇਣ ਦੇ ਵਿੱਚ ਵੀ ਜਿਹੜੇ ਆਰੀਆ ਲੋਕ ਸੀ ਪਹਿਲਾਂ ਜਿਹੜੇ ਰਿਸ਼ੀ ਮੁਨੀ ਸੀ ਉਹ ਤਾਂ ਗਊ ਦਾ ਮਾਸ ਖਾਂਦੇ ਸੀ, ਅਤੇ ਫਿਰ ਕਿਸੇ ਜੇ ਕੋਈ ਕਹਿ ਦੇਵੇ ਲੋਕ ਖਾਂਦੇ ਸੀ ਰਾਮ ਚੰਦਰ ਦਾ ਗੁਰੂ ਜਾਂ ਹੋਰ ਕੋਈ ਜੇ ਲਿਖਿਆ ਹੋਇਆ ਹੋਵੇ ਖਾਂਦੇ ਸੀ ਜਿਵੇਂ ਕਹਿੰਦੇ ਨੇ, ਤਾਂ ਕੋਈ ਇਹ ਕਰ ਦੇਣ ਵੀ ਆਹ ਕਹਿਤਾ ਜੀ ਸਾਨੂੰ ਗਊ ਦਾ ਮਾਸ ਖਾਂਦੇ, ਉਹ ਕਹਿੰਦਾ ਲਿਖਿਆ ਹੋਇਆ। ਅਤੇ ਕੋਰਟ ਕਹਿ ਤੂੰ ਭਾਈ ਇਹ ਲਿਖਿਆ ਹੋਇਆ ਗ੍ਰੰਥਾਂ ਜੀ ਆਦਾ, ਤੁਸੀਂ ਕਹੋ ਗ੍ਰੰਥ ਸਾਡੇ ਨਹੀਂ ਹਨ, ਗ੍ਰੰਥ ਵੀ ਸਾਡੇ ਨੇ ਮੰਨਦੇ ਵੀ ਅਸੀਂ ਇਹਨਾਂ ਨੂੰ ਹੈ ਨਹੀਂ, ਬਹੁਤ ਬੁਰੀ ਹਾਲਤ 'ਚ ਫਸੇ ਹੋਏ ਨੇ, ਅਸੀਂ ਓਨੀ ਬੁਰੀ ਹਾਲਤ 'ਚ ਨਹੀਂ ਅਜੇ ਫਸੇ, ਸਿੱਖ ਫਸੇ ਹੋਏ ਅਸੀਂ ਵੀ ਹਾਂ, ਅਸੀਂ ਪਿੱਛੇ ਮੁੜ ਸਕਦੇ ਹਾਂ, ਜੋ ਇਹ ਪਿੱਛੇ ਨਹੀਂ ਮੁੜ ਸਕਦੇ ਕਿਉਂਕਿ ਇਹਨਾਂ ਕੋਲ ਇਹ ਵੇਦ ਨਾਲ ਜੁੜ ਕੇ ਪਿੱਛੇ ਮੁੜ ਸਕਦੇ ਨੇ। ਜੇ ਵੇਦ ਨਾਲ ਜੁੜ ਜਾਣ ਹੁਣ ਗੁਰਮਤ ਨੂੰ ਮੰਨ ਲੈਣ, ਇਹ ਵੇਦ ਬਾਣੀ ਹੈ, ਗੁਰਬਾਣੀ 10 ਗ੍ਰੰਥ ਵੇਦ ਬਾਣੀ 'ਤੇ ਖੜਾ, ਕਹੂੰ ਵੇਦ ਬਾਣੀ, ਕਹੂੰ ਸਾਰਦਾ ਭਵਾਨੀ, ਕਹੂੰ ਰਾਜਾ, ਕਹੂੰ ਰਾਣੀ, ਕਹੂੰ ਨਾਰਕੋ ਆਕਾਰ ਹੋ, ਕਹੂੰ ਵੇਦ ਰੀਤ, ਕਹੂੰ ਤਾਸਿਓਂ ਵਿਪਰੀਤ, ਕਹੂੰ ਤਿਰਗੁਣ ਅਤੀਤ, ਕਹੂੰ ਸੁਰਗੁਣ ਸਮੇਤ ਹੋ। ਇਹ ਵੇਦ ਬਾਣੀ 'ਤੇ ਖੜਾ ਧਰਮ, ਆਦਿ ਧਰਮ ਹੈ ਇਹ, ਇਹਨੂੰ ਛੱਡ ਕੇ ਸਨਾਤਨੀ ਮਤ ਹੋਈ ਹੈ, ਬਾਕੀ ਮਤ ਸਭ ਇਹਨੂੰ ਛੱਡ ਕੇ ਅਸੀਂ ਉਸ ਧਰਮ ਨਾਲ ਖੜੇ ਹਾਂ ਜਿਹੜਾ ਸ਼ੁਰੂ ਤੋਂ ਹੈ ਪਰਮੇਸ਼ਰ ਤੋਂ ਦਰਗਾਹ 'ਚੋਂ ਆਇਆ ਹੋਇਆ। ਇਹ ਸੱਚ ਧਰਮ, ਇਹ ਸੱਚ, ਇਹ ਖਸਮ ਦਾ ਧਰਮ ਹੈ, ਖਸਮ ਕੀ ਬਾਣੀ ਹੈ, ਇਹ ਸੱਚ ਧਰਮ ਹੈ, ਬਾਕੀ ਸਭ ਝੂਠ ਧਰਮ ਨੇ। ਦੁਰਗਾ ਦੀ ਸ਼ਾਮ ਤਕਾਈ ਦੇਵਾਂ ਡਰਦੇ ਹਾਂ, ਬਸ ਡਰਦੇ ਦੇਵਾਂ ਧਿਆਨ ਹੈ, ਦੁਰਗਾ ਦੀ ਫੇਰ ਛੰਡ ਚਲੇ ਗਏ ਵੀ ਤੂੰ ਬਚਾ ਹੋਣੇ, ਆਂਦੀ ਚੰਡ ਚੜ੍ਹਾਈ ਉੱਤੇ ਰਾਕਸ਼ਾਂ, ਬਸ ਚੰਡ ਚੰਡੀ ਨੂੰ ਚੜ੍ਹਾ ਲਿਆ ਰਾਕਸ਼ਾਂ ਦੇ ਉੱਤੇ, ਆਂਦੀ ਚੰਡ ਚੜ੍ਹਾਈ ਉੱਪਰ ਰਾਕਸ਼ਾਂ ਪੌੜੀ ਆਈ, ਫੇਰ ਭਵਾਨੀ ਖਬਰੀ ਪਾਈਆਂ, ਜਾਂ ਖਬਰ ਹੋਈ ਵੀ ਫੇਰ ਬਸ ਗਏ ਇਹ। ਉਹਨਾਂ ਨੂੰ ਕਿਹਾ ਵੀ ਕਸੂਰ ਤਾਂ ਭਾਈ ਤੁਹਾਡਾ, ਤੁਸੀਂ ਸੱਚ ਰੱਖਿਆ ਨਹੀਂ, ਜੋ ਤੁਹਾਨੂੰ ਅੱਗੇ ਦਿੱਤਾ ਸੀ ਉਪਦੇਸ਼ ਤੁਸੀਂ ਰੱਖਿਆ ਨਹੀਂ। ਇਹ ਇਸਲਾਮ ਕਹਿ ਰਿਹਾ, ਮੁਹੰਮਦ ਸਾਹਿਬ ਕਹਿ ਰਿਹਾ ਵੀ ਅੱਗੇ ਤੁਹਾਨੂੰ ਕਿਤਾਬ ਭੇਜੀ ਸੀ, ਤੁਸੀਂ ਉਹ 'ਤੇ ਅਮਲ ਨਹੀਂ ਕੀਤਾ, ਤੁਸੀਂ ਆਪਣੇ ਅਮਲ ਬਦਲ ਲਏ, ਇਸ ਕਰਕੇ ਤੁਹਾਡੇ 'ਤੇ ਮੁਸੀਬਤ ਆਈਆਂ ਨੇ, ਹੁਣ ਫਿਰ ਟਿਕਾਣੇ ਆ ਜਾਓ, ਬੰਦੇ ਬਣ ਜਾਓ, ਇਮਾਨ 'ਤੇ ਆ ਜਾਓ, ਇਮਾਨ ਛੱਡ ਕੇ ਖੁਆਰੀ ਹੁੰਦੀ ਹੈ, ਇਹ ਇਸਲਾਮ ਕਹਿੰਦਾ, ਬਸ ਇਹੀ ਸਾਰੇ ਧਰਮ ਇਹੀ ਕਹਿੰਦੇ ਨੇ। ਜਿਹੜੀਆਂ ਵਿੱਚ ਸਾਖੀਆਂ ਘੜ ਲੈਂਦੇ ਉਹ ਗਲਤ ਨੇ, ਉਹਨੇ ਕਿਹਾ ਅੱਗੇ ਤੁਹਾਨੂੰ ਦੱਸਿਆ ਸੀ ਵੀ ਸੱਚ ਤੋਂ ਹਟੀ ਦਾ ਨਹੀਂ ਹੁੰਦਾ ਪਿੱਛੇ, ਗੁਰ ਜੇ ਸੱਚ ਫਰਮਾਇਆ ਕਿਉਂ ਇਦੋਂ ਬੋਲੋ ਹਟੀਏ, ਉਹ ਅੰਤਰ ਆਤਮਾ ਦੀ ਆਵਾਜ਼ ਅੰਦਰ ਗੁਰ ਬੈਠਾ ਤੁਹਾਡੇ, ਉਹ ਤੈਨੂੰ ਕਹਿੰਦਾ ਸੱਚ 'ਤੇ ਖੜਾ ਰਹਿ, ਤੂੰ ਕਿਉਂ ਹਟਦਾ ਉਸ ਬੋਲ ਤੋਂ, ਉਹ ਤਾਂ ਹਟੀ ਦਾ ਨਹੀਂ ਹੁੰਦਾ, ਅੰਤਰ ਆਤਮਾ ਦੇ ਅਨੁਸਾਰ ਇਹ ਚੱਲੀਦਾ ਹੁੰਦਾ, ਅੰਤਰਾਤਮਾ ਤੋਂ ਪੁੱਛੀਦਾ ਹੁੰਦਾ। ਜੇ ਅੰਤਰਾਤਮਾ ਨਹੀਂ ਮੰਨਦੀ ਜਿਹੜੀ ਗੱਲ ਨੂੰ ਕਰੀਦੀ ਨਹੀਂ, ਤੁਸੀਂ ਤਾਂ ਅੰਤਰਾਤਮਾ ਦੇ ਵਿਰੁੱਧ ਚੱਲਦੇ ਹੋ, ਤੁਹਾਡੀ ਆਤਮਾ ਨਹੀਂ ਮੰਨਦੀ ਵੀ ਇਹ ਕੰਮ ਚੰਗਾ, ਤੁਸੀਂ ਫਿਰ ਕਰੀ ਜਾਂਦੇ ਹੋ। ਜਿਹੜੇ ਕੰਮ ਨੂੰ ਤੁਹਾਡੀ ਆਤਮਾ ਨਹੀਂ ਮੰਨਦੀ ਇਹ ਠੀਕ ਹੈ, ਤੁਸੀਂ ਉਹ ਵੀ ਕਰੀ ਜਾਂਦੇ ਹੋ, ਅਤੇ ਫਿਰ ਤੁਹਾਡੇ ਨਾਲ ਇਹੀ ਹੋਣਾ ਸੀ। ਫਿਰ ਵੀ ਕਹਿੰਦੇ ਚਲੋ ਕਰਦੇ ਹਾਂ ਉਹਨਾਂ ਨਾਲ ਗੱਲ, ਕਹਿੰਦੇ ਚਲੋ ਠੀਕ ਹੈ ਅਸੀਂ ਮੰਨਦੇ ਤਾਂ ਹੈਗੇ ਵੀ ਪਰਮਾਤਮਾ, ਉਹ ਤਾਂ ਮੰਨਦੇ ਹੀ ਨਹੀਂ, ਕਹਿੰਦੇ ਚਲੋ ਉਹਨਾਂ ਨੂੰ ਮਨਾ ਲੈਂਦੇ। ਦੈਂਤ ਵੱਡੇ ਅਭਿਮਾਨੀ ਹੋਏ ਇਕੱਠੇ, ਦੈਂਤ ਵੀ ਬੜੇ ਹੰਕਾਰੀ ਸੀ, ਉਹਨਾਂ ਨੂੰ ਪਤਾ ਹੀ ਨਹੀਂ ਵੀ ਸੱਚ ਹੁੰਦਾ, ਉਹਨਾਂ ਨੂੰ ਕੀ ਪਤਾ, ਉਹ ਤਾਂ ਇਹੀ ਪ੍ਰਚਾਰ ਜਾਣਦੇ ਤੇ ਜਿਹੜਾ ਪ੍ਰਚਾਰਿਆ ਜਾਂਦਾ। ਅੱਜ ਲੋਕ ਸਿਰਫ ਇਸ ਪ੍ਰਚਾਰ ਨੂੰ ਜਾਣਦੇ ਨੇ ਜਿਹੜਾ ਸਿੱਖ ਪ੍ਰਚਾਰ ਦੇ ਨੇ ਵੀ ਇਹ ਸਿੱਖੀ ਹੈ, ਇਹ ਸਿੱਖੀ ਹੈ ਨਹੀਂ, ਸਿੱਖੀ ਹੈ ਨਹੀਂ, ਲੋਕ ਇਸ ਨੂੰ ਜਾਣਦੇ ਨੇ ਵੀ ਇਹੀ ਸਿੱਖੀ ਹੈ, ਲੋਕ ਤਾਂ ਜਾਣਗੇ ਜੇ ਅਸੀਂ ਦੱਸਾਂਗੇ ਉਹਨਾਂ ਨੂੰ।
ਪਬਲਿਕ ਨੂੰ ਕੀ ਪਤਾ, ਬਾਹਰ ਕੀ ਪਤਾ ਦੂਜੇ ਨੂੰ ਲਿਖਾਂ ਕੀ ਸਿੱਖੀ ਕੀ ਹੁੰਦੀ ਹੈ। ਲੋਚਣ ਧੂਮ ਗਮਾਨੀ ਰਾਏ ਬੁਲਾਇਆ, ਉਹਨਾਂ ਨੇ ਪਹਿਲਾਂ ਛੋਟਾ ਸੱਦਿਆ, ਜਿਹੜਾ ਛੋਟਾ ਵਿਦਵਾਨ ਸੀ ਉਹਨਾਂ ਦਾ ਸੈਨਾਪਤੀ ਸੀ, ਕਹਿੰਦੇ ਜਾ ਤੂੰ ਜਾਇਆ ਅਸੀਂ ਬੜਿਆਂ ਨੇ ਕੀ ਕਰਨਾ। ਉਹ ਕਹਿੰਦੇ ਵੀ ਇਹਨਾਂ ਦੇਵਤਿਆਂ ਨੂੰ ਕੀ ਹੈ, ਤੈਂ ਨਹੀਂ ਬੋਲਣ ਦੇਣੇ, ਤਾਂ ਇੱਕ ਛੋਟਾ ਜਿਹਾ ਜਰਨਲ ਭੇਜਤਾ। ਲੋਚਣ ਧੂਮ ਹੁੰਦਾ ਅਸਲ ਦੇ ਵਿੱਚ, ਧੂਮਾ ਨੈਣ ਵੀ ਇਹਦਾ ਨਾਂ, ਲੋਚਣ ਧੂਮ ਵੀ ਇਹਦੇ ਤਿੰਨ ਚਾਰ ਨਾਂ ਨੇ। ਭਰਮ ਦੀ ਪਛਾਣ ਹੈ ਇਹਨੂੰ, ਇੰਨੀ ਗੱਲ ਜਾਣਦਾ ਵੀ ਭਰਮ ਪਾਉਂਦੇ ਨੇ, ਭਰਮ ਫੈਲਾ ਰਹੇ ਨੇ ਲੋਕ, ਵੀ ਭਰਮ ਪਾ ਕੇ ਲੋਕਾਂ ਨੂੰ ਵੀ ਮੇਰੇ 'ਚ ਆਹ ਸ਼ਕਤੀ ਹੈ, ਆਹ ਸ਼ਕਤੀ, ਆਹ ਸ਼ਕਤੀ ਹੈ ਨਾ, ਉਹਦਾ ਭਰਮ ਪਾ ਰਹੇ ਨੇ। ਇਹਦਾ ਲੋਚਨ ਧੂਮ ਦਾ ਚੰਡੀ ਚਰਿੱਤਰ 'ਚ ਵਰਣਨ ਕੀਤਾ ਹੋਇਆ ਜ਼ਿਆਦਾ। ਆਪ ਵੀ ਅਗਿਆਨੀ ਹੈ, ਅਗਿਆਨੀ ਆਪ ਵੀ ਹੈ, ਗਿਆਨਵਾਨ ਨਹੀਂ ਹੈ, ਪਰ ਇਹ ਜਾਣਦਾ ਵੀ ਇਹ ਵੀ ਅਗਿਆਨੀ, ਇਹ ਜਾਣਦਾ ਵੀ ਇਹ 420 ਨੇ, ਇੰਨੀ ਗੱਲ ਜਾਣਦਾ। ਲੋਚਨ ਆਪ ਅਗਿਆਨੀ ਵੀ ਹੈ, ਆਤਮ ਗਿਆਨੀ ਨਹੀਂ ਹੈ। ਜੱਗ ਵਿੱਚ ਵੱਡਾ ਦਾਨੋ ਆਪ ਕਹਾਇਆ, ਹਾਂ ਜੱਗ ਵਿੱਚ ਵੱਡਾ ਦਾਨੋ ਹੈ, ਵੱਡਾ ਤਰਕਸ਼ੀਲ ਹੈ, ਬਹੁਤ ਵੱਡਾ, ਸਾਰੀ ਦੁਨੀਆਂ ਜਾਣਦੀ ਹੈ ਤਰਕਸ਼ੀਲ ਹੈ, ਦੂਰ ਦੂਰ ਤੱਕ ਧਾਕਾਂ ਨੇ, ਜਾ ਕੇ ਲੈਕਚਰ ਕਰਦਾ, ਪਬਲਿਕ ਨੂੰ ਨਾਲ ਲਾਇਆ, ਚੈਲੇਂਜ ਕਰਦਾ ਵੀ ਆਓ ਕੋਈ ਕਰਾਮਾਤ ਦਿਖਾਓ ਸੰਤ, ਉਹਨੂੰ ਇੰਨਾ ਇਨਾਮ ਦੇਵਾਂਗੇ ਅਸੀਂ, ਇਹ ਕਹਿੰਦੇ ਨਹੀਂ, ਇਹਨਾਂ ਨੇ ਇਨਾਮ ਰੱਖੇ ਹੋਏ ਨੇ, ਹੌਲੀ ਹੌਲੀ ਵੱਧਦੇ ਜਾਂਦੇ ਨੇ, ਠੀਕ ਕਰ ਰਹੇ ਨੇ ਉਹ, ਸੱਚ ਪ੍ਰਗਟ ਹੋਊਗਾ। ਉੱਧਰ ਦੇਖੋ ਉਹਨਾਂ ਦਾ ਹਮਲਾ ਹੋਇਆ ਹੈ ਤਰਕਸ਼ੀਲਾਂ ਦਾ, ਇੱਧਰ ਦੂਏ ਹੋਰ ਕਿਸਮ ਦੇ ਵੀ ਨੇ ਵਿੱਚ, ਇਹ ਹੁਣ ਵਿਚਾਰੇ ਵਿਚਾਲੇ ਆ ਗਏ। ਸਰਕਾਰ ਨੂੰ ਵੀ ਲੋੜ ਹੈ ਸੱਚ ਚਾਹੀਦਾ, ਕੋਰਟਾਂ ਵੀ ਮੰਨਣ ਨੂੰ ਤਿਆਰ ਨੇ ਸੱਚ, ਕੋਰਟਾਂ ਵੀ ਤਸੱਲੀ ਕਰਨਗੀਆਂ, ਐਂ ਨਹੀਂ ਕਹਿ ਸਕਦੇ ਵੀ ਤੁਸੀਂ ਬੋਲ ਨਹੀਂ ਸਕਦੇ, ਬਹੁਤ ਬੁਰੀ ਜਗ੍ਹਾ ਫਸ ਗਏ ਜਾ ਕੇ ਧਾਰਮਿਕ ਆਦਮੀ, ਬਹੁਤ ਬੁਰੀ ਜਗ੍ਹਾ ਫਸ ਗਏ, ਕਿ ਲੋਕ ਗਿਆਨਵਾਨ ਨੇ ਹੁਣ ਸਾਰੇ, ਇੰਟੈਲੀਜੈਂਟ ਬੰਦੇ ਬੈਠੇ ਨੇ ਉੱਤੇ, ਝੂਠ ਨੂੰ ਮੰਨਣ ਨੂੰ ਕੋਈ ਤਿਆਰ ਨਹੀਂ ਹੈਗਾ। ਸੱਟ ਪਈ ਖਰ ਚਾਮੀ ਦੁਰਗਾ ਲਿਆਵਣੀ, ਸੱਟ ਪਈ ਖਰ ਚਾਮੀ ਦੁਰਗਾ ਲਿਆਵਣੀ, ਕਹਿੰਦੇ ਖਰਚਾਮੀ ਤਾਂ ਕਹਿੰਦੇ ਨੇ ਵੀ ਉਹ ਖੋਤੇ ਦੀ ਖਲ ਨੂੰ ਸੱਟ ਪਈ, ਵੀ ਨਗਾਰਾ ਵੱਡਾ ਵਜਾਇਆ ਉਹਨਾਂ ਨੇ, ਵੀ ਦੁਰਗਾ ਨੂੰ ਬੰਨ ਕੇ ਲਿਆਓ ਮੁਸ਼ਕਲ, ਉਹਨੂੰ ਵੀ ਰਾਜ ਹੈ ਨਾ ਆਪਣਾ, ਰਾਜ ਉਹਨਾਂ ਦਾ, ਇੱਥੇ ਲਿਆ ਕੇ ਪੇਸ਼ ਕਰੋ, ਚਰਚਾ ਕਰਾਂਗੇ, ਜਿਵੇਂ ਨੌਵੇਂ ਪਾਤਸ਼ਾਹ ਨੂੰ ਰਾਜ ਹੈ, ਗਏ ਉੱਥੇ ਚਰਚਾ ਕਰਨ, ਗ੍ਰਿਫਤਾਰ ਕਰ ਲਿਆ ਨਾ, ਜਿਹਦਾ ਰਾਜ ਹੁੰਦਾ ਕਰੇ ਲੈਂਦਾ, ਨਵੇਂ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਲੈ ਗਏ ਨੇ, ਨਹੀਂ ਚਰਚਾ ਕਰਨ ਵਾਲੇ ਦੀ ਗ੍ਰਿਫਤਾਰੀ ਦੀ ਕੀ ਲੋੜ ਸੀ। ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਲਿਆਵਣੀ।